ਸੈਲਫੀਆਂ ਖਿੱਚਦੀ ਹੌਟ ਬੜੀ ਲੱਗਦੀ, ਫਿਕਰ ਤੇਰੀ ਤਣੀ ਪਈ ਨੀ, ਕੋਈ ਦਿਲ ਜੀਤ ਨਾ ਗਾਣਾ, ਕਰ ਲੈਣੀ ਮਾਡਲ ਬਣੀ ਪਈ ਨੀ, ਲੱਗਦਾ ਮਿਕਸ ਕਰੀਏ ਰੱਬ ਨੇ ਹਾਏ ਐਸ਼ ਕਰੀ ਨਾਨੀ, ਨੀ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ, ਰਾਤ ਨੂੰ ਤੜਕੇ ਤੇਰੇ ਲਈ ਧੜਕੇ ਯਾਰ ਦਾ ਸੀਨਾ ਨੀ, ਨੀ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ, ਨੀ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ, ਨੀ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਇੰਸਟਾ ਹੋ ਗਿਆ ਓਵਰਲੋਡ, ਫੋਟੋਆਂ ਚੱਕਵੀਆਂ ਚੱਕਵੀਆਂ ਪਾਉਂਦੀ, ਠੁੱਕਦਾ ਲਾਈਕ ਤੇ ਕੁੜੀਏ ਲਾਈਕ, ਸਲੋਮੋ ਵਿੱਚ ਤੂੰ ਕਲਿੱਪ ਜਦ ਪਾਉਂਦੀ, ਇੰਸਟਾ ਹੋ ਗਿਆ ਓਵਰਲੋਡ, ਫੋਟੋਆਂ ਚੱਕਵੀਆਂ ਚੱਕਵੀਆਂ ਪਾਉਂਦੀ, ਠੁੱਕਦਾ ਲਾਈਕ ਤੇ ਕੁੜੀਏ ਲਾਈਕ, ਸਲੋਮੋ ਵਿੱਚ ਤੂੰ ਕਲਿੱਪ ਜਦ ਪਾਉਂਦੀ, ਖੁੱਲੇ ਛੱਡ ਵਾਲ ਸੂਟ ਦੇ ਨਾਲ ਸ਼ੌਲ ਪਸ਼ਮੀਨਾ ਨੀ, ਨੀ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ, ਨੀ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ, ਨੀ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ, ਨੀ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਬਈ ਮੈਨੂੰ ਪਤਾ ਮੇਰੇ ਘਰਦਿਆਂ ਨੇ ਮੰਨਣਾ ਨੀ, ਪਜਾ ਲਾ ਪਜਾ ਲੇਗਾ ਉਹ ਸੋਨਮ ਇਸ ਵੇਲੇ ਕਿੱਥੇ? ਸੋਰੀ ਉਹ ਸੋਰੀ ਤਾਂ ਠੀਕ ਹੈ, ਨਹੀਂ ਨਹੀਂ ਮੈਡਮ ਜੀ, ਸੋਰੀ ਨੀ ਸੋਰੀ, ਤੇ ਤੁਸੀਂ ਸਵੇਰ ਤੋਂ ਪਹਿਲਾਂ ਫੋਨ ਨੀ ਕਰਨਾ, ਮੇਰੇ ਸੋਰੀ, ਓਕੇ Be a good teacher. Sonam. Kaun hai bhai? Mata main aa. Main kudi kad le aa. Kadasya wale te nahi magar. Nahi halle de ghare nahi pata laga. Hostel chon chakki aa. Maa sadke aa te bala sona kam kita. Mara chadhdi kala kare rang bhag lave. Tu khlo ek minute hai. Main hune aayi. Main kya ji? Uth. ਆਪਣਾ ਚੜਤਾ ਕੁੜੀ ਕੱਢ ਲਿਆਇਆ। ਮੈਂ ਮਰ ਜਾ, ਤੇਰੇ ਤੇ ਗੋਡੇ ਬੜੇ ਸੋਹਣੇ ਆ। ਪਾਣੀ ਮਾਰ ਬਣੇ ਦੀਏ ਮਾਏ ਬੰਨਾ ਬੰਨੀ ਪਾਣੀ ਮਾਰਨ ਦੇ ਸੁਪਨੇ ਵੇਖਦਾ ਛੜਾ ਮਾਰ ਪਥਾਰ ਤੇ ਵੱਟ ਕੇ। ਆ ਕੀ ਹੈ ਮਾਤਾ? ਉਹਨੇ ਕਿਹਾ ਸੀ ਮੇਰਾ ਸਮਾਨ ਕਿੱਥੇ? ਸਮਾਨ ਲਾਤਾ ਮੈਂ ਚੁੱਲ੍ਹੇ ਚ, ਦੂਜਾ ਜਾਪਾ ਕੱਟਣ ਆਇਆ ਸੀ ਨਾ ਸਮਾਨ। ਓਏ ਓਏ, ਹੁਣ ਤਾਂ ਆਪਦੇ ਸੁਪਨੇ ਵੇਖਣੇ ਛੱਡਦੇ ਛੜਿਆ। ਛੜਾ ਕਿਉਂ ਕਹਿੰਦਾ ਯਾਰ ਸਾਹਿਬ? ਹੋਰ ਡਾਕਟਰ ਕਹਾਂ ਤੈਨੂੰ, ਸਾਰਾ ਪਿੰਡ ਕਹਿੰਦਾ, ਇਹ ਵਿਚਾਰਾ ਇਕੱਲਾ ਥੋੜਾ ਕਹਿੰਦਾ। ਆ ਲੈ ਫੜ। ਤੇ ਮੇਰੇ ਚ ਕੀ ਕਮੀ ਆ? ਆਪ 10 ਕਿੱਲੇ ਵੱਧ ਬਣਾ ਲੈਣੇ ਸੀ। ਮੈਨੂੰ ਨੀ 11 ਕਿੱਲੇ ਨੇ ਮਿਲੀ ਇੰਨੀ ਸੋਹਣੀ ਬਹੂ।
ਬਸ ਤੁਹਾਡੇ ਨਵੀਂ ਵਿਆਹੀ ਜੋੜੀ ਵਾਲੇ ਲੱਛਣ ਦੇਖ ਕੇ ਲੋਕਾਂ ਨੂੰ ਲੱਗਦਾ ਕਿ ਚੜ੍ਹਦਾ ਤਾਂ ਹਲੇ ਨਿਆਣਾ ਹੀ ਆ। ਹਾਂ, ਤੇਰੇ ਤਾਂ ਪੋਤੜੇ ਸੁੱਕਦੇ ਕਿਤੇ। ਓਏ, 45 ਕੁੱਕੜ ਸੀ ਮੇਰੇ ਕੋਲ, 8 ਰਹਿ ਗਏ, 37 ਖਵਾਤੇ ਤੇਰੇ ਵੇਖਣ ਵਾਲਿਆਂ ਨੂੰ। ਹੁਣ ਮੈਂ ਆਪਣਾ ਮੀਟ ਭਾਵੇਂ ਰਨ ਕੇ ਖਵਾ ਦਿਆਂ, ਮੈਂ ਤੈਨੂੰ ਦੱਸਾਂ। ਨਾਲੇ ਗੱਲ ਸੁਣ, ਆ ਰਿਸ਼ਤਾ ਆਇਆ ਈ। ਆ ਗਲਾਸ ਫੜੀ ਬੇਬੇ, ਫੜ ਮਾਰਨਾ ਚਾਤੀ। ਹੋਰ ਹੀ ਗੱਲਾਂ ਕਰੀ ਜਾਂਦਾ, ਦਿਖਾਉਣ ਵਾਲੀ ਚੀਜ਼ ਨੀ ਦਿਖਾਉਂਦਾ। ਬਨੇਰੇ ਬੈਠੇ ਕਬੂਤਰ ਨਾਲੋਂ ਨਾ ਹੱਥ ਤੇ ਬੈਠੀ ਚਿੜੀ ਠੀਕ ਹੁੰਦੀ ਆ। ਸੋਹਣੀ ਤਾਂ ਹੈ ਨੀ। ਹੋਰ ਹੁਣ ਤੂੰ ਜੀਨ ਤਾਂ ਮਾਨ ਨਾਲ ਕਰਵਾਏਗਾ। ਤੈਨੂੰ ਵੀ ਤਾਂ ਇੰਨੀ ਸੋਹਣੀ ਬਹੂ ਮਿਲੀ ਸੀ, ਮੈਨੂੰ ਵੀ ਮਿਲ ਜੂ ਇੱਕ ਦਿਨ। ਉਹ ਤੇ ਸੁਖਨਾ ਪੁੱਤੇ ਆਪ ਬਹੁਤ ਸੋਹਣਾ ਸੀ ਨਾ, ਤਾਂ ਮਿਲੀ ਆ। ਹਾਂ, ਲੋਕਾਂ ਨੇ ਤਾਂ ਮਚਾਉਣਾ ਹੀ ਮਚਾਉਣਾ, ਮੈਨੂੰ ਮੇਰੇ ਮਾਂ ਪਿਓ ਨੀ ਮਚਾਉਣੋਂ ਹਟਦੇ। ਆ ਮੈਂ ਨੀ ਪੀਣੀ ਚਾਹ। ਕਿਉਂ? ਉਹ 12 ਕੋਲ ਆ ਰਹੇ ਰਿਸ਼ਤੇ ਵਾਲੇ, ਲੀੜੇ ਲੁੜੇ ਚੱਕਦੇ ਪਾਣੀ। ਇਹ ਹੈ ਕਾਕਾ, 11 ਕਿੱਲੇ ਜ਼ਮੀਨ ਹੈ ਤੇ ਆਪ ਦਾ ਕੰਮ ਹੈ ਫੋਟੋਆਂ ਦਾ, 18,000 ਰੁਪਇਆ ਤਨਖਾਹ ਲੈਂਦਾ। ਵੇਖੋ ਜੀ, ਵਧੀਆ ਵਿਆਹ ਟੱਕਰ ਜਾਣ ਤਾਂ 20-21,000 ਬਣ ਜਾਂਦਾ, ਨਾਲੇ ਸ਼ਗਨ ਦਿੰਦੇ ਆ ਜੀ ਲੋਕੀ ਖੁਸ਼ ਹੋ ਕੇ। ਬਾਕੀ ਵਿਆਹ ਤੋਂ ਪਹਿਲਾਂ ਜੋੜੇ ਦੀਆਂ ਜਿਹੜੀਆਂ ਫੋਟੋਆਂ ਖਿੱਚਦੇ ਨੇ, ਅੱਜ ਕੱਲ੍ਹ ਜਿਹੜਾ ਰਿਵਾਜ ਜਿਹਾ ਚੱਲਿਆ ਹੋਇਆ, ਉਹ ਤਾਂ ਪਤੰਦਰ ਬਾਹਲੇ ਡਿਜ਼ਾਈਨ ਦੀਆਂ ਬਣਾ ਬਣਾ ਕੇ ਖਿੱਚਦਾ। ਦੱਸ ਪੁੱਤੋ ਜੀ, ਮੈਂ ਇੱਕ ਵਿਆਹ 'ਚ ਕੁੜੀ ਔਰਕੈਸਟਰਾ ਵਾਲੀ ਬਣਾਈ ਸੀ ਤੇ ਮੁੰਡਾ ਸ਼ਰਾਬੀ, ਤੇ ਉਦੋਂ ਪਿਛਲੇ ਵਿਆਹ 'ਚ ਕੁੜੀ ਨੂੰ ਚਿੜੀ ਬਣਾਇਆ ਸੀ ਤੇ ਮੁੰਡੇ ਨੂੰ ਕਾਂ। ਉਹਨਾਂ ਦੀ ਇੱਕ ਲਵ ਸਟੋਰੀ ਜੀ ਦਿਖਾਈ ਸੀ ਜੀ ਮੈਂ। ਆਓ ਬਾਈ, ਸਾਹਿਬ ਘਰ ਆਈਏ। ਉਹ ਬਸ ਘਰ ਆ ਜਾ ਹੁਣ। ਕਿਵੇਂ ਲੱਗਦਾ ਬਾਈ? ਉਹ ਕੁੱਕੜ ਤਾਂ ਕਰਾਰਾ ਸੀ, ਉਹ ਮੁੰਡਾ ਤਾਂ ਸੋਹਣਾ ਬਾਈ, ਤੇ ਘਰ ਬਾਰ ਵੀ ਠੀਕ ਹੈ। ਇਹੋ ਜਿਹਾ ਰਿਸ਼ਤੇਦਾਰੀ ਚ ਵੀ ਭੱਜ ਕੇ ਸਾਕ ਹੁੰਦਾ, ਮੈਂ ਤੁਹਾਨੂੰ ਗੱਲ ਦੱਸਾਂ, ਇਹ ਤਾਂ ਵਿਚਲੀ ਗੱਲ ਹੋਰ ਹੋਣੀ ਆ ਕੋਈ। ਹਾਂ, ਮੈਨੂੰ ਵੀ ਇਹੀ ਲੱਗਦਾ, ਉਹ ਹੈ ਤਾਂ ਕੋਈ ਰੌਲੇ ਵਾਲੀ ਗੱਲ। ਇਹ ਮੇਰੇ ਸਾਲਿਆਂ ਦੇ ਪਿਕਨਿਕ ਮਨਾਉਣ ਆਉਂਦੇ ਆ, ਖਾ ਕੇ ਮੁਰਗਾ, ਪੀ ਕੇ ਲੱਤ ਜਿਹੜੀ ਬੋਤਲ ਤੁਰਦੇ ਲੱਗੇ। ਉਹ ਕੀ ਪਤਾ ਅਗਲੇ ਰਾਏ ਕਰਕੇ ਦੱਸਣ ਯਾਰ, ਸਾਹਿਬ ਤੂੰ ਨੈਗੇਟਿਵ ਨਾ ਸੋਚਿਆ ਕਰ, ਹਰ ਗੱਲ 'ਚ ਯਾਰ ਨੈਗੇਟਿਵ ਆ ਇਹ ਬੰਦਾ। 500 ਧਰਦੇ ਅਗਲੇ ਜਿਨ੍ਹਾਂ ਨੇ ਕਰਨਾ ਹੁੰਦਾ, ਤੇ ਤੂੰ ਲਿਆ ਕੇ ਪਲੇਟ ਤੇ ਬਹਿ ਗਿਆ, ਪੈਰੀ ਹੱਥ ਨਹੀਂ ਲਾਉਣਾ ਸੀ? ਉੱਤੋਂ ਕੁੜੀਆਂ ਵਾਂਗੂ ਸੰਗੀ ਜਾਂਦਾ ਕਬੂਤਰ ਜਿਹਾ, ਤੇ ਤੂੰ ਕੀ ਦੱਸਣ ਬਹਿ ਗਿਆ ਸੀ? ਹੈ, ਸ਼ਗਨ ਨੂੰ ਮੈਂ ਨੱਚ ਨੱਚ ਮੰਗਦਾ? ਅੱਜ ਇੱਕ ਹੋਰ ਪੁੱਤਾਂ ਵਰਗਾ ਕੁੱਕੜ ਖਵਾਤਾ ਇਹਨਾਂ ਨਿੱਜੜਿਆਂ ਨੂੰ। ਜਿਹੜਾ ਅੱਜ ਵਾਲਾ ਸੀ ਉਹ ਤਾਂ ਬਾਹਲਾ ਹੀ ਚੰਗਾ ਸੀ, ਮਿੱਠਾ ਵੀ ਬਾਹਰ ਜਾ ਕੇ ਕਰਦਾ ਸੀ। ਉਹ ਹੋਰ ਫਿਰ ਚੜ੍ਹਤਿਆ, ਹੋ ਗਿਆ ਰਿਸ਼ਤਾ? ਮੈਂ ਕਿਹਾ ਭਰਾ ਨੂੰ ਵਧਾਈਆਂ ਹੀ ਦੇ ਆਈਏ। ਲੈ ਪੁੱਤ ਬਹਿ ਬਾਪੂ ਕੋਲੇ। ਆ ਜਾ ਮੇਰਾ ਪੁੱਤ। ਕਿਵੇਂ ਆ, ਨੁਕਸਾਨ ਦਾ ਕਿਵੇਂ, ਠੰਡੇ ਜੇ ਹੋਏ ਬੈਠੇ ਹੋ, ਹੋਇਆ ਨੀ? ਤੁਸੀਂ ਭਰਾਵਾ ਧੱਕਾ ਵੀ ਬਹੁਤ ਕਰਦੇ ਆ। ਚਾਚਾ ਤੂੰ 45 ਚੂਚੇ ਰੱਖੇ ਈ, 45 ਦੇ 45 ਕੁੱਕੜ ਨਿਕਲੇ। ਤੁਸੀਂ ਆਪ ਸਿਆਣੇ, 45 ਕੁੱਕੜਾਂ ਨੂੰ ਇੱਕ ਕੁੱਕੜੀ ਨੀ ਜੁੜੀ, ਤੈਨੂੰ ਡੋਲੇ ਕਿੱਥੇ? ਪੁੱਤ ਸਤਿ ਸ਼੍ਰੀ ਅਕਾਲ ਬੁਲਾ ਤਾ ਇਹਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਾਈ, ਕੀ ਹਾਲ ਹੈ? ਰਹਿਣ ਦੇ ਵੀ ਤੂੰ ਹਾਲ ਚਾਲ ਪੁੱਛਣ ਨੂੰ, ਐਵੇਂ ਪਿੰਡ ਚ ਗੱਲ ਉੱਡ ਜੂ। ਚਿੜਾ ਤਾਂ ਬੈਠਾ ਚੀ ਚੀ ਕਰਦਾ, ਚਿੜੀ ਬੈਠੀ ਚੁੱਪ ਕੀਤੀ, ਮਰ ਜੋ ਬੇ ਚੜਿਓ, ਕਿਉਂ ਦੁਨੀਆ ਠਿੱਟ ਕੀਤੀ? ਨਾ ਭਾਈ, ਮੈਂ ਨੀ ਤੇਰੇ ਨਾਲ ਬੋਲਦੀ। ਉਹ ਤੂੰ ਉਮਰ ਦੇਖ ਲੈ ਆਪਣੀ ਤਾਈ। ਲੈ, ਛੜੇ ਬੰਦੇ ਦਾ ਕੀ ਵਸਾ ਹੈ, ਭੁੱਖਾ ਕਿਹੜੀ ਬੇਹੀ ਮਿੱਸੀ ਦੇਖਦਾ। ਚੱਲ, ਕਿਹੜਾ ਕਿਸੇ ਨੂੰ ਪਤਾ ਲੱਗਣਾ, ਗੱਲ ਆਪਣੇ ਦੋਹਾਂ ਜੀਆਂ ਦੀ। ਮਰ ਜਾ ਤਾਈ। ਓ ਬੱਲੇ, ਅਸ਼ਰਫ ਅਲੀ, ਅਸ਼ਰਫ ਅਲੀ, ਅਸ਼ਰਫ ਅਲੀ। ਐਡੀ ਸੋਹਣੀ ਜੋੜੀ ਰੱਬ ਨੇ ਬਣਾ ਪਤਾ ਨੀ ਕਿਵੇਂ ਦਿੱਤੀ, ਕਮਾਲ ਦੀ ਜੋੜੀ ਹੈ ਜੀ ਤੁਹਾਡੀ। ਭੈਣ ਜੀ, ਹੁਣ ਤੁਸੀਂ ਐਂ ਕਰੋ, ਦੋਵੇਂ ਹੱਥ ਐਂ ਕਰੋ, ਇੱਥੇ ਨਾ ਬਾਈ ਜੀ ਦੀ ਫੋਟੋ ਆਊਗੀ ਬਹੁਤ ਸੋਹਣੀ, ਤੇ ਇੱਧਰਲੇ ਪਾਸੇ ਤੁਹਾਡੀ ਫੋਟੋ ਆਊਗੀ। ਨਹੀਂ ਨਹੀਂ, ਬੁੱਕ ਥੋੜਾ ਜਿਹਾ ਚੌੜਾ ਕਰੋ, ਬਾਈ ਜੀ ਨੇ ਆਉਣਾ ਨੀ। ਹਾਂ, ਥੋੜਾ ਹੋਰ। ਹਾਂਜੀ, ਰੈਡੀ? ਸੂਟ ਦਾ ਕਲਰ ਬਹੁਤ ਸੋਹਣਾ, ਫੋਟੋਆਂ ਬਹੁਤ ਉੱਠ ਕੇ ਆਉਣੀਆਂ। ਲਿਆਓ ਵੀਰ ਜੀ, ਲਾੜੇ ਨੂੰ ਬੁਲਾਓ।
ਲਾੜਾ ਇਹੀ ਹੈ ਉਸਤਾਦ। ਮੈਨੂੰ ਕਿਸ ਦਿਨ ਫੋਟੋਆਂ ਖਿੱਚਦੇ ਖਿੱਚਦੇ ਨੂੰ ਹਾਰਟ ਅਟੈਕ ਹੋ ਜਾਣਾ। ਘੋੜਿਆਂ ਨੂੰ ਨਹੀਂ ਮਿਲਦੀ ਗਰਾਸ ਤੇ ਅੱਗ ਦੇ ਖਾਂਦੇ ਆ ਚਵਨ ਪ੍ਰਾਸ਼। ਬਾਈ ਜੀ ਵੀਰੇ ਵਿਚੋਲਾ ਕੌਣ ਆਪਣਾ ਨੰਬਰ ਦੇਈ? ਮਾਮੀ ਨੇ ਰਿਸ਼ਤਾ ਕਰਾਇਆ, ਮਾਮੀ ਦੀ ਭੈਣ ਦੀ ਕੁੜੀ ਆ। ਗਊ ਹੱਥੇ ਕਰਤੀ ਮਾਮੀ ਨੇ। ਚਲੋ ਆਪਣਾ ਨਾ 1947 ਦੀ ਪਟਵਾਰੀ ਦੀ ਥੀਮ ਉਹ ਗਦਰ ਫਿਲਮ ਵਾਲਾ। ਹਾਂ ਉਹ ਸਾਰਾ ਹਿਸਾਬ ਤਾਂ ਉਹੀ ਹੈ। ਲਾਲਟਨ ਫੜਾ ਜੋ ਉਧਰ। ਉਹ ਸੱਭਿਆਚਾਰ ਆ ਜਾਓ। ਬਾਈ ਸਾਡੀ ਪੇਮੈਂਟ ਕਰ ਦਿਓ, ਅਸੀਂ ਦੂਜੇ ਵਿਆਹ ਦੇ ਸ਼ੂਟ ਤੇ ਵੀ ਜਾਣਾ। ਭੈਣ ਦਾ ਭਰਾ, ਸਾਰੀ ਦੁਨੀਆਂ ਦੇ ਵਿਆਹ ਹੋਈ ਜਾਂਦੇ ਆ। ਦੇ ਇਹਨਾਂ ਨੂੰ 400। ਤੇ ਉਹ ਕੁੜੀਆਂ ਨੂੰ 600-600 ਦੇ ਦੀ। ਕੀ ਨਾਂ ਜੀ ਆਪਣਾ? ਕਿਹਨਾਂ ਦੀ ਕੁੜੀ ਆ? ਕੁੜੀ ਜਿਹਨਾਂ ਦੀ ਮਰਜ਼ੀ ਹੋਵੇ, ਉਹ ਘਰ ਵਾਲੀ ਮੇਰੀ ਹੈ। ਆ ਲੈ ਵੀਰੇ। ਉਸਤਾਦ ਇਹ 12 ਨੇ, ਪਹਿਲਾਂ ਹੀ ਜੋਟਿਆਂ 'ਚ ਆਉਂਦੇ ਆ, ਇਹਨਾਂ 'ਚੋਂ ਨਾ ਭਾਲ ਡੁੱਲੇ। ਸ਼ੁਰੂ ਸ਼ੁਰੂ 'ਚ ਬਹੁਤ ਰਿਸ਼ਤੇ ਆਉਂਦੇ ਸੀ ਮੈਨੂੰ ਜਲੰਧਰ, ਮੈਂ ਹੀ ਉਹ ਕਾਲਜ ਵਾਲੀ ਦੇ ਚੱਕਰ 'ਚ ਮਨਾ ਕਰੀ ਗਿਆ। ਫਿਰ ਮੈਂ ਇੱਕ ਦਿਨ ਸੋਚਿਆ ਵੀ ਉਹਦੇ ਤਾਂ ਜਵਾਕ ਵੀ ਹੋ ਗਿਆ, ਉਹਨੇ ਉਹਦਾ ਨਾ ਚੜ੍ਹਤਾ ਵੀ ਨਹੀਂ ਰੱਖਿਆ। ਉਹ ਟੁੱਟ ਪੜੇ ਨੂੰ ਤਾਂ ਭੋਰਾ ਮੇਰਾ ਮੂੰਹ ਨਹੀਂ ਆਇਆ। ਹੁਣ ਜਦੋਂ ਮੇਰਾ ਮਨ ਬਣਿਆ ਆ ਤਾਂ ਸਾਲੀ ਰਿਸ਼ਤੇ ਵਾਲਿਆਂ ਨੂੰ ਮੌਤ ਪੈ ਗਈ। ਹੁਣ ਤਾਂ ਉਹ ਹਿਸਾਬ ਆ ਬਈ, ਸਾਰੀ ਸਬਜ਼ੀ ਵਿਕਣ ਤੋਂ ਬਾਅਦ ਜਿਹੜਾ ਰੇਹੜੀ ਤੇ ਰਿਜੈਕਟਡ ਜਿਹਾ ਮਾਲ ਹੀ ਰਹਿ ਜਾਂਦਾ ਵੀ 20 ਰੁਪਏ ਨੂੰ ਸਾਰੀ ਰੇਹੜੀ। ਇਹੋ ਜਿਹੇ ਰਿਸ਼ਤੇ ਆਉਂਦੇ, ਉਹ ਵੀ ਭੈਣ ਦੇ ਭਰਾ ਕਹਿੰਦੇ ਵੀ ਕਾਕਾ ਤੈਨੂੰ ਕੁੜੀ ਨਹੀਂ ਦੇਣੀ। ਅਸਤਾਜ ਤੂੰ ਕਿਸੇ ਪੰਡਤ ਨੂੰ ਦਿਖਾ। ਉਹ ਜਾ ਕੰਮ ਕਰ, ਪੰਡਤ ਨੂੰ ਦਿਖਾ। ਉਹ ਮੈਂ ਨਹੀਂ ਮੰਨਦਾ ਪੰਡਤਾਂ ਪੁੜਤਾਂ ਨੂੰ। ਅਸਤਾਜ ਕਈ ਵਾਰੀ ਗ੍ਰਹਿ ਢਿੱਲੇ ਹੁੰਦੇ ਆ। ਹਾਂ ਤੇ ਪੰਡਤ ਤਾਂ ਚਾਬੀ ਬਾਨੇ ਚੱਕੀ ਫਿਰਦੇ ਆ ਕਸਣ ਨੂੰ। ਪੰਡਤ ਨੂੰ ਦਿਖਾ, ਨਾਲੇ ਹੋਰ ਵੀ ਕੁਛ। ਪੰਡਤ ਜੀ ਨਾ ਤਾਂ ਮੈਂ ਤੋਂ ਕੁੱਤੀ ਨਾਲ ਵਿਆਹ ਹੋਣਾ ਜੀ, ਨਾ ਹੋਣਾ ਪਿੱਪਲ ਦਾ, ਨਾ ਹੀ ਸਾਡੇ ਕੋਲ ਇੰਨੇ ਖੋਪੇ ਵਾਧੂ ਆ ਕਿ ਬੰਨ ਬੰਨ ਖੰਭਣੀਆਂ ਨਹਿਰ 'ਚ ਤਾਰਦੇ ਰਹੀਏ। ਕੋਈ ਹੋਰ ਉਪਾਅ ਹੈ ਤਾਂ ਦੱਸੋ ਜੀ। ਤੇਰਾ ਵਿਆਹ ਨਹੀਂ ਹੋ ਸਕਦਾ। ਵਜ੍ਹਾ ਜੀ? ਪਿਛਲੇ ਜਨਮ 'ਚ ਤੇਰੇ 365 ਵਿਆਹ ਸੀ। ਰਾਜਾ ਸੀ ਤੂੰ ਤੇ 365 ਰਾਣੀਆਂ ਸੀ, ਤੇ ਉਹਨਾਂ ਤੋਂ ਤੂੰ ਇੰਨਾ ਕੁ ਤੰਗ ਸੀ 365 ਚਰਿੱਤਰ ਨਾਰ ਦੇ ਤੇ ਸਾਰੀ ਉਮਰ ਬੰਦੇ ਨੂੰ ਮਾਰਦੇ। ਇਹ ਆਪ ਜੀ ਦੇ ਹੀ ਬਚਨ ਨੇ। ਤੂੰ ਆਪ ਹੀ ਕਿਹਾ ਸੀ ਕਿ ਆਉਣ ਵਾਲੇ 7 ਜਨਮਾਂ ਤੱਕ ਮੈਨੂੰ ਜਨਾਨੀ ਨਾ ਜੁੜੇ। ਪੱਕੀ ਗੱਲ? ਪੱਕੀ। ਦੇਖੋ ਪੰਡਤ ਜੀ, ਜਲੰਧਰ ਦੇ ਕਹਿਣ ਤੇ ਆ ਤਾਂ ਮੈਂ ਗਿਆ, ਪਰ ਮੈਂ ਵਹਿਮਾਂ ਭਰਮਾਂ 'ਚ ਵਿਸ਼ਵਾਸ ਨਹੀਂ ਰੱਖਦਾ। ਬਾਕੀ ਤੁਸੀਂ ਪੜ੍ਹੇ ਲਿਖੇ ਹੋ, ਕੁਛ ਕੁਛ ਦਮ ਹੈ ਤੁਹਾਡੀ ਗੱਲ 'ਚ। ਹੋ ਸਕਦਾ ਮੈਂ ਪਿਛਲੇ ਜਨਮ 'ਚ ਰਾਜਾ ਹੋਵਾਂ, 300 ਬੈੱਡ ਰਾਣੀਆਂ ਵੀ ਹੋ ਸਕਦੀਆਂ, 150-200 ਜਵਾਕ ਵੀ ਹੋਊਗਾ, ਪਰ ਮੇਰਾ ਵਿਆਹ ਨਹੀਂ ਹੋਣਾ, ਇਹ ਨਹੀਂ ਹੋ ਸਕਦਾ। ਉਹ ਜੇ ਮੈਂ ਰਾਜਾ ਸੀ, ਮੈਂ ਦੁਖੀ ਸੀ, ਤਾਂ ਮੈਂ ਚੱਕ ਜੇ 'ਚ ਮਰ ਰਹੀ 365 ਦੀਆਂ ਪੈਂਟ, ਮੈਂ ਅਗਲੇ 7 ਜਨਮਾਂ ਦੇ ਗਿੱਟੇ ਜ਼ਰੂਰ ਬਣਾਉਣੇ ਸੀ। ਮੈਨੂੰ ਜਲੰਧਰ ਬੱਚਾ ਨੇ ਦੱਸਿਆ ਤੇਰੇ 37 ਰਿਸ਼ਤੇ ਮੁੜੇ ਆ। 38ਵਾਂ ਰਾਤ ਮੁੜ ਗਿਆ ਜੀ। ਓਏ ਤੂੰ ਮੇਰਾ ਸਟੈਂਡ ਚੱਕਣਾ ਕਿਹਦੇ ਨਾਲ ਅਗਰਬੱਤੀਆਂ ਚੱਕਣੀਆਂ ਹੈ? ਉਹ ਕਾਕਾ ਤੇਰਾ ਵਿਆਹ ਨਹੀਂ ਹੋ ਸਕਦਾ, ਯੋਗ ਨਹੀਂ ਹੈਗਾ ਤੇਰਾ। ਜੇ ਹੋ ਜਾਏ ਫੇਰ ਭੁੱਲ ਜਾ, ਆ ਤੂੰ ਬਜਾਲਾ ਜਿਹੜੀਆਂ ਬਜਾਉਣੀਆਂ ਆ ਘੈਂਟੀਆਂ। ਹਾਂ ਬਾਈ, ਰਾਹ 'ਚ ਹੀ ਆ, ਅਸੀਂ ਆ ਗਏ। ਉਹ ਤੂੰ ਭੁੱਲ ਜਾ। ਹਾਂ ਹਾਂ ਬਸ ਆ ਗਈ ਯਾਰ, ਤੇਰਾ ਵਿਆਹ ਨਹੀਂ ਹੋ ਸਕਦਾ। ਉਹ ਤੂੰ ਮਹੀਨੇ 'ਚ ਲੈ। ਕੋਈ ਨਾ, ਖੁਸ਼ ਰਹੋ। ਤੁਹਾਡਾ ਵੀ ਵਿਆਹ ਨਹੀਂ ਹੋ ਰਿਹਾ ਜੀ, ਆਪਾਂ ਰਲ ਮਿਲ ਕੇ ਕਰ ਲੈਂਦੇ ਕੋਈ ਉਪਾਅ। ਚੱਲ ਉਸਤਾਦ, ਕਿਉਂ ਯਾਰ ਛਿੱਤਰ ਖਾਣੇ ਤੂੰ ਮਹੀਨੇ 'ਚ? ਰਾਈਆਂ ਦਾ ਵਿਆਹ ਨਹੀਂ ਸੀ? ਹਾਂ, ਇਹ ਸਾਲੇ ਹੋਰ ਹੀ ਲੜੀਆਂ ਜੀਆਂ ਲਾਈ ਫਿਰਦੇ। ਇਹਨੂੰ ਪੁੱਛ। ਹੈਲੋ ਮੇਲਾ ਸਿੰਘ, ਇਹ ਪਿੰਡ 'ਚ ਬਾਹਰਲੇ ਦਾ ਜਿਹੜਾ ਵਿਆਹ ਉਹ ਇਹੀ ਹੈ? ਉਹ ਬਾਈ ਆਹੀ ਆ ਵਿਆਹ,
ਬਾਹਰੋਂ ਤਾਂ ਬਸ 20-25 ਬੰਦੇ ਆਏ ਆ, ਬਾਕੀ ਮੈਂ ਇਕੱਠੇ ਕਰਿਆ ਕਿਰਾਏ ਤੇ ਰੌਣਕਾਂ ਲਾਉਣ ਲਈ। ਬਈ ਸ਼ੂਟਿੰਗਾਂ, ਗਿੱਧਾ, ਭੰਗੜਾ, ਭੋਗ, ਮਰਗਤ, ਵਹਿਣ, ਸਿਆਪੇ, ਹਰ ਟਾਈਪ ਦੇ ਬੰਦੇ ਆ ਆਪਣੇ ਕੋਲ। ਸਾਨੂੰ ਇੱਥੇ ਕੋਈ ਵੈਡਿੰਗ ਪਲੈਨਰ ਦਾ ਸਿਊ ਆ ਬਾਈ? ਉਹੀ ਆ ਸਰਪੰਚ ਇਹਨਾਂ ਦੀ। ਮੇਲੇ ਕਿੱਥੇ ਸੀ ਤੂੰ? ਤੇਰੇ ਬੰਦੇ ਕਿੱਥੇ ਆ? ਬੱਤਾ ਵੀ ਨਹੀਂ ਪੀਣ ਦਿੰਦੀ। ਉੱਤੇ ਆਲੇ ਜਨੌਰ, ਕਾਂ, ਘੁੱਗੀਆਂ, ਗਿਟਾਰਾਂ, ਕਬੂਤਰ, ਆ ਥੋੜੀ ਜਲੇਬੀ ਬੂੰਦੀ ਤਾਂ ਐ ਮੁੱਕ ਜਾਣੀ ਆ ਜੀ, ਜਿਵੇਂ ਛੜੇ ਬੰਦੇ ਦੀ ਜ਼ਿੰਦਗੀ ਚੋਂ ਕੁੜੀਆਂ ਮੁੱਕਦੀਆਂ ਜੀ। ਉਸਤਾਦ, ਆਪ ਦੀ ਮਸ਼ਹੂਰੀ ਕਰਨੀ ਜ਼ਰੂਰੀ ਹੁੰਦੀ ਹੈ? ਤੁਸੀਂ ਸੋਟੀ ਲੈ ਕੇ ਬੈਠੋ, ਜੇ ਕੋਈ ਵੀ ਬਰਡ ਆਵੇ ਤਾਂ ਉਡਾ ਦਿਓ। ਪਰ ਮੈਨੂੰ ਤਾਂ ਮੁੰਡੇ ਦਾ ਤਾਇਆ ਬਣਾਇਆ ਸੀ। ਕੋਈ ਨਾ, ਤਾਇਆ ਮੈਂ ਹੋਰ ਬਣਾ ਦੂੰ, ਤੁਸੀਂ ਬੈਠੋ ਇੱਥੇ। ਠੀਕ ਹੈ। ਤੇ ਗਗਨ, ਇਹਨਾਂ ਦੇ ਕੱਪੜੇ ਚੇਂਜ ਕਰਵਾ। ਇੱਕ ਵੀ ਜਣਾ ਮੈਨੂੰ ਪੈਂਟ ਸ਼ਰਟ ਨਹੀਂ ਦੇਖਣਾ ਚਾਹੀਦਾ। ਇਟਸ ਅ ਥੀਮ ਵੈਡਿੰਗ। ਹਾਂਜੀ, ਆਪਾਂ ਇਹ ਕੰਮ ਹੋਰ ਕਰ ਸਕਦੇ ਹਾਂ ਜੀ। ਇਹਨਾਂ ਪਾਵਿਆਂ ਦੇ ਥੱਲੇ ਪਾਣੀ ਵਾਲੀਆਂ ਕੌਲੀਆਂ ਰੱਖ ਦਿਓ ਜੀ। ਮੈਨੂੰ ਪਤਾ ਕੀੜੀਆਂ ਰੌਕ ਕਲਾਈਮਿੰਗ ਤਾਂ ਜਾਣਦੀਆਂ ਪਰ ਸਵਿਮਿੰਗ ਨਹੀਂ ਜਾਣਦੀਆਂ। ਉਹ ਤੈਨੂੰ ਤਾਂ ਪਤਾ ਤਾਇਆ, ਪਿੰਡਾਂ 'ਚ ਆਪਾਂ ਇੱਦਾਂ ਹੀ ਕਰਦੇ ਹਾਂ। ਓਏ ਮੈਂ ਫੁੱਫੜ ਹਾਂ, ਤਾਇਆ ਨਹੀਂ। ਉਹ ਤਾਇਆ ਤਾਂ ਮੈਂ ਹਾਂ ਭਾਈ, ਪਰ ਇਹ ਕਿਤੇ ਸਾਡੀ ਸੁਣਦੀ ਹੈ? ਉਹ ਨਾਲੇ ਸਾਨੂੰ ਤਾਂ ਮੇਲੇ ਨੇ ਇਹ ਕਿਹਾ ਸੀ ਵੀ ਇਹਦੀ ਹਾਂ ਛਾਂ ਮਿਲਾਈ ਜਾਇਓ, ਸੋ ਅਸੀਂ ਮਿਲਾਈ ਜਾਣੀ ਹੈ। ਹੁਣ ਜੇ ਵਿਆਹ 'ਚ ਅਰਥੀ ਚੱਕਣ ਨੂੰ ਕਹੋਗੇ ਅਸੀਂ ਉਹ ਵੀ ਚੱਕ ਦੇਣੀ ਹੈ, ਤੁਹਾਨੂੰ ਕੀ ਹੈ? ਆ ਠੀਕ ਹੈ, ਕਿਸੇ ਨੇ ਕੁਛ ਨਹੀਂ ਦੱਸਣਾ ਤੇ ਤੂੰ ਤੂੰ ਮੈਨੂੰ ਕੰਨ 'ਚ ਦੱਸਣਾ ਹੈ ਜੀ, ਮੇਰੇ ਕੰਨ 'ਚ ਦੱਸਣਾ। ਹਾਂਜੀ ਹਾਂਜੀ, ਸੋਹਣਾ ਨਹੀਂ। ਹਾਂਜੀ ਠੀਕ ਆ। ਹਾਂਜੀ, ਹੁਣ ਆ ਕੌਲੀਆਂ ਪਾਵਿਆਂ ਦੇ ਥੱਲੇ ਲਵਾ। ਇਹਨੂੰ ਕੱਖ ਆਉਂਦਾ ਨਹੀਂ ਤੇ ਇਹਨੇ ਮੇਰੇ ਪੱਲੇ ਕੱਖ ਛੱਡਣਾ ਨਹੀਂ। ਉਸਤਾਦ, ਤੈਨੂੰ ਕੋਈ ਸ਼ਾਂਤਰੇ ਦੀ ਗੋਲੀ ਨਹੀਂ ਫੜਾਉਂਦਾ, ਤੂੰ ਕਹਿ ਰਹੀ ਸ਼ਿਲਕ ਡੈਰੀ ਮਿਲਕ ਭਾਲਦੇ। ਕੈਮਰਾ ਬਾਬੇ, ਲੱਡੂ ਚੱਕੋ, ਥੱਲੇ ਲੈ ਜਾਓ। ਇਹ ਖਾਣ ਨੂੰ ਬਣਾ ਕੇ ਝੂਠੇ ਦੇਣ ਨੂੰ ਚੱਕੋ ਲੱਡੂ। ਹਾਂਜੀ, ਹੁਣ ਫੰਦਾ ਪੈਣਾ, ਗਲਾ ਪੈਣਾ। ਆਇਸ਼ਾ, ਹਾਂਜੀ, ਕੌਣ ਬਣੇਗਾ ਕਰੋੜਪਤੀ ਜੀ? ਇਹਨੂੰ ਲੌਕ ਕਰ ਦਿਓ, ਇਹਨੂੰ ਗਲਾ ਪੈਣਾ ਕਹਿੰਦੇ ਆ। ਮੈਂ ਤਾਂ ਮਜ਼ਾਕ ਕਰਦੀ ਸੀ, ਇਸ ਰਸਮ ਨੂੰ ਗਲਾ ਪੈਣਾ ਕਹਿੰਦੇ ਆ। ਸੀ, ਤੁਹਾਨੂੰ ਸਾਰਿਆਂ ਨੂੰ ਕੁਝ ਵੀ ਨਹੀਂ ਪਤਾ, ਪਿੰਡ ਵਾਲਿਆਂ ਨੂੰ ਵੀ ਨਹੀਂ ਪਤਾ। ਨਹੀਂ, ਪੈਸੇ ਤਾਂ ਚੁੱਪ ਰਹਿੰਦੇ ਆ, ਇਹ ਤਾਂ ਹੁਣ ਬੇਇੱਜ਼ਤੀ ਤੇ ਹੀ ਆ ਗਈ। ਕਈ ਲੋਕ ਵਿਆਹ ਨੂੰ ਫੰਦਾ ਸਮਝ ਗਿਆ, ਤਾਂ ਮੈਂ ਕਿਹਾ ਸੀ, ਪਰ ਉਹ ਵਿਚਾਰਿਆਂ ਨੂੰ ਕੀ ਪਤਾ ਕਿ ਵਿਆਹ ਇੱਕ ਖੂਬਸੂਰਤ ਅਹਿਸਾਸ ਹੈ, ਦੋ ਰੂਹਾਂ ਦਾ ਮੇਲ ਆ। ਸਾਰੇ ਰਿਸ਼ਤੇ ਰੱਬ ਆਪ ਫਿਕਸ ਕਰਕੇ ਭੇਜਦਾ ਹੈ, ਬਸ ਆ ਇੱਕ ਰਿਸ਼ਤਾ ਸਾਡੇ ਤੇ ਛੱਡਦਾ, ਆਪਣਾ ਸਾਥੀ ਚੁਣਨ ਦਾ ਸਾਨੂੰ ਹੱਕ ਦਿੱਤਾ। ਤੈਨੂੰ ਇੰਨਾ ਕਿਵੇਂ ਪਤਾ ਵਿਆਹ ਦੇ ਕਾਰਾਂ ਵਿਹਾਰਾਂ ਦਾ? ਇਹ ਛੜਾ ਹੈ ਜੀ, ਇਹਨੂੰ ਤਾਂ ਬਾਲਾ ਹੀ ਚਾਅ ਵਿਆਹ ਕਰਾਉਣ ਦਾ, ਤਾਂ ਹੀ ਤਾਂ ਕੱਲੀ ਕੱਲੀ ਚੀਜ਼ ਐਂ ਰੱਟੀ ਫਿਰਦਾ। ਹੱਸੋ ਜੀ ਹੱਸੋ, ਜਲੰਧਰ ਨੇ ਜੋ ਕਰੈਕ ਕੀਤਾ ਜੀ, ਇਹ ਤਾਂ ਬਾਲਾ ਹੀ ਫਨੀ ਹੈ। ਵੈਸੇ ਵਿਆਹ ਤਾਂ ਜੀ ਦੋ ਰੂਹਾਂ ਦਾ ਮੇਲ ਹੁੰਦਾ ਜੀ, ਹੁਣ ਦੂਜੀ ਰੂਹ ਮਿਲੇ ਤਾਂ ਹੀ ਫਿਰ ਗੱਲ ਬਣਦੀ ਹੈ ਨਾ ਜੀ। ਹੁਣ ਕੱਲੀ ਰੂਹ ਆਪਸ ਚ ਮਤਲਬ ਕਿੰਨੇ ਕੁ ਲਪੇਟੇ ਪਾਲਵੇ ਜੀ। ਨਾਲੇ ਮੈਂ ਦੇਖਿਆ ਜੀ, ਜਿੰਨੀ ਫੀਲ ਦਾ ਤੁਹਾਨੂੰ ਪਤਾ ਨਾ, ਇੰਨਾ ਤਾਂ ਕਿਸੇ ਵਿਆਹੀ ਬੰਦੇ ਨੂੰ ਹੀ ਪਤਾ ਹੋ ਸਕਦਾ। ਤੁਹਾਡਾ ਵਿਆਹ ਹੋ ਗਿਆ ਜੀ? ਇੰਨੀ ਫਰੈਂਕਨੈਸ ਚੰਗੀ ਨਹੀਂ ਹੁੰਦੀ।
ਨਹੀਂ ਮੇਰਾ ਮਤਲਬ ਫੋਟੋਆਂ ਮੈਂ ਖਿੱਚਾਂਗਾ ਜੀ। ਜਿਹੜੀ ਤੇ ਆਇਆ ਪਹਿਲਾਂ ਉਹਦਿਆਂ ਦਾ ਖਿੱਚ ਲੈ। ਹਾਂਜੀ ਚੱਕੀ ਪੁੱਠੀ ਖੇਡ ਰਹੇ ਆ ਜੀ। ਕੰਸਪੁਲ ਚੱਕੀ ਪੁੱਠੀ ਖੇਡ ਰਹੇ ਆ ਜੀ। ਗੁੱਡ ਹਾਂਜੀ ਸਿੱਖ ਗਿਆ। ਥੈਂਕ ਯੂ ਜੀ। ਨੋ ਚੱਕੀ ਪੁੱਠੀ ਖੇਡ ਰਹੇ ਹੋ ਜੀ। ਤੁਸੀਂ ਏਦਾਂ ਕਮਾਓ ਏਦਾਂ ਤੇ ਤੁਸੀਂ ਵੀ ਏਦਾਂ ਕਮਾਓ। ਡਰਾਈ ਮੈਡਮ ਨੇ ਮੈਨੂੰ ਖਾ ਜਾਣਾ ਨਾਲੇ ਤੈਨੂੰ। ਗਿੱਦੜ ਲਈ ਬੁੜੀਆਂ ਤਿਆਰ ਕਰ ਲੈ। ਉਹ ਫਿਕਰ ਨਾ ਕਰੋ ਜੀ, ਇੱਲ ਵਰਗੀ ਅੱਖਾਂ ਨਹੀਂ ਜਾਂਦੀਆਂ। ਹਾਂਜੀ ਆਹ ਦੇਖੋ ਫਿਰ ਤਸਵੀਰ। ਹਾਏ ਕਿੰਨੀ ਸੋਹਣੀ ਹੈ। ਪਰ ਇੰਨਾ ਕੰਮ ਸਾਰਾ ਭਾਰ ਕੱਲੇ ਹੀ ਚੱਕੀ ਫਿਰਦੇ ਹੋ, ਕਮਾਲ ਹੀ ਹੈ। ਤਨਖਾਹ ਵੀ ਫਿਰ ਵਾਧੂ ਹੋਣੀ ਹੈ। ਕਿੱਥੇ 10,000 ਦਿੰਦੀ ਇੱਕ ਵਿਆਹ ਦਾ, ਆਪ ਪਤਾ ਕਿੰਨੇ ਪੈਸੇ ਕਮਾਉਂਦੀ ਹੈ। ਅੱਛਾ ਲੋੜਾ ਇੰਨੀ ਚਲਾਕੋ ਹੈ, ਤਾਂ ਨਹੀਂ ਆ ਵੀ ਇਹਦਾ ਘਰ ਵਾਲਾ ਜਿਹੜਾ ਇੰਨਾ ਕੱਟੀ ਜਾਂਦਾ। 31 ਸਾਲਾਂ ਦੀ ਕੁਆਰੀ ਤੋਰੀ ਫਿਰਦੀ ਆ, ਇਹੋ ਜੀ ਨੂੰ ਬੰਦੇ ਜੁੜਦੇ ਨੇ। ਓ ਤਾਈ ਹੋ ਗਈ ਗਿੱਧੇ ਦੀ ਤਿਆਰੀ? ਇਹ ਰੱਬ ਨੇ ਮੇਰੇ ਕਰਮਾਂ ਨੂੰ ਛੱਡੀ ਆ। ਜਾਂ ਉਹੀ ਸਫੇਦੀ ਉਹੀ ਰਿਸ਼ਤਾ ਆਪਣੇ ਆਪ ਮਿਲੇ ਤਾਂ ਤੂੰ ਵਿਚੋਲੇ ਕੇ ਮੇਰੇ ਹੱਥੋਂ ਸੀ ਕਿਉਂ ਨਹੀਂ। ਹੁਣ ਟੱਕਰਿਆ ਹਾਣ ਨੂੰ ਹਾਣੀ, ਇਹ ਛੜੀ ਤੇ ਮੈਂ ਛੜਾ। ਏ ਪਰਮਾਤਮਾ ਠੀਕਰ 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 ਕਦੋਂ ਸੁਣਾਵੇਂਗਾ, ਕੁੱਤੀ ਨਾਲ ਦੀ 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 ਠੀਕਰ ਕਦੋਂ ਸੁਣਾਵੇਂਗਾ। ਤੁਸੀਂ ਵੀ ਆ ਜਾਓ। ਬੋਲੀ ਆ, ਕੋਈ ਮਾਹੌਲ ਵੀ ਦੇਖੀ ਦਾ ਹੁੰਦਾ। ਓਏ ਆਇਆ ਤੇਰੇ ਬੰਦੇ ਸਾਰਾ ਐਟਮੋਸਫੇਅਰ ਖਰਾਬ ਕਰਤਾ। ਬਾਈ ਮੈਂ ਕਿਹੜਾ ਆਰਕੈਸਟਰਾ ਵਾਲਾ, ਹੁਣ ਜਿੰਨੇ ਜੋਗੀ ਹੈਗੀਆਂ ਵਿਚਾਰੀਆਂ ਕਰਤਾ ਰਹੀਆਂ। ਗੱਲ ਸੁਣ ਲਓ ਮੈਡਮ, ਬੁੜੀਆਂ ਨੱਚ ਤਾਂ ਰਹੀਆਂ ਪਰ ਪੈਸਿਆਂ ਦੇ ਡਾਂਸਰ ਵਾਲੇ ਲੱਗਣਗੇ, ਕਿਉਂ ਤਾਈ? ਹੋਰ ਮਿਲ ਲਿਆ, ਮੇਰਾ ਤਾਂ ਸੰਗ ਸੁੱਕ ਗਿਆ। ਜਾ ਇੱਕ ਬੱਤਾ ਤਾਂ ਲਿਆ ਪੱਟ ਕੇ। ਹਾਂ ਮਿਲ ਲਿਆ, ਸੰਗ ਸੁੱਕ ਗਿਆ, ਦੋ ਬੱਤੇ ਪੱਟੇ। ਕੋਈ ਨਹੀਂ ਪੜਦਾ ਪੜਦਾ ਤਾਈ, ਤੁਸੀਂ ਜਾਨੂੰ ਉਹ ਬੋਲੀ ਚੱਕੋ, ਹੁਣ ਬਣੀਆਂ ਇੱਕ ਸਾਰ ਜੋੜੀਆਂ, ਹੁਣ ਬਣੀਆਂ, ਹੁਣ ਬਣੀਆਂ, ਹੁਣ ਬਣੀਆਂ ਇੱਕ ਸਾਰ ਜੋੜੀਆਂ, ਹੁਣ ਬਣੀਆਂ। ਜਲੰਧਰ ਮੇਰਾ ਦਾਦਾ ਕਹਿੰਦਾ ਹੁੰਦਾ ਸੀ, ਜਿਹੜੇ ਦਰਵਾਜ਼ੇ ਨੂੰ ਖੋਲਣ ਵਾਸਤੇ ਤੁਸੀਂ ਧੱਕੇ ਲੱਤਾਂ ਠੁੱਡੇ ਮਾਰਦੇ ਹੋ ਨਾ, ਹੋ ਸਕਦਾ ਉਹ ਦਰਵਾਜ਼ਾ ਖਿੱਚਣ ਤੇ ਖੁੱਲਣਾ ਹੋਵੇ। ਮੇਰੀ ਸਾਲੀ ਲਿਖੀ ਵੀ ਲਵ ਮੈਰਿਜ ਸੀ ਤੇ ਮੈਂ ਵਿਚੋਲੇ ਕਿੱਡੇ ਮੇਨ ਕਰੇ ਹੋਏ ਸੀ। ਭੈਣ ਦੇ ਭਰਾ ਮੈਨੂੰ ਜਿਵੇਂ ਜਵਾਕ ਨੂੰ ਸੁਸੂ ਕਰਨਾ ਨਹੀਂ ਸਿਖਾਉਂਦੇ, ਐਂ ਗਾਈਡ ਕਰਦੇ ਸੀ। ਆਖੇ ਚੜ੍ਹਤੇ ਉੱਚੀ ਨਾ ਬੋਲੀ ਹੋਏ, ਧੌਣ ਨਾ ਚੱਕੀ, ਜਦੋਂ ਕੁਛ ਪੁੱਛਣਗੇ ਉਦੋਂ ਹੀ ਜਵਾਬ ਦੇਈ, ਆ ਬਰਫੀ ਦੀ ਇੱਕੋ ਟਿੱਕੀ ਚੱਕੀ। ਹੋਰ ਬਾਲਾ ਜਲੂਸ ਕੱਢਿਆ ਤੇਰਾ ਅਸਤਾਦ। ਤੂੰ ਅੱਖਾਂ ਦੇਖਿਆ ਸੀ ਉਹਦੀਆਂ ਕਿੰਨੀਆਂ ਸੋਹਣੀਆਂ, ਉੱਤੋਂ ਕੁਆਰੀ ਹੈ ਜਿਹੜਾ ਉਹਦੇ ਇੱਥੇ ਗੱਲ ਤੇ ਕਾਲਾ ਤੇੜਿਆ ਨਾ, ਰੱਬ ਨੇ ਆਪ ਲਾ ਕੇ ਭੇਜਿਆ, ਉੱਤੋਂ ਕੁਆਰੀ ਹੈ। ਜਦੋਂ ਗੱਲਾਂ ਕਰਦੀ ਹੈ ਨਾ ਮਛਲੀਆਂ ਨੂੰ ਬੋਲ, ਐਂ ਸਲੋ ਮੋਸ਼ਨ ਚ ਹਿਲਦੀ ਹੈ, ਉੱਤੋਂ ਕੁਆਰੀ ਹੈ। ਜਿਵੇਂ ਤੂੰ ਗੱਲ ਗੱਲ ਤੇ ਉੱਤੋਂ ਕੁਆਰੀ ਕਰੀ ਜਾਣਾ ਨਾ, ਮੈਨੂੰ ਪਿਆਰ ਘੱਟ ਮਜਬੂਰੀ ਜ਼ਿਆਦਾ ਲੱਗਦੀ ਹੈ। ਜਾ ਯਾਰ ਐਵੇਂ ਮੂਡ ਨਾ ਖਰਾਬ ਕਰ, ਮਾਹੌਲ ਬਣਿਆ ਰਹਿਣ ਦੇ। ਤੂੰ ਕ੍ਰਿਸਟੋ ਰੋਨਾਲਡੋ ਨੂੰ ਜਾਣਦਾ? ਆਈ ਐਮ ਕ੍ਰਿਸਟੋ ਰੋਨਾਲਡੋ ਤੇ ਮੈਂ ਕੋਈ ਪੈਨਲਟੀ ਮਿਸ ਨਹੀਂ ਹੋਣ ਦਿੰਦਾ।
उपदेश देन लगा है बनाउणा ते छड़ा मुक्त पंजाब। तू मैनू ऐ दस थोड़े जो डायलॉग केड़ा केड़ा बोल लैंदा भाई? बथेरे आ जिन्हू कहेंगा बुला देंगे पर पैया 900 लगूगा। चल डूर सोच गल मुका दोस्त मुका दे हुण डन बंदा व्यापारी है भाई तू ओ तो हैगा भाई रिहर्सल करा दा फिर चक दे फटे चल चल ਉਹ ਨਾ ਦੋਈ ਦਾ ਸਮਾਨ ਮੰਗਾ ਲਿਆ ਹੈ ਲੈ ਮਿਲ ਲਿਆ ਇੱਕ ਵਾਰੀ ਚੜਤੇ ਨੂੰ ਪੁੱਛ ਲੈਂਦੇ ਕੁਛ ਰਹਿ ਨਾ ਗਿਆ ਹੋਵੇ ਹੈ ਲੈ ਦੇਖ ਲੈ ਨੀ ਮਾਂ ਸਦਕੇ ਬਲਾਈ ਸਿਆਣਾ ਮੁੰਡਾ ਹਾਂ ਬਲਾਈ ਸਿਆਣਾ ਨੀ ਹੋਰ ਲੈ ਦੇਖ ਲੈ ਕਹਿੰਦੇ ਬੰਜਲੀ ਮੈਡਮ ਨੂੰ ਪਸੰਦ ਕਰਦਾ ਹੈ ਹੈ ਸ਼ਰੀਫ ਹੈ ਹਾਂ ਕਹਿਣਾ ਡਰਦਾ ਹੈ ਕਹਿੰਦਾ ਕਿ ਨਾ ਨਾ ਮੈਂ ਕਿੱਥੇ ਬੰਜਲੀ ਮੈਡਮ ਕਿੱਥੇ ਮੈਂ ਕਹਿੰਦਾ ਨਾ ਪੁੱਤ ਤੂੰ ਤਾਂ ਇੱਡਾ ਸੁਨੱਖਾ ਮੁੰਡਾ ਹੈ ਲੈ ਬੰਜਲੀ ਮੈਡਮ ਨੂੰ ਹੋਰ ਕੀ ਭੁੱਬਲ ਚਾਹੀਦੀ ਹੋਰ ਕੀ ਭੁੱਬਲ ਚਾਹੀਦੀ ਹੈ ਇੰਨਾ ਪਿਆਰ ਕਰਦਾ ਸੱਚਾ ਪਿਆਰ ਹੈ ਕਹਿੰਦੇ ਪਹਿਲੀ ਨਜ਼ਰ ਦਾ ਹੀ ਹੋ ਗਿਆ ਕਹਿੰਦੇ ਨੇ ਨਾ ਜਦੋਂ ਇਸ਼ਕ ਦੀ ਆਮਦ ਹੁੰਦੀ ਹੈ ਨੰਦ ਕੁਰੇ ਆਪਣੇ ਵੇਲੇ ਕਿੱਥੇ ਹੁੰਦਾ ਸੀ ਕਿੱਥੇ ਸੀ ਹੋਰ ਨਿਚਲ ਗਈ ਗਈ ਚੁੱਪ ਕਰ ਜਾ ਖੜ ਜਾ ਹੁਣ ਗੀਤ ਗਾ ਲੈ ਪਿਆਰ ਹੋ ਗਿਆ ਤੈਨੂੰ ਉਹ ਮੈਂ ਨਾ ਜੀ ਇੱਕ ਪ੍ਰੀ ਵੈਡਿੰਗ ਦੀ ਥੀਮ ਸੋਚੀ ਆ ਨਵੀਂ ਬੋਲਣਾ ਪਹਿਲੀ ਨਜ਼ਰ ਵਾਲਾ ਮੇਰੇ ਸੇ ਵਰਗਾ ਤੁਹਾਨੂੰ ਕਿਹਨੇ ਦੱਸਤਾ ਜੀ ਮੈਂ ਤਾਂ ਕਿਸੇ ਨੂੰ ਦੱਸਣਾ ਹੀ ਨਹੀਂ ਸੀ ਦਿਲ ਦੀ ਗੱਲ ਦਿਲ ਚ ਲੈ ਕੇ ਹੀ ਮਰ ਜਾਣੀ ਸੀ ਪਰ ਇਹ ਬਜ਼ੁਰਗ ਵੀ ਨਾ ਬੜੇ ਅਣਭੋਲ ਹੁੰਦੇ ਨੇ ਗੱਲਾਂ ਜਿਹੀਆਂ ਲੁਕੋਣੀਆਂ ਤਾਂ ਆਉਂਦੀਆਂ ਨੀ ਇਹਨਾਂ ਨੂੰ ਫਿਰ ਹੁਣ ਕੀ ਕਰੀਏ ਮੈਨੂੰ ਤਾਂ ਆਪ ਹੋ ਗਿਆ ਹੈ ਪਰ ਮੈਂ ਚੰਡੀਗੜ੍ਹ ਤੋਂ ਤੇ ਤੂੰ ਤਨੌਲੇ ਤੋਂ ਮੇਰੇ ਮਾਂ ਪਿਓ ਨੇ ਨਹੀਂ ਮੰਨਣਾ ਫਿਰ ਘਰੋਂ ਪਜਾ ਕੇ ਲੈ ਜਾ ਆਈ ਕਰਦੇ ਆ ਮੈਂ ਘਰੋਂ ਗਹਿਣੇ ਗਹਿਣੇ ਚੋਰੀ ਕਰਕੇ ਆ ਜਾ ਕਿਆ ਆ ਜਾ ਤੂੰ ਜਿੱਦ ਤੇਰਾ ਜੀ ਕਰਦਾ ਇਹ ਪਿਆਰ ਪੂਰ ਕੁਛ ਨਹੀਂ ਹੁੰਦਾ ਆਪਾਂ ਕੰਮ ਤੇ ਆਏ ਆ ਕੰਮ ਤੇ ਧਿਆਨ ਦੇ ਲਈਏ ਫਟਾਇਆ ਪਿਆਰ ਵਾਲਾ ਲਿਆਵੇ ਜਲੰਧਰ ਓਏ ਕੱਢ 1000 ਰੁਪਿਆ ਕਾਹਦਾ ਕਾਹਦਾ ਇਹ ਭੋਗਦਾ ਸੀ ਕਹਿੰਦਾ ਚੰਡੀਗੜ੍ਹ ਵਾਲੀ ਆ ਫਸ ਜਾਣੀ ਆ ਕਹਿੰਦਾ ਇਹੋ ਜਿਹੀਆਂ ਪਿਆਰ ਚ ਪੈਂਦੀਆਂ ਹੁੰਦੀਆਂ ਉਹ ਮੈਂ ਕਿਹਾ ਜਾਣਦੇ ਪਿਆਰ ਪਿਓਰ ਪਿਆਰ ਕੀ ਚੀਜ਼ ਆ ਓਏ ਅਰੇਂਜ ਮੈਰਿਜ ਬੈਸਟ ਆ ਜੀ ਉਹ ਮੈਂ ਕਹਿ ਰਿਹਾ ਸੀ ਮੈਂ ਇੱਕ ਨਵੀਂ ਪ੍ਰੀ ਵੈਡਿੰਗ ਦੀ ਥੀਮ ਸੋਚੀ ਆ ਜੀ ਮੈਂ ਤੁਹਾਨੂੰ ਦੱਸਦਾ ਕੋਈ ਲੋੜ ਨਹੀਂ ਮੈਂ ਸੋਚ ਰੱਖਿਆ ਉਹ ਸਰੋਂ ਦੇ ਫੁੱਲਾਂ 'ਚ ਹੱਥ ਫੜ ਕੇ ਇੱਕ ਵਾਕ ਲੈ ਲਓ ਫਿਰ ਕੁੜੀ ਟਰੈਕਟਰ 'ਚ ਲਾ ਮੁੰਡਾ ਨਾਲ ਨਾਲ ਤੁਰੂ ਆ ਠੀਕ ਹੈ ਜੀ ਤੇ ਲਾਸਟ ਟਿਊਬਲ ਤੇ ਜਾ ਕੇ ਇੱਕ ਦੂਜੇ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਰਵਾਓ ਦੈਟਸ ਇਟ ਆ ਛਿੱਟੇ ਮਰਵਾ ਦਿੰਨੇ ਆਪਾਂ ਮੈਮ ਉਹ ਵਿਆਹ ਨੂੰ ਛੇਤੀ ਕੱਢ ਇਹਨਾਂ ਨੂੰ 4 ਵਜੇ ਵਾਪਸ ਚਾਹੀਦੇ ਆ ਮੈਨੂੰ ਸਾਰੇ ਦੇਖਿਆ ਕਿਵੇਂ ਰੋਹ ਮਾਰਦੀ ਆ ਡੀਸੀ ਵਾਂਗ ਚੁਟਕੀਆਂ ਚਾਹੀਦਾ ਸਾਰਾ ਕੁਝ ਤੇ ਪੈਸੇ ਵੇਲੇ ਮੌਤ ਪੈ ਜੂ ਬੱਲੇ ਨਹੀਂ ਤੇਰੇ ਚਲਾਕੋ ਦੇ ਹੈ ਨਾ ਇੱਕ ਤਾਂ ਤੈਨੂੰ ਕੰਮ ਦਿੱਤਾ ਆ ਮਤਲਬ ਜਿਸ ਥਾਲੀ ਮੈਂ ਖਾਣਾ ਉਸੇ ਵਿੱਚ ਛੇਦ ਕਰਨਾ ਆ ਤੈਨੂੰ ਪੈਰ ਧੋ ਧੋ ਕੇ ਪੀਣੇ ਚਾਹੀਦੇ ਆ ਉਹਦੇ ਲੱਗੀ ਆ ਭੰਡਣ ਜਲੰਧਰ ਹਾਂਜੀ ਸਾਰਾ ਸਮਾਨ ਪੈਕ ਕਰਕੇ ਆ ਜੀ ਹੱਦ ਹੈ ਹੋਰ ਕੀ ਸਾਡੇ ਵਾਲਾ ਵੀ ਸਿਰੇ ਗੁੰਦਦਾ 8000 ਦਿੰਦਾ ਮੈਨੂੰ ਕੰਮ ਕਰਨ ਦਾ ਹੱਦ ਹੀ ਹੈ ਉਹ ਇਹ ਤਾਂ ਨਹੀਂ ਲੋਟ ਆਉਂਦੀ ਤੂੰ ਤਾਂ ਟਿਕ ਜਾ ਪਰਾਉਣੇ ਆ ਹੁਣ ਤੁਸੀਂ ਪ੍ਰੀ ਵੈਡਿੰਗ ਸ਼ੂਟ ਲਈ ਜਾਣਾ ਹੈ ਇਹ ਤੁਹਾਡਾ ਮੂਮੈਂਟ ਆ ਸੋ ਫੁੱਲ ਇੰਜੋਏ ਕਰਿਓ ਹੈਵ ਫਨ ਆ ਇੱਕ ਮਿੰਟ ਦੇਖਿਓ ਜੀ
ਇਹ ਮੈਂ ਮੇਰੇ ਆਪਣੇ ਵਿਆਹ ਦੀ ਪ੍ਰੀ ਵੈਡਿੰਗ ਥੀਮ ਸੋਚੀ ਹੈ ਜੀ। ਇਹੋ ਜਿਹੀ ਲਾਈਫ ਦੇਣੀ ਮੈਂ ਆਪਣੀ ਘਰ ਵਾਲੀ ਨੂੰ ਜੀ। ਸੋਹਣੀ ਹੈ ਨਾ, ਤੁਸੀਂ ਕਿਉਂ ਉਦਾਸ ਹੋ ਗਏ ਜੀ? ਮੈਂ ਨਹੀਂ ਤਾਂ ਮੈਂ ਸਮਝ ਸਕਦਾ ਜੀ, ਜੋ ਤੁਸੀਂ ਲੋਕਾਂ ਦੇ ਚਾਹ ਪੂਰੇ ਕਰਦੇ ਆ, ਤੁਹਾਡੇ ਆਪਣੇ ਚਾਹ ਕਿੱਦਾਂ ਪੁੱਬਾਂ ਮਾਰ ਮਾਰ ਕੇ ਰੋਂਦੇ ਹੋਣੇ ਆ, ਨਾਲੇ ਤੁਸੀਂ ਸੋਚਦੇ ਹੋਣੇ ਆ ਵੀ ਇਸ 31 ਸਾਲਾਂ ਦੀ ਨੂੰ ਹੁਣ ਕੌਣ ਹੱਥ ਪਾਊਗਾ। ਤੈਨੂੰ ਕਿਹਨੇ ਕਿਹਾ? ਮੈਨੂੰ ਸਾਰਾ ਪਤਾ ਜੀ, ਤੁਸੀਂ 31 ਸਾਲਾਂ ਦੇ, ਮੈਂ 29 ਸਾਲਾਂ ਦਾ। ਮੈਂ ਹੱਥ ਪਾਊਂਗਾ ਜੀ, ਨਾਲੇ ਮੈਂ ਪੁਰਾਣੀ ਸੋਚਦਾ ਥੋੜ੍ਹਾ ਆ ਵੀ ਵਿਆਹ ਵਾਲੀ ਕੁੜੀ ਮੁੰਡੇ ਤੋਂ ਛੋਟੀ ਹੋਣੀ ਚਾਹੀਦੀ ਹੈ। ਇੰਨੀ ਕੁਰਬਾਨੀ ਤਾਂ ਮੈਂ ਦੇ ਹੀ ਸਕਦਾ, ਆਪਣੇ ਦੋਨਾਂ ਦਾ ਕੰਮ ਵੀ ਇੱਕੋ ਹੀ ਹੈ, ਵਧੀਆ ਤੋਰੀ ਫੁਲਕਾ ਚੱਲੀ ਜਾਣਾ। ਉਦਿਆਵਾਨ, ਤੇਰੇ ਵਰਗੇ 365 ਰਿਜੈਕਟ ਕਰ ਚੁੱਕੀਆਂ ਮੈਂ, ਤੇ ਗੱਲ ਇਹ ਨਹੀਂ ਕਿ ਮੇਰਾ ਵਿਆਹ ਨਹੀਂ ਹੁੰਦਾ, ਗੱਲ ਆ ਹੈ ਕਿ ਮੈਂ ਵਿਆਹ ਕਰਾਉਣਾ ਨਹੀਂ। ਲੈ ਹੁਣ ਆਹ ਕਿਹੋ ਜਿਹੀ ਗੱਲ ਹੈ ਜੀ, ਵਿਆਹ ਨਹੀਂ ਕਰਾਉਣਾ, ਇਹ ਤਾਂ ਵਿਧੀ ਦਾ ਵਿਧਾਨ ਆ ਨਾ ਜੀ, ਸ਼ੁਰੂ ਤੋਂ ਚੱਲਦਾ ਆ ਰਿਹਾ, ਮਤਲਬ ਹੁਣ ਕਿਸੇ ਨਾਲ ਵਿਆਹ ਕਰਾਓਗੇ ਨਾ? ਕਿਉਂ, ਕਿੱਥੇ ਲਿਖੇ ਕਿ ਵਿਆਹ ਜ਼ਰੂਰੀ ਆ, ਨਾਲੇ ਵਿਆਹ ਦੀ ਲੋੜ ਕੀ ਆ? ਤੁਸੀਂ ਸਮਝ ਨਹੀਂ ਰਹੇ ਜੀ, 100 ਕੰਮ ਹੁੰਦੇ ਆ, ਮਤਲਬ ਪਲੀਜ਼ ਬੱਚਾ, ਮੈਂ ਅਡੋਪਟ ਵੀ ਕਰ ਸਕਦੀ ਹਾਂ। ਕਿਸੇ ਸਿਆਣੀ ਗੋਰੀ ਨੇ ਕਿਹਾ ਕਿ ਬੁੜੀ ਦੀ ਲਾਈਫ 'ਚ ਬੰਦੇ ਦੀ ਉਨੀ ਜ਼ਰੂਰਤ ਹੈ ਜਿੰਨੀ ਮੱਛੀ ਨੂੰ ਸਾਈਕਲ ਦੀ। ਲੈ ਹੁਣ ਮੱਛੀ ਨੇ ਸਾਈਕਲ ਸਿਰ 'ਚ ਮਾਰਨਾ ਜੀ? ਐਗਜ਼ੈਕਟਲੀ, ਹੁਣ ਬੰਦਾ ਮੈਂ ਸਿਰ 'ਚ ਮਾਰਨਾ ਹੈ? ਮੱਛੀ, ਲੈ ਦੱਸ ਹੁਣ ਇਹ ਕੌਣ ਕਹਿ ਗਈ ਭਰਾ ਦੀ ਭੈਣ? ਮੈਂ ਨਹੀਂ ਖੇਡਦੀ। ਚੱਲ ਮੇਰੀ ਬਾਬੋ ਸ਼ੁਆਣੀ ਨੂੰ ਚੱਲ, ਚੱਲ ਨਾਲ ਨਾਲ ਪਾਣੀ ਦੇ। ਉਹ ਤੂੰ ਪੱਕਾ ਨਹੀਂ ਕਰਾਉਣਾ ਹੈ? ਛੜੀ ਮਾਰਨਾ ਤੂੰ? ਪਾਲੀ ਡਰਾਮੇ ਨਾ ਕਰ, ਚੁੱਪ ਕਰਕੇ ਆਪਦਾ ਕੰਮ ਕਰ, ਉਹ ਵੇਟ ਕਰ ਰਿਹਾ। ਨਾ ਤੂੰ ਮੇਰੀ ਘਰ ਵਾਲੀ ਹੈ ਜਿਹੜਾ ਮੈਂ ਤੇਰਾ ਕਹਿਣਾ ਮੰਨਾਂ। ਉਹ ਕੋਈ ਸਰੋਂ ਦੇ ਫੁੱਲਾਂ ਫਲਾਂ 'ਚ ਫੋਟੋਆਂ ਨਹੀਂ ਹੋਣੀਆਂ, ਮੇਰਾ ਕੰਮ ਹੈ, ਮੈਨੂੰ ਪਤਾ ਕੀ ਕਰਨਾ। ਜਲੰਧਰ, ਲਿਆ ਵੀ ਮੇਰਾ ਲੀੜੇ ਚੇਂਜ ਕਰਾ। ਉਹ ਅਸੀਂ ਫੋਟੋਗ੍ਰਾਫਰ ਆ, ਅਸੀਂ ਤਾਂ ਫੈਂਸੀ ਡਰੈਸ ਕੰਪੀਟੀਸ਼ਨ ਤੇ ਆਏ ਆ, ਚੰਗੇ ਭਲੇ ਪੈਸੇ ਵਾਲੇ ਬੰਦੇ ਦਾ ਜਲੂਸ ਕੱਢ ਰੱਖਿਆ। ਚੱਕੀ ਥੀਮ ਵੈਡਿੰਗ ਦੀ, ਉਹ ਤੁਸੀਂ ਕਲਚਰ ਕਰਕੇ ਆਏ ਨਾ ਇੱਥੇ ਹੈ? ਆਓ ਆਪਾਂ ਜੱਟਾਂ ਦਾ ਪ੍ਰੋਪਰ ਸੱਭਿਆਚਾਰ ਸ਼ੂਟ ਕਰਾਂਗੇ ਅੱਜ। ਚਲੋ, ਗੋਹਾ ਕਿਹਦੇ ਘਰੇ ਆ? ਬੇ ਪੁੱਤ, ਸਾਡੀ ਰੂੜੀ ਤੇ ਗੋਹਾ ਵਾਧੂ ਹੈ। ਉਹ ਤਾਂ ਸਾਡੀ ਝਵੱਟੀ ਤਾਂ ਹੁਣੇ ਕਰ ਦੂ ਤਾਜਾ, ਨਾਲੇ ਪਾਥੀ ਸੋਹਣੀ ਬਣ। ਤੂੰ ਪਾਥੀਆਂ ਪਥਣੀ ਹੈ? ਓ ਨਹੀਂ, ਚਲੋ ਆ ਜਾ ਵੀ ਮੁੰਡਿਆ, ਦਿਖਾਵਾਂ ਤੁਹਾਨੂੰ ਸੱਭਿਆਚਾਰ ਅੱਜ। ਕਿੰਨੇ ਖੁਸ਼ ਹੈ ਕਲਾਇੰਟ, ਇੰਨੇ ਹੈਪੀ ਕਰ ਦਿੰਦਾ ਮੈਂ। ਸੋਚ ਲਾ ਘਰ ਵਾਲੀ ਕਿੰਨੀ ਹੈਪੀ ਰੱਖੂਗਾ। ਨਹੀਂ ਚੱਜਦੀ ਗੱਲ? ਨਹੀਂ, ਬਿਲਕੁਲ ਨਹੀਂ। ਨਾ ਸੀ ਫਿਰ ਤੇਰੇ ਵਰਗੀ ਸੋਮਵਾਰ ਦੇ ਵਰਤ ਰੱਖਦੀ ਫਿਰਦੀ ਹੁੰਦੀ ਆ ਕਿ ਹੇ ਮਹਾਰਾਜ, ਕਿਸੇ ਨੂੰ ਤਾਂ ਲਾਈਫ 'ਚ ਭੇਜ ਦਿਓ, ਅੱਗੋਂ ਮਹਾਰਾਜ ਦਾ ਵੀ ਜੀ ਕਰਦਾ ਹੁੰਦਾ ਕਿ ਵੱਟ ਕੇ ਬਥਾੜ ਤੇ ਮਾਰੇ, ਕਿ ਇੰਨਾ ਸੋਹਣਾ ਮੁੰਡਾ ਭੇਜਿਆ ਤਾਂ ਸੀ। ਇਹ ਸੋਹਣੇ ਵਾਲਾ ਵਹਿਮ ਤਾਂ ਤੂੰ ਰਹਿਣੀ ਦੇ, ਜੇ ਠੀਕ ਠਾਕ ਵੀ ਹੁੰਦਾ ਨਾ ਛੜਾ ਨਾ ਫਿਰਦਾ। ਏ ਛੜੀ ਹੋਏਗੀ ਤੂੰ, 100 ਰਿਸ਼ਤੇ ਫਿਰਦੇ ਆ ਜੱਟ ਦੇ ਅੱਗੇ ਪਿੱਛੇ, ਉਹ ਵੀ ਸਵੀਟ 60 ਨਾਲੀਆਂ ਦੇ। ਇਹ ਪਾਗਲ ਤੂੰ ਕਿਸੇ ਹੋਰ ਨੂੰ ਬਣਾਈ, ਸਵੀਟ 60 ਨਾਲੀਆਂ ਨਾਬਾਲਿਗ ਹੁੰਦੀਆਂ ਹੈ। ਹਾਂ ਤੇ ਪੂਰੀ ਗੱਲ ਤਾਂ ਤੂੰ ਸੁਣਦੀ ਨਹੀਂ, ਅਗਲੇ ਹੱਥ ਬੰਨੀ ਫਿਰਦੇ ਕਿ ਭਾਈ ਸਾਹਿਬ ਰਿਸ਼ਤਾ ਕਰਾ ਲਓ, ਵਿਆਹ 2 ਸਾਲ ਬਾਅਦ ਕਰ ਲਿਓ, ਤੇ ਤੂੰ, ਤੇਰੀ ਤਾਂ ਐਕਸਪਾਇਰੀ ਡੇਟ ਵੀ ਲੰਘੀ ਆ ਵੱਡੀ ਛੜੀ ਦੀ। ਛੜਾ ਹੋਏਗਾ ਤੂੰ, ਤੇਰਾ ਪਿਓ, ਤੇਰਾ ਦਾਦਾ, ਮੈਂ ਨਹੀਂ ਕੋਈ ਛੜੀ। 26 ਸਾਲ ਦਾ ਕੁਆਰਾ, 28 ਸਾਲ ਦਾ ਮੌਕਾ ਸਾਂਭ ਲਓ, ਤੇ 30 ਤੱਕ ਦਾ ਛੜਾ, ਤੇ 30 ਤੋਂ ਬਾਅਦ, ਉਹ 30 ਤੋਂ ਬਾਅਦ ਹੋਪਲੈਸ, ਤੂੰ ਛੜੀ ਥੋੜਾ ਹੋਇਆ, ਤੂੰ ਤਾਂ ਹੋਪਲੈਸ ਹੈ। ਚਲੋ ਜਲੰਧਰ ਚੱਲੀਏ, ਚੰਗਾ ਜੀ ਹੋਪਲੈਸ ਜੀ, ਗਾਰੂ ਆਪਣੀ ਬੂਥੀ ਨਾ ਦਿਖਾ ਦਿਓ ਸਾਨੂੰ ਕਿਤੇ। ਓਏ ਕਿੱਧਰ ਬਾਕੀ ਦਾ ਵਿਆਹ? ਕਿਹੜਾ ਵਿਆਹ, ਉਹ ਜੱਟ ਕ੍ਰੀਏਟਿਵ ਬੰਦਾ ਆ, ਐਵੇਂ ਰਸਗੁੱਲੇ ਖਾਂਦੇ ਦੀਆਂ ਫੋਟੋਆਂ ਖਿੱਚਣ ਆਇਆ ਮੈਂ ਇੱਥੇ, ਦੂਜਾ ਬੰਦਾ ਆਜੂ।
ਜਾ ਤੁਰ ਜਾ ਸ਼ਾਹਰੁਖ ਖਾਨ ਤੇ ਤੂੰ ਆ ਦੇਖ ਲਓ ਜੀ ਲੋਕਾਂ ਦੇ ਵਿਆਹ ਕਰਾਉਂਦੀ ਆ ਆ ਦੇਖ ਲਓ ਤੇਰੇ ਛੱਸਣ ਵਾਲੀ ਕਿਹੜੀ ਗੱਲ ਆ ਨਾ ਆਪਣਾ ਤਾਂ ਹੁੰਦਾ ਨਹੀਂ ਤੂੰ ਲੋਕਾਂ ਦੇ ਵਿਆਹ ਕਰਾਉਣੇ ਆ ਇਹ ਤਾਂ ਉਹ ਗੱਲ ਹੋਈ ਵੀ ਛੜੇ ਨੂੰ ਡੰਨਾਂ ਦੀ ਰਾਖੀ ਬਿਠਾਇਆ ਆ ਤੂੰ ਚੱਲ ਜਲੰਧਰ ਆ ਨਾ ਯਾਰ ਹੁਣ ਉਮਰ ਹੈ ਕੰਮ ਕਰਨ ਦੀ ਠੇਡਾ ਖਾ ਕੇ ਡਿੱਗ ਪਈ ਨਾਜ਼ੁਕ ਜੀ ਹੈ ਆ ਹੱਡੀ ਚੱਕਣਾ ਚੂਰ ਹੋ ਗਈ ਆ ਜਾਨ ਨਿਕਲਦੀ ਜਾਂਦੀ ਆ ਬਹੁਤ ਪੀੜ ਹੁੰਦੀ ਹੈ ਨਹੀਂ ਵੇ ਭੁੱਖ ਨਾਲ ਜਾ ਪਿੰਡੋ ਕਿਸੇ ਨੂੰ ਸੱਦ ਲਿਆ ਚਾਰ ਰੋਟੀਆਂ ਲਾ ਜੋ ਤਾਈ 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 ਬਾਰ ਖੋਲੇ ਅਰਜੈਂਸੀ ਹੈ ਇੱਥੋਂ ਹੀ ਦੱਸ ਆਪਦੀ ਅਰਜੈਂਸੀ ਉਹ ਸਾਡੀ ਬੇਬੇ ਦੀ ਬਾਂਹ ਟੁੱਟ ਗਈ ਤੂੰ ਸਾਡੇ ਘਰੇ ਆ ਕੇ ਰੋਟੀਆਂ ਲਾ ਦੇਂਗੀ ਸਾਡੀ ਗਲੀ ਇੱਕ ਛੜਾ ਸੁਣੀ ਦਾ ਨਾ ਉਹਦਾ ਕਰਤਾਰੀ ਕੱਲ ਰਾਤ ਮੈਂ ਤਾਂ ਦਾਲ ਲੈ ਗਿਆ ਕਹਿੰਦਾ ਬੜੀ ਕਰਾਰੀ ਚੰਦਰੇ ਨੇ ਹੋਰ ਮੰਗ ਲਈ ਮੈਂ ਵੀ ਕੜਛੀ ਬੁੱਲਾਂ ਤੇ ਮਾਰੀ ਨਾ ਸ਼ਰਮ ਤਾਂ ਭੋਰਾ ਨੀ ਆਉਂਦੀ ਅੱਜ ਕਹਿੰਦਾ ਰੋਟੀਆਂ ਲਾ ਦੇ ਕੱਲ ਨੂੰ ਕਹਿੰਦੇਗਾ ਘਰ ਸਾਂਭ ਲੈ ਇਹਨਾਂ ਛੜਿਆਂ ਦਾ ਤਾਂ ਰੱਬੀ ਨਿਕਲਿਆ ਪਿਆ ਤਾਈ ਤਾਈ ਗੱਲ ਤਾਂ ਸੁਣ ਮੈਂ ਤੇਰੀ ਬੋਲੀ ਨੀ ਸੁਣੀ ਨਾ ਨਾ ਭਰਾਵਾ ਤੂੰ ਚਾਚੇ ਨੂੰ ਘੱਲ ਬੱਕਰੀ ਹੱਥ ਪੱਠੇ ਘੱਲੂ ਉਹ ਤਾਂ ਖਾ ਜੂ ਹੈ ਕਹਿ ਪੁੱਤ ਤਾਇਆ ਤਾਇਆ ਫੇਰ ਕਹਿ ਤਾਇਆ ਤਾਇਆ ਭਰਜਾਈ ਭਰਜਾਈ ਮੇਰੇ ਕਹੇ ਤੇ ਨਹੀਂ ਆਉਂਦੀ ਕੋਈ ਸਾਹਿਬ ਤੂੰ ਆਪ ਹੀ ਸੱਦ ਲਿਆ ਜਾ ਕੇ ਮੇਰੀ ਜਾਂਦੀ ਜੁੱਤੀ ਮੈਂ ਆਪੇ ਡੰਬ ਨੂੰ ਮੱਥਾ ਮੇਰੀ ਮਨ ਤੂੰ ਸਵੇਰੇ ਗੱਡੀ ਫੜਦਾ ਯੂਪੀ ਚੱਲਿਆ ਜਾ ਉੱਥੋਂ ਖਰੀਦ ਲਿਆ ਉੱਥੇ ਲੱਖ ਸਵਾ ਲੱਖ ਦੀ ਕਹਿੰਦੇ ਮਿਲ ਜਾਂਦੀ ਆ ਇਹ ਵਿਚਾਰੀ ਤਾਂ ਹੁਣ ਠੀਕ ਹੁੰਦੀ ਹੁੰਦੀ ਹੋਊ ਮੈਂ ਕਦੋਂ ਤੱਕ ਲਾਉਂਦਾ ਰਹੂੰ ਸਭ ਚੌਲਾਂ ਵਾਲੀਆਂ ਮਿਲਦੀਆਂ ਉੱਥੇ ਰੋਟੀ ਵਾਲੀ ਕੋਈ ਨਹੀਂ ਮਿਲਣੀ ਹੈਗੀ ਆ ਕਿੰਨੀਆਂ ਲਾਵਾਂ ਜੀ ਤੁਹਾਡੀਆਂ ਸੱਤ ਕਲਾ ਹੀ ਲਓ ਸੱਤ ਤੁਹਾਡੀਆਂ ਤੇ ਪੰਜ ਮੇਰੀਆਂ ਠੀਕ ਹੈ ਆਟਾ ਕਿੰਨੀਆਂ ਕੋਲੀਆਂ ਗੁੰਨਾ ਓ ਹੈਲੋ ਲਵ ਬਰਡਸ ਤੇ ਮੈਂ ਉਹ ਤੂੰ ਡਬਲ ਰੋਟੀਆਂ ਦਾ ਪੈਕਟ ਫੜ ਲਾ ਹੱਟੀ ਤੋਂ ਇੰਨੀਆਂ ਨਹੀਂ ਲੱਥ ਦੀਆਂ ਮੈਥੋਂ ਲੈ ਲੈ ਫੁੱਫੜ ਤੇਰਾ ਆਇਆ ਬੈਠਾ ਇਹਦੇ ਨਾਲ ਕੀ ਸਾਈਆਂ ਵਧਾਈਆਂ ਲਾਈਆਂ ਹੋਈਆਂ ਓ ਪਾਂਡਾ ਜੀ ਤੁਸੀਂ ਸੀਰੀਅਸ ਹੀ ਲੈ ਗਏ ਮੇਰੀ ਗੱਲ ਨੂੰ 101 ਦੀ ਦਕਸ਼ਣਾ ਦੇ ਸਾਹਿਬ ਇਹਨੂੰ ਜਾ ਜਲੰਧਰ ਛੱਡਿਆ ਪਾਂਡਾ ਜੀ ਨੂੰ ਕੋਈ ਕੰਮ ਹੋਣਾ ਓ ਇਹ ਕਹਿੰਦਾ ਤੇਰਾ ਵਿਆਹ ਹੋ ਹੀ ਨਹੀਂ ਸਕਦਾ ਹੈ ਰੋਟੀ ਦਾ ਹੀਲਾ ਤਾਂ ਕਰਨਾ ਹੀ ਪੈਣਾ ਹੁਣ ਮੈਂ ਮਾਰਾਂ ਤਰਲਾ ਇਹਦਾ ਸ਼ਰਤੀਆ ਗੱਲ ਹੈ ਜੀ ਇਹਦਾ ਨਹੀਂ ਹੋ ਸਕਦਾ ਆਪਕਾ ਹੋ ਸਕਦਾ ਹੈ ਅੱਛਾ ਦੱਸ ਸਾਲਾ ਹੈਲੋ ਹਾਈ ਕਿਵੇਂ ਆ ਮੈਂ ਠੀਕ ਹਾਂ ਜੀ ਰਾਜਸਥਾਨ 'ਚ ਇੱਕ ਪ੍ਰੀ ਵੈਡਿੰਗ ਸ਼ੂਟ ਆ ਕਰੇਂਗਾ ਹੈ ਆ ਕਿੱਥੇ ਟਿੱਬਿਆਂ 'ਚ ਵਿਆਹ ਰੱਖ ਲਿਆ ਇਹਨਾਂ ਨੇ ਲੈ ਦੱਸ ਇੱਥੇ ਜ਼ਹਿਰ ਖਾਣ ਨੂੰ ਪੈਸੇ ਹੈ ਨਹੀਂ ਤੇ ਜਨਤਾ ਅੱਡ ਹੀ ਸਵਾਦ ਲੈਣ ਨੂੰ ਫਿਰਦੀ ਹੈ ਇਹਨਾਂ ਨੇ ਜੀ ਮੈਂ ਆ ਜੂੰਗਾ ਜੀ ਹਾਂਜੀ ਹਾਂਜੀ ਪਰ ਪੱਕੀ ਗੱਲ ਹੈ ਜੀ ਮੈਂ ਹੀ ਚਾਹੀਦਾ ਕਿਉਂ ਤੂੰ ਟੈਲੈਂਟਡ ਆ ਨਹੀਂ ਉਹ ਪਿਛਲੀ ਵਾਰੀ ਥੋੜੀ ਜਿਹੀ ਆਪਣੀ ਮਿਸਅੰਡਰਸਟੈਂਡਿੰਗ ਹੋ ਗਈ ਸੀ ਨਾ ਓਹੋ ਥੋੜਾ ਬਹੁਤ ਤਾਂ ਚੱਲਦਾ ਹੀ ਆ ਕੰਮ 'ਚ ਪਰ ਇਸ ਵਾਰ ਤਾਂ ਨਹੀਂ ਲੜੇਗਾ ਨਾ ਨਹੀਂ ਨਹੀਂ ਜੀ ਇਸ ਵਾਰੀ ਲੜਦਾ ਜੀ ਹਾਂਜੀ ਹਾਂਜੀ ਫਿਰ ਛੇਤੀ ਆ ਜਾ ਮਿਲਦੇ ਹਾਂ ਮੈਂ ਆ ਗਿਆ ਜੀ ਬਸ ਆ ਗਿਆ ਮੈਂ ਹੁਣ ਆ ਗਿਆ ਬਸ ਇਹ 100 ਦਾ ਨੋਟ ਪੁੱਠਾ ਆ ਪੰਡਿਤ ਜੀ ਆ ਗਿਆ ਫੋਨ ਵੱਡਾ ਅੰਤਰਯਾਮੀ ਬਣਿਆ ਆ ਉਹ ਤੇਥੋਂ ਵੀ ਵੱਡਾ ਅੰਤਰਯਾਮੀ ਬੈਠਾ ਉੱਤੇ ਆ 20 ਦਿਨੋਂ ਮੈਂ ਰਿਜ਼ਲਟ ਪਾਈਏ ਸਰਦਾਰ ਸਾਹਿਬ ਕਹੂੰ ਤਾਂ ਮੈਂ ਬੰਨ ਦਵਾਂ ਸਿਹਰੇ ਤੁਹਾਡੇ ਲਿਆ ਕੇ ਹੁਣੇ ਗੱਲ ਐ ਆ ਵੀ ਮੇਰੀਆਂ ਵੀ 2 ਲਾ ਲਿਓ ਨਹੀਂ ਤਾਂ ਮੈਂ ਵੀ ਨਹੀਂ ਦੇਣੀਆਂ 2 ਮਹੀਨਿਆਂ ਨੂੰ ਮਿਸਿਜ਼ ਚੜ੍ਹਦਾ ਇੱਥੇ ਚਮ ਚਮ ਕਰਦੀ ਫਿਰਨੀ ਆ ਫਿਰ ਨਾ ਕਹੀਂ ਜਵਾਨ ਪੁੱਤ ਨੇ ਅੱਡ ਕਰਤਾ ਹਾਂ
ਅਸੀਂ ਦੋਨਾਂ ਨੇ ਕਿਕਲੀ ਪਾਈ ਸੀ ਨਾ। ਅੱਠਵੀਂ ਚ ਪੜਿਆ ਸੀ ਕਿ ਸਾਇੰਸ ਕਹਿੰਦੀ ਹੈ ਜੇ ਗੋਲ ਗੋਲ ਘੁੰਮੋ ਤਾਂ ਹੀਟ ਪੈਦਾ ਹੁੰਦੀ ਹੈ। ਜੇ ਅੱਗ ਮੇਰੇ ਕਾਲਜੇ ਨੇ ਫੜੀ ਹੈ ਤਾਂ ਭੈਣ ਦਾ ਭਰਾ ਸੇਕ ਤਾਂ ਉਹਨੂੰ ਵੀ ਲੱਗਿਆ ਹੋਣਾ, ਪੱਕਾ ਲੱਗਿਆ ਹੋਣਾ। ਇਹ ਪ੍ਰਮਾਤਮਾ ਗਗਨ ਪੈਰੀ ਪੈਣਾ ਬਜ਼ੁਰਗੋ, ਵੱਡੀਆਂ ਤੂੰ ਵੀ ਲਾ ਲੈਣ ਦੇ ਹੁਣ, ਤੂੰ ਨਾ ਸੁਧਰੀ ਹੈ ਨਾ। ਨਹੀਂ ਮਜ਼ਾਕ ਕਰਦਾ ਸੀ, ਖਾਸਾ ਹੀ ਖਰਚਾ ਕਰਾਤਾ ਇਹਨਾਂ ਦਾ। ਕੋਈ ਨਾ, ਤੈਨੂੰ ਵੀ ਵਧੀਆ ਪੈਸੇ ਮਿਲਣਗੇ, ਆ ਜਾ। ਮੈਂ ਫਿਰ ਵਧੀਆ ਥੀਮ ਵੀ ਸੋਚ ਲੈਣਾ। ਉਹ ਤੁਸੀਂ ਛੇਤੀ ਲੋਡ ਨਹੀਂ, ਉਹ ਜਿਹੜੀ ਤੂੰ ਮੈਨੂੰ ਐਲਬਮ ਦਿਖਾਈ ਸੀ ਨਾ, ਮੈਂ ਉਹੀ ਕਹਿਤੀ। ਨਹੀਂ ਨਹੀਂ ਉਹ ਨਹੀਂ ਹੋ ਸਕਦੀ। ਕਿਉਂ? ਉਹ ਮੇਰੀ ਪਰਸਨਲ ਆ ਨਾ, ਮੇਰੇ ਕੋਲ ਉਦੋਂ ਵਧੀਆ ਆਈਡੀਆ ਹੈਗੇ ਆ। ਤੂੰ ਫਿਰ ਕਰ ਲਈ, ਤੇਰਾ ਕਿਹੜਾ ਵਿਆਹ ਹੁਣੇ ਹੋਣ ਲੱਗਿਆ। ਪਰੇ ਲੈ ਜਾਓ। ਨਹੀਂ ਨਹੀਂ ਉਹ ਨਹੀਂ ਹੋ ਸਕਦੀ। ਓਏ ਇਹਨੂੰ ਵਾਪਸੀ ਦੀ ਬੱਸ ਫੜਾਓ। ਇੱਕ ਤਾਂ ਇਹਨਾਂ ਨੂੰ ਬੁਲਾ ਬੁਲਾ ਕੇ ਕੰਮ ਦਿਓ, ਪਰ ਨਹੀਂ ਤੇ ਨੌਲੇ ਚ ਹੀ ਖਿੱਚਣੀ ਆ। ਨਾ ਸੀ ਫਿਰ ਜਿਵੇਂ ਤੈਨੂੰ ਠੀਕ ਲੱਗੇ। ਦੋ ਮਹੀਨਿਆਂ ਨੂੰ ਮਿਸਿਜ ਚੜ੍ਹਦਾ ਇੱਥੇ ਚਮ ਚਮ ਕਰਦੀ ਫਿਰਨੀ ਆ, ਫਿਰ ਨਾ ਕਹੀਂ ਜਵਾਨ ਪੁੱਤ ਨੇ ਅੱਡ ਕਰਤਾ। ਅੱਜ ਤਾਇਆ ਚਾਚੀ ਲੈਣ ਚੱਲਾ, ਉਹ ਵੀ ਪਿੰਡ ਚੋਂ ਸਾਰਿਆਂ ਤੋਂ ਸੋਹਣੀ। ਤਾਈ 2000 ਦਾ ਨੋਟ ਲੈ ਕੇ ਆਈ ਬਹੂ ਨੂੰ ਦੇਖਣ ਲਈ। For pre-wedding, we need some unique ideas. Something different. Je tade kol koi alag ja idea hai ta dasso, warna assi koi hor banda dekhiye. There's no need to look any further. Mere kol bahut unique idea hai. Te photographer bhi bahut desi hai. Ek minute. Tu kuch keh rahi si? Nahi. Tu awaaz mari hai. Pehla tu awaaz mari hai kyon Gagan? Tu kya si pehla? Le. Ha chal main kya si pehla? ਇਨਸਾਨੀ ਜੁਕਤਾ ਹੈ ਮੈਡਮ, ਅਕੜ ਤੋਂ ਮੁਰਦੇ ਮੇਂ ਹੋਤੀ ਹੈ। ਉਹ ਨਹੀਂ ਮੈਂ ਪੁੱਛਣਾ ਸੀ ਕਿ ਕੋਈ ਕਿਵੇਂ ਰਹਿ ਸਕਦਾ ਵਿਆਹ ਤੋਂ ਬਿਨਾਂ। ਤੈਨੂੰ ਡਰ ਲੱਗਦਾ ਨਾ? ਮੈਂ ਕੋਈ ਡਰਦੀ ਨਹੀਂ। ਉਹ ਯਾਰ ਕੋਈ ਗੱਲ ਮੰਨੇਗੀ ਵੀ? ਇੰਨੀ ਜਿੱਦੀ ਸਾਫ਼ ਜੀ ਗੱਲ ਹੈ, ਜਿੱਦਾਂ ਮੈਨੂੰ ਲੱਗਦਾ ਕੁੱਤਿਆਂ ਤੋਂ ਡਰ, ਤੇ ਆਪ ਭਾਰੀ ਲੱਗਦੇ ਕੁੱਤੇ ਦੇ ਕੋਲ ਦੀ ਵੀ। ਇਹੀ ਹਾਲ ਮੈਨੂੰ ਲੱਗਦਾ ਤੇਰਾ ਵਿਆਹ ਵਾਲਾ। ਤੂੰ ਮੈਨੂੰ ਇਹ ਦੱਸ, ਤੈਨੂੰ ਗੱਡੀ ਕਿਹੜੀ ਪਸੰਦ ਹੈ? ਮੈਨੂੰ ਥਾਰ ਦਾ ਬਹੁਤ ਸ਼ੌਕ ਆ। ਬੱਲੇ ਤੇਰੇ, ਤੂੰ ਮੈਨੂੰ ਅੱਜ ਤੋਂ ਬਾਅਦ 4x4 ਥਾਰ ਹੀ ਸਮਝ, ਤੇ ਸਾਡੀ ਕੰਪਨੀ ਵੱਲੋਂ ਟੈਸਟ ਡਰਾਈਵ ਫ੍ਰੀ। ਇਹਦੇ 'ਚ ਤਾਂ ਕੋਈ ਹਰਜ ਨਹੀਂ ਨਾ। ਤੂੰ ਬਸ ਮੈਨੂੰ ਇੱਕ ਮੌਕਾ ਦੇ ਦੇ ਇਸ ਵਿਆਹ ਦੇ ਵਿੱਚ ਆਪਣਾ ਹਸਬੰਡ ਬਣ ਕੇ ਨਾਲ ਰਹਿਣ ਦਾ। ਹੋ ਸਕਦਾ ਮੈਂ ਤੇਰੀ ਸੋਚ ਬਦਲਦਾ, ਤੇ ਬਦਲੇ 'ਚ ਤੂੰ ਜਿਹੋ ਜਿਹਾ ਕਹੇਂਗੀ ਜਿਵੇਂ ਦਾ ਕਹੇਂਗੀ, ਚੜ ਤਾਂ ਜੀ ਤੈਨੂੰ ਉਹੋ ਜਿਹਾ ਸ਼ੂਟ ਕਰਕੇ ਦੇਣਗੇ। ਨਹੀਂ ਤਾਂ ਨਹੀਂ ਕਰੇਗਾ ਸ਼ੂਟ। ਨਹੀਂ ਫਿਰ ਉਹ ਤਾਂ ਔਖਾ, ਮੈਂ ਤੈਨੂੰ ਪਹਿਲਾਂ ਦੱਸਿਆ। ਠੀਕ ਆ, ਇਹਨੂੰ ਮੇਰੇ ਨਾਲ ਵਾਲਾ ਕਮਰਾ ਦਵਾ ਦਿਓ। ਇਹਨੂੰ ਉਹ ਕਮਰਾ ਮੈਮ, ਜਿੰਨਾ ਕਿਹਾ ਉਨਾ ਕੰਮ ਕਰ, ਪਰ ਸ਼ੂਟ ਉਹੀ ਹੋਗਾ। ਮੈਂ ਨੇਰੀਆਂ ਬਾਂਧੂ, ਬਸ ਜਿੰਨਾ ਕਿਹਾ ਉਨਾ ਹੀ ਕੰਮ ਕਰਨਾ ਆਪਾਂ, ਕਿਉਂ ਗਗਨ ਜੀ? ਹੋਰ ਫਿਰ ਤਨਖਾਹ ਵਧੀ ਕਿ ਨਹੀਂ? ਲੈ ਬਈ ਛੜਿਆ, ਜੇ ਛੜੀ ਸੂਤ ਆ ਗਈ ਨਾ ਤਾਂ ਦੀਵਾ 500-700 ਲੱਗੂ, ਪਿੰਡ ਵਾਲਿਆਂ ਦੇ ਕੱਲੇ ਕੱਲੇ ਦੀ ਹਿੱਕ ਤੇ ਬਾਲਣਾ। ਬਾਲੀ ਕਦੇ ਹਵਾ ਕਰੀ ਨਾ, ਨੇਚਰਿਆ ਕੂਲ ਗੋਰੀਏ, ਸਿੱਧੀ ਜਿਹੀ ਬੋਲੀ ਸਾਡੀ, ਸਿੱਧੇ ਆਰੂਲ ਗੋਰੀਏ, ਕੱਤਾ ਏ ਖੂਨ ਤਸੀਰਾਂ, ਭਾਲਦੀਆਂ ਫਿਰਦੀਆਂ ਹੀਰਾ, ਔਰ ਜਿੰਦਾ ਨੀ ਰਾ ਕੁੜੇ, ਇੰਨੇ ਐਕਸਪੈਂਸਿਵ ਜੱਟ ਨੇ ਕਰਦੇ ਤੇਰੇ ਨਾਲ ਕੁੜੇ, ਜਿੰਨੇ ਹੋ ਗਿਆ ਕਰਦੇ ਜੋ
ताही ता गेड़े लौंदा करदा ए हवा ना गौंदा ओ चढ़िया ए चाकुड़े इन्ने एक्सपेंसिव जट ने करते तेरे नाकुड़े तू दिल विच फेरा अड़िए नी चढ़ता तेरा ओ पादू हुण गा कुड़े इन्ने एक्सपेंसिव जट ने करते तेरे ना कुड़े जिन्ने भी बचदे मेरी जिंदगी दे साकुड़े इन्ने एक्सपेंसिव जट ने इन्ने एक्सपेंसिव जट ने इन्ने एक्सपेंसिव जट ने मेरे कमरे च साबण है नहीं सी पर साला जब दा फेर इधर भी उही रहा तू भी खासियां शीशियां शूशियां जी चक्की फिरदी है फिर मैं थोड़ा थोड़ा सारियां चो ही ला लिया हेयर कंडीशनर आ अच्छा यही तो लभदा सी मैं लिया सेंट ता लवा ओह माय गॉड एक कुड़ियां आला ओए भी मुंडे कुड़ियां दा हुंदा ओ मुश्क ता मुश्क ही आ साडे दा इक्को ही पाउडर आ पैत आला सारा टब्बर ओही वरतदा तौलिया भी इक्को ही आ सारे लाणे दा ओदे नाल फिर मोहब्बत बणी रहंदी आ लिया होर ता दिखा की आ प्लीज डोंट टच मेरी पर्सनल चीजां ओले खासम ते तीवी दा की पर्सनल हो गया जो तेरा है ओ तेरा आ चक मेरा सारा सरों दा तेल तेरा आ आ ले ला लाला पड़पुड़ियां ते देखी किवें नाड़ा तर हुंदियां नासां च पा लो मारे साह नहीं रुकदा ओ तूनी च ला लो मारे बोल ही नहीं फड़दे तेल कादा बगियां दा चमत्कारी आ लोड नहीं आ रखा दा तेल मैनूं आ दस मेरे कमरे दा गेट किवें खोलिया ले मैं कहा मेरी घर वाली दा रूम है ओपन दा डोर उहने झट खोलता तू ना जा दे कमरे च प्लीज गो 100 रुपए दे नवें नोट अर की गल सुनावा मैं कैसा नजारा देखा अज तू जिंदगी च कदे भी नहीं देख सकदी की सुती पई पता किन्नी सोहनी लगती सी तुरी फिरदी तां कुछ भी नहीं ओहदे मूहरे ਇਹਦੇ ਚ ਕੀ ਗੱਲ ਆ ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਲੋਕੀ ਕੀ ਕਹਿੰਦੇ ਆ ਮੈਂ ਤਾਂ ਆਪਣੀ ਘਰ ਵਾਲੀ ਜਿਵੇਂ ਰੱਖਣੀ ਆ ਉਵੇਂ ਰੱਖੂਗਾ ਹੁਣ ਸਾਡੀ ਆਪਸ ਦੀ ਗੱਲ ਆ ਜੋ ਤੁਸੀਂ ਰੋਟੀਆਂ ਲਾਇਆ ਕਰਨੀਆਂ ਉਹ ਸਬਜ਼ੀ ਤਾਂ ਮੈਂ ਨਾਲ ਦੀ ਨਾਲ ਹੀ ਕੱਟਦਿਆ ਕਰਨੀ ਆ ਮੇਰਾ ਤਾਂ ਬਾਪੂ ਵੀ ਤੜਕੇ ਲਾਉਣੇ ਸਿੱਖ ਗਿਆ ਹੈਲਪ ਵੀ ਜ਼ਰੂਰੀ ਹੈ ਨਾ ਜੀ ਹੁਣ ਜੇ ਰੋਟੀ ਦੋ ਜਣੇ ਨੇ ਖਾਣੀ ਹੈ ਤਾਂ ਕੰਮ ਵੀ ਤਾਂ ਦੋਨੋਂ ਜਣੇ ਕਰਨਗੇ ਕਿ ਨਹੀਂ ਵੈਰੀ ਗੁੱਡ ਤੁਹਾਨੂੰ ਸਬਜ਼ੀਆਂ ਕੱਟਣੀਆਂ ਆਉਂਦੀਆਂ ਤੇ ਤੁਹਾਡੇ ਬਾਪੂ ਨੂੰ ਤੜਕੇ ਲਾਉਣੇ ਆਉਂਦੇ ਆ ਹਾਂਜੀ ਕਿਉਂਕਿ ਮੈਨੂੰ ਨਾ ਕੁਝ ਵੀ ਬਣਾਉਣਾ ਨਹੀਂ ਆਉਂਦਾ ਤੇ ਹਾਂ ਰਾਤ ਨੂੰ ਮੈਂ ਸੈਲਡ ਖਾਣੀ ਆ ਜੇ ਤੂੰ ਕੁਝ ਖਾਣਾ ਹੋਵੇ ਤਾਂ ਥੱਲੇ ਜਾ ਕੇ ਖਾਇਆ ਸੈਲਡ 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 ਮੇਰੇ ਸਾਲੇ ਦਾ ਬੜਾ ਸਬਜ਼ ਬਾਗ ਦਿਖਾ ਕੇ ਗਿਆ ਸੀ ਇਹਦੋਂ ਚੰਗਾ ਕੁੜੀ ਹੁੰਦਾ ਨੂੰ ਵਿਆਹ ਕੇ ਦਫਾ ਕਰਦਾ ਖਾਲਾ ਛੜਿਆ ਖਾਲਾ ਅੰਨ ਤੇ ਰੰਨ ਨੂੰ ਨਿੰਦੀ ਦਾ ਨਹੀਂ ਹੁੰਦਾ ਯਾਰ ਇਹ ਤਾਂ ਬਹੁਤ ਸਵਾਦ ਆ
ਆਪਾਂ ਅੱਜ ਤੋਂ ਬਾਅਦ ਲੇਟ ਅਸੀਂ ਖਾਇਆ ਕਰਨਾ। ਯਾਰ ਕਿੰਨਾ ਸਵਾਦ ਆ ਇਹ, ਕਿੱਥੋਂ ਸਿੱਖੇ ਬਣਾਉਣਾ? ਬਟਰ ਚਿਕਨ, ਦਾਲ ਮੱਖਣੀ, ਸੱਤ ਰੋਟੀਆਂ ਨਾਲ, ਇਹ ਚੀਜ਼ਾਂ ਗਰੀਸ ਕਰਨਗੀਆਂ ਇਹਦੇ ਮੂਹਰੇ? ਨਾ ਨਾ, ਇਹ ਲੈ ਗਿਆ ਮਾਰਾ ਨੰਬਰ। ਗੱਲ ਸੁਣ, ਇੱਥੇ ਉਹ ਟਿੱਬੇ ਟੁੱਬੇ ਜਿਹਾ ਤਾਂ ਹੈ ਹੀ ਨਹੀਂ। ਇਹ ਰਾਮਥੰਬੋਰਾ, ਇੱਥੇ ਟਾਈਗਰਸ ਆ। ਤੂੰ ਕੱਲ੍ਹ ਨਾ ਪਿਕਚਰਾਂ ਕਲਿੱਕ ਕਰਕੇ ਆਈ। ਹਾਂ, ਬੱਲੇ ਨਹੀਂ ਤੇਰੇ ਚਲਾਕ, ਤੂੰ ਪੜਵਾ ਚੜ੍ਹਦੇ ਦੇ ਚੱਡੇ। ਗੜਬੜ ਹੋ ਗਈ। ਕਿਉਂ, ਫਿਰ ਕੀ ਹੋਇਆ ਜੀ? ਉਹ ਕੁੜੀ ਦਾ ਪਿਓ ਹੈ, ਖੁਸ਼ ਤਾਂ ਬਰਾਬਰ ਦਾ ਹੈ ਨਾ ਜੀ? ਉਹ ਵੀ ਖੁਸ਼ ਤਾਂ ਹੈ। ਫਿਰ ਤੁਹਾਡੀ ਪੱਗ ਦੇ ਤੁਰ ਲੈ ਜੀ, ਉਹਨਾਂ ਦੀ ਪੱਗ ਦੇ ਹੈ ਨੀ। ਵਾਕਈ ਯਾਰ, ਗੱਲ ਤਾਂ ਠੀਕ ਹੈ, ਬਣਦਾ ਨਾ ਜੀ, ਤੁਰਲਾ ਤਾਂ ਬਣਦਾ। ਲੈ ਹੁਣੇ ਕਰ ਦਿੰਦੇ ਆ। ਲੈ ਬਈ, ਕਰਦਾ ਤੁਰਲਾ, ਬਣਦੀ ਗੱਲ ਕਿ ਨਹੀਂ? ਵੈਰੀ ਗੁੱਡ, ਵੈਰੀ ਗੁੱਡ। ਦੇਤਾ ਨਾ ਧੋਖਾ, ਕੁਛ ਹੋਰ ਹੀ ਸ਼ੂਟ ਕਰਕੇ ਆਇਆ ਨਾ। ਤੇਰੇ ਕਲਾਇੰਟ ਖੁਸ਼ ਨੇ ਨਾ, ਕੰਮ ਹੋ ਗਿਆ ਤੁਹਾਡਾ, ਤੇ ਬਸ ਫਿਰ ਉਹ ਵਿਆਹ ਖਾਸਮਾਂ ਨੂੰ ਖਾਣਾ ਮੇਰਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਪਰ ਉਸ ਐਲਬਮ 'ਚ ਮੇਰੀਆਂ ਫੀਲਿੰਗਾਂ ਨੇ ਯਾਰ, ਤੇ ਮੈਂ ਫੋਟੋਆਂ ਭੇਜਦਾ, ਫੀਲਿੰਗਾਂ ਨਹੀਂ। ਡਰਿੰਕ ਹੈ, ਤੂੰ ਵੀ ਪੀ ਲੈਂਦੀ ਹੈ? ਕਿਉਂ? ਕਿਉਂ? ਤੈਨੂੰ ਦਿਆਂ ਬੀਅਰ ਬਾਰ ਖੋਲ ਕੇ ਮੈਂ। ਉਹ ਬਹਿ ਜਾ ਛੜਿਆ, ਬਹਿ ਜਾ, ਵਿਆਹ ਤੋਂ ਬਾਅਦ ਖੜਕਾ ਕੇ ਕਰ ਲਾਂਗੇ ਆਪਾਂ ਠੀਕ। ਹਾਂ, ਤੂੰ ਨੀ ਲਾਉਂਦਾ ਹੈ ਡਰਿੰਕ? ਨਹੀਂ ਨਹੀਂ, ਲਾ ਲੈਂਦੇ ਫਿਰ। ਉਹ ਲਿਆਈ ਬਈ, ਚੀਅਰਸ। ਕਮਾਲ ਹੀ ਹੈ। ਗੋਰਾ ਵਿਚਾਰਾ ਕੁੜੀ ਦੇ ਰਿਹਾ ਜੀ, ਹੁਣ ਕੁੜੀ ਵੀ ਗੋਰਾ ਦੇਵੇ, ਕੰਬਲ ਵੀ ਗੋਰਾ ਹੀ ਦੇਈ ਜਾਵੇ, ਇਹ ਤਾਂ ਕੋਈ ਗੱਲ ਨਾ ਬਣੀ। ਕੰਬਲ ਤਾਂ ਕਮ ਸੇ ਕਮ ਮੁੰਡੇ ਦਾ ਪਿਓ ਦੇ ਦਿਆ ਕਰੇ। ਲਿਆਓ ਜੀ, ਲਿਆਓ ਇਹ, ਆ ਲਓ ਸਰ, ਲਿਆਓ ਤੁਸੀਂ, ਦਿਓ ਜੀ। Let me give it to you. My pleasure. Very good. ਤੂੰ ਕੀ ਝਾਕਦਾ? ਰੀਬਨ ਕੱਟਣ ਵਾਲੀ ਰਸਮ ਨਹੀਂ ਮੈਂ ਪੁੱਠੀ ਕਰਾਉਣ ਲੱਗਾ, ਪੈਸੇ ਤੈਨੂੰ ਦੇਣੇ ਪੈਣੇ, ਸਾਲੀਆਂ ਨੇ ਨਹੀਂ ਦੇਣੇ। ਚੱਲ ਅੱਗੇ ਵੱਧ, ਆ ਦੇ ਕਰਦਾ ਕੀ ਹੈ, ਆਜਾ ਆਜਾ, ਆਓ ਬੇਟਾ, ਪਾਰਟੀ ਬੜੇ ਸਿਰ ਦੇ, ਆ ਪੈ ਜਾ ਨਾ ਮੇਰੇ ਤੋਂ। ਤੈਨੂੰ ਕੁੜੀ ਦੇ ਪਿਓ ਦੀ ਕੁਝ ਜ਼ਿਆਦਾ ਨਹੀਂ ਫਿਕਰ ਹੋ ਰਹੀ? ਉਹ ਮੈਨੂੰ ਤਾਂ ਬਾਟੀ ਬਹੁਤ ਚੜ੍ਹਦਾ ਹੈ ਜੀ ਰਸਮਾਂ ਤੋਂ, ਹੁਣ ਬੰਦਾ ਕਿਸੇ ਦੇ ਵਿਆਹ 'ਚ ਕਿਆ ਬੋਲੇ। ਇੱਥੇ ਤਾਂ ਤੂੰ ਸਾਰਾ ਹੀ ਕਾਰੋਬਾਰ ਸਾਂਭ ਰੱਖਿਆ, ਮੈਂ ਕਿਹਾ ਚੱਲ ਮਾੜੀ ਜੀ ਮਕੈਨ ਕੀ ਮੈਂ ਵੀ ਠੁਕਦਾ। ਸੱਚੀ ਤੇਰੀ ਸੋਚ ਆਈ ਆ, ਆਈ ਮਸਟ ਸੇ ਟੈਸਟ ਡਰਾਈਵ ਕੱਢੀ ਦੇ ਇੰਪ੍ਰੈਸਿਵ ਡਰਾਮੇ ਆ। ਨਾ ਨਾ ਨਾ, ਧੀਆਂ ਦੇ ਮਾਮਲੇ 'ਚ ਕੋਈ ਡਰਾਮਾ ਨਹੀਂ, ਇਹ ਤਾਂ ਮੇਰਾ ਸਾਲਾ ਵਿਆਹ ਨਹੀਂ ਹੋਇਆ। ਮੈਨੂੰ ਪਤਾ ਜਿੱਦੇ ਮੇਰਾ ਵਿਆਹ ਹੋਇਆ ਨਾ, ਮੈਂ ਕੁੜੀ ਨਾਲੋਂ ਵੱਧ ਰੋਣਾ ਜੀ ਜਦੋਂ ਡੋਲੀ ਤੁਰਨੀ ਹੈ। ਆਪਣਾ ਕਾਲਜਾ ਪਾੜ ਕੇ ਦੇਣਾ ਸੌਖੀ ਗੱਲ ਹੈ ਜੀ ਕਿਤੇ। ਆਹ ਦੇਖ, ਚੱਲਣ ਲੱਗਾ ਮੇਰਾ ਕ੍ਰੀਏਟਿਵ ਸ਼ੂਟ, ਐਵੇਂ ਲਾਗ ਡਾਟ ਜੀ ਨਾ ਰੱਖੀ, ਜੇ ਚੰਗਾ ਲੱਗਾ ਤਾਂ ਤਾੜੀ ਤੂੜੀ ਠੋਕ ਦੀ। ਸੋਹਣੀ ਮਹੀਵਾਲ ਨੂੰ ਕੱਢਣ ਦੇ ਲਈ
कच्चा घड़ा लैके दरिया च उतरी। ए महिवाल तो नहीं कढ़िया गया पर फिर असी उसे घड़े से पा के दोहां दा पानी कढ़िया। जवाक कुटता सी गलती नाल राजस्थानियां ने। पुन्नू नूं उहदा भाव बोते दे बाके ले गया। सस्सी उहदे पिछे बहुत भजी पर रेता बहुत गर्म। फिर सस्सी ने सोचिया छड़ परा होर बंदा लभ लांगे। इत्थों यह साबित हुंदा है कि इश्क दे सेक नालों तपदी रेत दा सेक जो है वह बहुत ज्यादा। तकड़ियां भरजाई। ओहो मैं बिल्कुल ठीक हां। वाह तुसी किवें हो? वधिया बीबी अर्गे ठीक ठाक है। पहला तुसी दसो चाह बनावा के दूध पियोंगे? चाह ही बना लो। अच्छा और कुछ खाओगे? मखाने खवा दो। ब्याह तो बाद खड़का के ठीक कर लूं। फिर जलेबियां खवा दो। ओ हुण की ठीक कर लेगा छड़िया? तेरा खून है के पानी बगैरता बैठा घुग्गू बनिया।
ਜਾ ਉੱਠ ਕੇ ਦਿਖਾ ਦੇ ਕਲਚਰ। ਖਲਾਵਾਂ ਚ ਲੇਟੀਆਂ, ਘਰੇ ਪਤਲੀ ਤੇ ਬਾਹਰ ਸੰਘਣੀ, ਅਖੇ ਨਾ ਮੇਰਾ ਮੇਲੋ। ਤੈਨੂੰ ਤਾਂ ਮੈਂ ਦੱਸਾਂ, ਤੈਨੂੰ ਖਲਾਵਾਂ, ਤੈਨੂੰ ਕੀ ਦੇਖ ਮੇਰੇ ਕੁਛ ਪਰਸਨਲ ਰੀਜ਼ਨਸ ਆ ਵਿਆਹ ਨਾ ਕਰਾਉਂਦੇ, ਤੇ ਵੈਸੇ ਵੀ ਮੈਂ ਵਿਆਹ ਕਰਾਉਣਾ ਹੀ ਨਹੀਂ ਸੀ, ਭਾਵੇਂ ਤੂੰ ਇੱਥੇ 6 ਮਹੀਨੇ ਬੈਠਾ ਰਹਿੰਦਾ। ਮੈਂ ਸਿਰਫ ਤੇਰੇ ਕੋਲੋਂ ਆਪਣਾ ਕੰਮ ਕਰਾਉਣਾ ਸੀ। ਇਸ ਵਿਆਹ ਦੇ ਕੰਟਰੈਕਟ ਦੀ ਪਹਿਲੀ ਸ਼ਰਤ ਸੀ ਤੇਰੇ ਵਾਲਾ ਕਨਸੈਪਟ ਦਾ ਪ੍ਰੀ ਵੈਡਿੰਗ ਸ਼ੂਟ। ਮਤਲਬ ਕੁੱਤੇ ਦੀ ਵੱਡੀ ਨਿਕਲੀ ਤੂੰ। ਪਰ ਫਿਰ ਤੈਨੂੰ ਮਿਲ ਕੇ ਤੇ ਕੁੜੀ ਦੀ ਫੈਮਿਲੀ ਲਈ ਤੇਰੇ ਦਿਲ 'ਚ ਇੰਨੀ ਰਿਸਪੈਕਟ ਦੇਖ ਕੇ ਮੈਂ ਸੋਚਿਆ ਪੰਦਾ ਮਾੜਾ ਨਹੀਂ। ਓ ਮੈਂ ਤਾਂ ਬਾਲਾ ਵਧੀਆ, ਮੈਂ ਕਹਿੰਦਾ ਕਰੇਲੇ ਵਾਂਗੂ ਆ, ਬਾਹਰੋਂ ਹੀ ਕੌੜਾ ਲੱਗਦਾ ਪਤਾ, ਅੰਦਰ ਗੁਣ ਹੀ ਬਹੁਤ ਆ ਮੇਰੇ। ਜਵਾਈ ਬਣਨ ਨੂੰ ਤਾਂ 100 ਤਿਆਰ ਆ, ਪਰ ਪੁੱਤ ਬਣਨ ਨੂੰ ਕੋਈ ਨਹੀਂ। ਚੱਲ ਛੱਡ ਯਾਰ, ਮਾਫ ਕੀਤਾ ਹੀ ਤੈਨੂੰ, ਪਰ ਇੱਕ ਗੱਲ ਮੈਂ ਵੀ ਲੁਕੋਈ ਆ ਤੇਰੇ ਤੋਂ। ਅੱਛਾ, ਫਿਰ ਤਾਂ ਤੂੰ ਵੀ ਕੁੱਤੇ ਦਾ ਹੱਡ ਨਿਕਲਿਆ। ਜੇ ਤੂੰ ਮੇਰੀ ਘਰ ਵਾਲੀ ਹੁੰਦੀ ਨਾ, ਮੈਂ ਨਾ 4 ਦਿਨਾਂ 'ਚ ਤੈਨੂੰ 36 ਵਾਰੀ ਕੁੱਟਣਾ ਸੀ। ਕਮਾਲ ਹੀ ਹੈ ਓਏ, ਆਹ ਹੁੰਦਾ ਵਿਆਹ ਵਾਲਾ ਸਿਆਪਾ, ਮਤਲਬ ਇੰਨੀ ਐਡਜਸਟਮੈਂਟਾਂ ਕਰਨੀਆਂ ਪੈਂਦੀਆਂ ਵਿਆਹ ਦੇ ਵਿੱਚ। ਬਈ ਗੱਲ ਗੱਲ ਤੇ ਤੁਹਾਡੇ ਡਰਾਮੇ ਹੈ, ਕਦੇ ਤੁਹਾਡੇ ਮੇਕਅਪ ਲਾਉਣ ਦੀ ਵੇਟ ਕਰੋ, ਫਿਰ ਤੁਹਾਡੇ ਮੇਕਅਪ ਲਾਉਣ ਦੀ ਵੇਟ ਕਰੋ। ਉਹ ਨਖਰੇ ਜੈਦ 100 ਸਿਆਪੇ ਹੈ, ਕਿੱਥੇ ਆ ਤੁਹਾਡੇ ਪੈਰ ਬਜ਼ੁਰਗੋ, ਉਹ ਤੁਸੀਂ ਤਾਂ ਮੇਰੀਆਂ ਅੱਖਾਂ ਖੋਲਤੀਆਂ। ਬੁੜੀਆਂ ਦੇ ਮਨ ਦੀਆਂ ਬੰਦੇ ਨਹੀਂ ਹੋਣ ਦੇ ਰਹੇ, ਬੰਦਿਆਂ ਦੇ ਮਨਾਂ ਦੀਆਂ ਬੁੜੀਆਂ ਨਹੀਂ ਹੋਣ ਦੇ ਰਹੀਆਂ। ਉਹ ਤੂੰ ਤਾਂ ਜਮਾ ਹੀ ਸਹੀ ਕਹਿੰਦੀ ਸੀ, ਉਹ ਕੀ ਸੀ ਤੇਰੀ ਮੱਛੀ ਵਾਲੀ ਗੱਲ? ਕੁੜੀ ਦੀ ਲਾਈਫ 'ਚ ਬੰਦੇ ਦੀ ਉਨੀ ਜ਼ਰੂਰਤ ਆ ਜਿੰਨੀ ਮੱਛੀ ਨੂੰ ਸਾਈਕਲ ਦੀ। ਹਾਂ, ਬੰਦੇ ਦੀ ਲਾਈਫ 'ਚ ਵੀ ਬੁੜੀ ਦੀ ਉਨੀ ਜ਼ਰੂਰਤ ਆ ਜਿੰਨੀ ਡੱਡੂ ਨੂੰ ਰਜਾਈ ਦੀ। ਹੁਣ ਇਹ ਗੱਡੀ ਕੋਈ ਲਵੇ ਨਾ ਲਵੇ, ਇਹ ਗੱਡੀ ਨੇ ਨਹੀਂ ਜਾਣਾ ਕਿਸੇ ਦੇ ਕੋਲ, ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ। ਕਹਿ ਕਹਿ ਤੂੰ ਵੀ ਕਹਿ, ਵਧੀਆ ਗੱਲ ਇਹ, ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ, ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ। ਚੱਲ ਹੁਣ ਖੇਡਦੇ ਹਾਂ। ਹੁਣ ਮੈਂ ਨਹੀਂ ਖੇਡਦਾ। ਵੱਡੇ ਗਿਆਨ ਦੀ ਪ੍ਰਾਪਤੀ ਹੋ ਗਈ, ਉਹ ਵਿਆਹ ਵਿਊ ਚ ਕੁਛ ਨੀ ਰੱਖਿਆ, ਆਪਾਂ ਨੀ ਕਰਾਉਣਾ ਵਿਆਹ। ਉਹ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਇਹਦਾ ਵਿਆਹ ਨਹੀਂ ਹੋ ਸਕਦਾ, ਹਮਾਰੀ ਵੀ ਵਿਦਿਆ ਹੈ ਕੁਛ। ਦੋ ਛੜਿਆਂ ਦੀ ਇੱਕ ਟੋਲਕੀ, ਰੋਜ਼ ਰਾਤ ਨੂੰ ਖੜ ਕੇ ਨੀ ਮੈਂ ਮਰ ਜਾਣੀ ਦਾ, ਨਰਮ ਕਾਲ ਜਾ ਧੜਕੇ ਨੀ ਮੈਂ ਮਰ ਜਾਣੀ ਦਾ, ਨਰਮ ਕਾਲ ਜਾ ਧੜਕੇ ਨੀ ਮੈਂ ਮਰ ਜਾਣੀ ਦਾ। ਦੇਖ ਲੋ ਭਾਈ, ਬੂਮੇ ਮਰ ਜਾ, ਜੇਠਾਂ ਦੇ ਸਾਹਮਣੇ ਕਿਹੜਾ ਦਿੱਤਾ ਮੈਂ ਤਾਂ। ਉਹ ਜਾ ਯਾਰ ਚੜ੍ਹਤਿਆ, ਗੇਲੀ ਗਾਲਤੀ, ਅਖੇ ਟੀਸੀ ਵਾਲਾ ਬੇਰ ਬੁੜੁੰਬਾ, ਤੇਰੇ ਤਾਂ ਉਸਤਾਦ ਫੱਲੇ ਗਿੜਕਾਂ ਵੀ ਨੀ ਪਈਆਂ। ਮੈਂ ਤਾਂ ਤੇਰੀ ਭਾਬੀ ਨਾਲ ਸ਼ਰਤ ਲਾਈ ਬੈਠਾ ਸੀ, ਇੱਜ਼ਤ ਹੀ ਰੋਲ ਕੇ ਰੱਖਤੀ ਘਰੇ। ਉਹ ਜਾਣਦਾ ਮੈਂ ਤੈਨੂੰ ਜਿਹੜੇ ਤੇਰੇ ਝੰਡੇ ਝੂਲਦੇ ਐ, ਅਖੇ ਤੌਲੀਆ ਕਿੱਥੇ ਰੱਖਿਆ ਸੀ, ਆ ਜਵਾਕ ਫੜਿਓ ਹਾਂ ਮਰ ਜੇ, ਆ ਫੋਨ ਕਿਹਦਾ ਆ ਗਿਆ ਤੈਨੂੰ, ਨਹਾ ਕੇ ਬਾਥਰੂਮ 'ਚ ਵਾਈਪਰ ਕਿਹਨੇ ਮਾਰਨਾ ਸੀ, ਆ ਭਾਂਡੇ ਮਾਂਜੀ ਖਾ ਮਰ ਜੇ। ਉਹ ਤੂੰ ਘਰੇ ਭਰਜਾਈ ਰੱਖੀ ਕਿ ਥਾਣੇਦਾਰ ਰੱਖਿਆ,
ना इन्नी गुसलखाने की पीढ़ी नहीं थले रही जिना तू थले लग्या भरावा और तुसी किसे एक्स्ट्रा जनानी ना गल करके देखो संघ तक गूठा देन नू जांदियां ते आप सुनियारे ना दर्जी ना कपड़े वाले नाल हस हस के गल्लां मार दियां आखे आओ दिखा दियो नहीं 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 आओ दिखा दियो नहीं तुसी मैनू उन्ना सोहना डिजाइन नहीं दिखा रहे जिन्ना बाकियां नू दिखा रहे हैं अगो उन्हां दा जवाब भी तैयार ही हुंदा है तोड़ते तो सारा कुछ जसदा है तुसी जो मर्जी पा लवो लै दस इत्थे इक कुंडियां मूछां दी तारीफ कर दवे सही अगले दिन ही उस तरह ना फरवाता तो मैनू कह दियो और कड़िकी च फसे होए चूहे वर्गी हालत आ तुहाडी मारदे आ गल्लां तुसी अखे बुढ़िया नू बराबरी दा हक दियो मोढे से मोढा मिला के चलेंगे ओ केड़े मोढे मोढे मुढे तां बहुत चिर दे टप गईआं हे बंदिआं दे सिर तों गठ उत्ते टैक दीआं फिरदीआं ते ताई तू तू की झोली भर ली व्याह करा के सारी उम्र ताए तो हड्ड कटाए पाल पोस के पुत बड़े कीते ते हुण तेरे पुत तैनू नहीं सियाण दे आ पी के 300 दी बोतल ठेके ते लड़दा रहिंदा है तैनू कदे दसां दा बत्ता पड़ाया ने चाह दे नाल तेरी यार नू तां पैसे मुक जांदे आ ਉਹ ਕੋਈ ਜੱਟ ਵੀ ਆਪਣੇ ਕੱਟੇ ਬੱਚੇ ਦਾ ਰੱਸਾ ਫੜਾਉਂਦਾ ਨਾ ਤਾਂ 2,500 ਰੁਪਇਆ ਭਾਲਦਾ ਮੈਂ ਤੁਹਾਡੇ ਤੇ ਹੈਰਾਨ ਹਾਂ ਮਤਲਬ ਇੰਨੀਆਂ ਮਾੜੀਆਂ ਹੋ ਤੁਸੀਂ ਕਿ ਤੁਹਾਡਾ ਰੱਸਾ ਵੀ ਫੜਾ ਦਿੰਦੇ ਆ ਤੇ 20-25 ਲੱਖ ਰੁਪਇਆ ਵੀ ਦੇਣਾ ਪੈਂਦਾ ਦਾਜ ਦਾ ਕਿਸੇ ਸਿਆਣੀ ਗੋਰੀ ਨੇ ਕਿਹਾ ਕਿ ਜਨਾਨੀ ਨੂੰ ਬੰਦੇ ਦੀ ਓਨੀ ਲੋੜ ਹੁੰਦੀ ਹੈ ਜਿੰਨੀ ਮਛਲੀ ਨੂੰ ਸਾਈਕਲ ਦੀ ਓਏ ਪੰਡ ਜੀ ਸ਼ਰਾਬ ਸ਼ਰੂਬ ਨਹੀਂ ਮਿਲਿਆ ਮੈਨੂੰ ਇਹ ਵਰਦਾਨ ਮਿਲਿਆ ਮੈਨੂੰ ਵਰਦਾਨ ਹੁਣ ਕਿਸੇ ਰਿਸ਼ਤੇ ਵਾਲੇ ਨੂੰ ਕੁੱਕੜ ਦਾ ਕਿਵੇਂ ਕੁੱਕੜ ਦੀ ਬੈਠ ਨਹੀਂ ਖਵਾਉਂਦਾ ਵੀਰੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ ਉਹ ਸਾਰੇ ਰਿਸ਼ਤੇ ਰੱਬ ਨੇ ਆਪ ਬਣਾ ਕੇ ਭੇਜਿਆ ਜਿਨ੍ਹਾਂ ਦੀ ਸਾਨੂੰ ਲੋੜ ਸੀ ਮਾਂ ਪਿਓ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਤਾਏ ਚਾਚਿਆਂ ਦਾ ਰਿਸ਼ਤਾ ਉਹ ਪਤੀ ਪਤਨੀ ਵਾਲੀ ਲੋੜ ਥੋੜੋ ਸੀ ਇਹ ਸਿਆਪਾ ਅਸੀਂ ਆਪ ਗਲ ਪਾਇਆ ਉਹ ਕਦੇ ਜਨੌਰ ਵਿਆਹ ਕਰਾਉਂਦੇ ਦੇਖਿਆ ਹੈ ਉਹ ਘੁੱਗੀਆਂ ਕਟਾਰਾ ਸਾਡੇ ਨਾਲੋਂ ਸਿਆਣੇ ਨੇ ਆ ਧਰਤੀ ਫੀਮੇਲ ਹੈ ਤੇ ਉਹ ਆਸਮਾਨ ਮੇਲ ਹੈ ਰੱਬ ਨੇ ਕਿੱਡੀ ਦੂਰ ਦੂਰ ਚੱਕ ਕੇ ਮਾਰੇ ਅਖੇ ਹਿੰਦੂ ਮੁਸਲਮਾਨ ਲੜਨਗੇ ਅੱਡ ਦੇਸ਼ ਬਣਾ ਦਿਓ ਉਹ ਜੇ ਲੜਾਈ ਬੰਦ ਕਰਾਉਣੀ ਸੀ ਨਾ ਤਾਂ ਬੁੜੀਆਂ ਨੂੰ ਮਾਰਨਾ ਹੀ ਚੱਕ ਕੇ ਪਾਕਿਸਤਾਨ ਇਹ ਉੱਥੇ ਲਾਉਂਦੇ ਰਹਿੰਦੀਆਂ ਲਾਹੌਰ ਤੀਆਂ ਤੇ ਅਸੀਂ ਇੱਥੇ ਬੱਕਰੇ ਬੁਲਾਉਂਦੇ ਨਾ ਹੁਣ ਤੀਆਂ ਲੱਗਦੀਆਂ ਨਾ ਸਾਨੂੰ ਬੱਕਰੇ ਬੁਲਾਉਣ ਦਿੰਦੀਆਂ ਇਹ ਵਿਆਹ ਵਿਆਹ ਲਾਈ ਆ ਸਾਹਿਬ ਥੈਂਕ ਯੂ ਤੇਰੀ ਮਾਂ ਪਤਾ ਨਹੀਂ ਹੋਰ ਇੱਦਾਂ ਕਿੰਨੇ ਦਿਨ ਬਾਂਹ ਫੜ ਕੇ ਬੈਠੀ ਰਹੂ ਮੈਂ ਬੜਾ ਦੁਖੀ ਹਾਂ ਯਾਰ ਸਾਲਾ ਤੜਕੇ ਉੱਠ ਕੇ ਤਿਆਰੀ ਕਰਨ ਲੱਗੋ ਦੁਪਹਿਰ ਦੀ ਖਾ ਕੇ ਭਾਂਡੇ ਮਾਂਜ ਕੇ ਨਹੀਂ ਹਟੀਦਾ ਓਨੇ ਚਿਰ ਨੂੰ ਆਥਣ ਦੀ ਦਾ ਟਾਈਮ ਹੋ ਜਾਂਦਾ ਉਹ ਫਾਦਰ ਸਾਹਿਬ ਕੋਈ ਨਹੀਂ ਆਪਾਂ ਰਲ ਮਿਲ ਕੇ ਕਰ ਲੈਂਦੇ ਹਾਂ ਹੀਲਾ ਜੇ ਤੂੰ ਕਹਿੰਦਾ ਤਾਂ ਢਾਬੇ ਤੋਂ ਲਵਾ ਲਈਏ ਢਾਬੇ ਦੀਆਂ ਕਿੰਨੇ ਕੁ ਦਿਨ ਖਾਵਾਂਗੇ ਦੇਖ ਇੱਕ ਉਮਰ 'ਚ ਪਿਓ ਯਾਰ ਹੁੰਦਾ ਅੱਜ ਕੱਲ੍ਹ ਸਾਲੇ ਮੁੰਡੇ ਮੁੰਡਿਆਂ ਨਾਲ ਤੁਰੇ ਫਿਰਦੇ ਆ ਖਰ ਕੋਈ ਗਲਤ ਨਹੀਂ ਜਿੱਥੇ ਜਿਹਦਾ ਚਿੱਤ ਮੰਨਿਓ ਪਰ ਕੇਰਾ ਆਪਾਂ ਕਿਸੇ ਨੀਮ ਹਕੀਮ ਨੂੰ ਦਿਖਾ ਲਈਏ ਘਬਰਾ ਨਾ ਮੈਂ ਤੇਰਾ ਪਿਓ ਨਹੀਂ ਫਰੈਂਡ ਆ ਉਹ ਬੈਸਟ ਫਰੈਂਡ ਆ ਮੈਂ ਤੈਨੂੰ ਕਦੋਂ ਕਿਹਾ ਮੈਨੂੰ ਕੁੜੀਆਂ ਨਹੀਂ ਪਸੰਦ ਬਸ ਮੈਂ ਵਿਆਹ ਨਹੀਂ ਕਰਾਉਣਾ ਉਹ ਅੱਜ ਕੱਲ 35-40% ਲੋਕ ਜਪਾਨ ਦੇ ਵਿੱਚ ਵਿਆਹ ਨਹੀਂ ਕਰਾ ਰਹੇ ਉੱਥੇ ਸਭ ਤੋਂ ਸਿਆਣੇ ਲੋਕ ਰਹਿੰਦੇ ਆ ਤੂੰ ਖੁਸ਼ ਹੋ ਤੇਰਾ ਮੁੰਡਾ ਜਪਾਨੀਆਂ ਦੀ ਸੋਚ ਰੱਖਦਾ ਵੱਡਾ ਫਰੈਂਡ ਬਣਿਆ ਕੀ ਆਂਦਾ ਆਂਦਾ ਖੁਸ਼ ਹੋ ਆਪਾਂ ਜਪਾਨੀ ਜੰਮਿਆ ਸਾਲੀ ਮੇਰੀ ਨਾ ਤੜਕੇ ਲਾਉਣ ਤੋਂ ਜਾਨ ਛੁੱਟੀ ਮੇਰੀ ਮਸ਼ੂਕ ਦਾ ਵਿਆਹ ਐਵੇਂ ਕਿਵੇਂ ਹੋਜੂ ਫੋਟੋਗ੍ਰਾਫੀ ਛੱਡਦਾ ਨਹੀਂ ਕਿਸੇ ਨੂੰ ਪਹਿਲਾਂ ਉਹਦੇ ਵਿਆਹ ਦੇ ਹਲਵਾਈ ਕੁੱਟੇ ਆ ਬਾਅਦ 'ਚ ਕੁੱਟੂ ਫੋਟੋਗ੍ਰਾਫਰ ਲੈ ਵੀਰੇ ਸਾਡੀ ਕੀ ਗਲਤੀ ਹੈ ਇਹਦੇ 'ਚ ਮਰਜ਼ੀ ਹੈ ਜੱਟ ਦੀ ਤੇਰੀ ਗਲਤੀ ਦੀ ਕੀ ਗੱਲ ਹੈ ਪਤਾ ਕਿੰਨਾ ਪਾਕ ਪਵਿੱਤਰ ਪਿਆਰ ਸੀ ਮੇਰਾ ਕਿੰਨਾ ਪਿਆਰ ਕਰਦਾ ਸੀ ਮੈਂ ਉਹਨੂੰ ਕਾਲਜ 'ਚ ਕੋਈ ਉਹਦੇ ਨਾਲ ਬੈਠਦਾ ਹੁੰਦਾ ਸੀ ਕੋਈ ਉਹਨੂੰ ਬਰਗਰ ਖਵਾਉਂਦਾ ਹੁੰਦਾ ਸੀ ਕੋਈ ਉਹਨੂੰ ਫਿਲਮ ਦਿਖਾ ਕੇ ਲਿਆਉਂਦਾ ਹੁੰਦਾ ਸੀ ਇਕੱਲੇ ਇਕੱਲੇ ਨੂੰ ਜਾ ਕੇ ਗੁਲਾਮੇ ਤੋਂ ਫੜਿਆ ਮੈਂ ਨਹੀਂ ਯਕੀਨ ਆਉਂਦਾ ਉਹ ਦੱਸ ਇਹਨੂੰ ਨਹੀਂ ਯਕੀਨ ਹੈ ਬਾਈ ਇੰਨੇ ਤੋਂ ਕੁੱਟ ਲਏ ਤੁਸੀਂ ਹੁਣ ਸਾਨੂੰ ਕਾਹਨੂੰ ਕੁੱਟਣਾ ਕਾਹਨੂੰ ਕੁੱਟੇ ਯਾਰ ਇਕੱਲੇ ਇਕੱਲੇ ਤੋਂ ਖਾਧੀਆਂ ਨੇ ਜਾ ਕੇ ਹੁਣ ਇਕੱਲੇ ਇਕੱਲੇ ਤੋਂ ਦੇਖ ਗੁਲਾਮਾਂ ਜਾ ਕੇ ਮੈਂ ਫੜਦਾ ਹੁੰਦਾ ਸੀ ਲੋਕ ਆ ਕੇ ਮੈਨੂੰ ਛੁਡਾਉਂਦੇ ਹੁੰਦੇ ਸੀ ਓਕੇ ਹੁਣ ਇੰਨੀ ਕੁੱਟ ਖਾਧੀ ਆ ਯਾਰ ਮੈਂ ਕਿਸੇ ਨੂੰ ਕਿਉਂ ਨਾ ਕੁੱਟਾਂ ਇਹ ਕੀ ਗੱਲ ਬਣੀ ਉਹ ਮਸ਼ੂਕ ਤਾਂ ਰਹਿਣਾ ਹੀ ਨਹੀਂ ਉਹਨੇ ਪਰਸੋਂ ਨੂੰ ਤਾਂ ਉਹਦਾ ਵਿਆਹ ਉਹਨੇ ਘਰ ਵਾਲੀ ਬਣ ਜਾਣਾ ਘਰ ਵਾਲੀ ਥੋੜੋ ਵਧੀਆ ਲੱਗਣੀ ਆ ਮਤਲਬ ਇਹ ਉਹ ਗੱਲ ਬਣਨੀ ਆ ਕਿ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਰਿੱਛ ਉਹਨੇ ਬਣਨਾ ਉਹ ਤੂੰ ਤਾਂ ਬਾਂਦਰੀ ਆ ਬਾਈ ਉਸਤਾਦ ਕੁੱਟ ਪਾਏਗਾ
ਯਾਰ ਜਿਵੇਂ ਮੈਮਰੀ ਕਾਰਡ 'ਚ ਗਾਣੇ ਨਹੀਂ ਫਿੱਟ ਹੁੰਦੇ ਗੱਲ ਤੇਰੀ ਇਉਂ ਫਿੱਟ ਹੋ ਗਈ ਦਿਮਾਗ ਬਸ ਗੱਲ ਖਤਮ ਹੈ ਤੂੰ ਚੱਲੋ ਮੇਰਾ ਵੀਰ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਈ ਜੀ ਥੈਂਕ ਯੂ ਚੱਲੀਏ ਛੱਡਦੇ ਮੈਂ ਇੱਥੇ ਮੇਰੀਆਂ ਸੱਤ ਲਾ ਲਈ ਹੈ ਉਹ ਪਤਾ ਕਿਵੇਂ ਆ ਫਾਦਰ ਸਾਹਿਬ ਉਹ ਚੱਲੀ ਜਾਂਦੀ ਫੁਲਕਾ ਫਾਈਟਿੰਗ ਭਰਾਵਾ ਕਿਵੇਂ ਆ ਮਾਤਾ ਤਗੜੀ ਹੈ ਹਾਂ ਵੇ ਪੁੱਤ ਐ ਨਾ ਕਰ ਵਿਆਹ ਬਗੈਰ ਕਿੱਥੇ ਸਰਦਾ ਨਾਲੇ ਮੇਰਾ ਢੋਲ ਕਦੋਂ ਕੁ ਤੱਕ ਇੰਜ ਆਪਣੇ ਹੱਥ ਸਾੜਦਾ ਰਹੂ ਉਹ ਤੁਸੀਂ ਪਿੱਛੇ ਹੀ ਪੈ ਗਏ ਆ ਮੇਰੇ ਤੁਸੀਂ ਦੋਨੇ ਜਾਣੇ ਮੈਨੂੰ ਜਪਾਨੀ ਨਾ ਰਹਿਣ ਦਿਓ ਉਹ ਮਾਤਾ ਐ ਕਿਉਂ ਨਹੀਂ ਸਰਦਾ ਯਾਰ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਇੱਕ ਦਿਨ ਵੀ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਜੀ ਕੇ ਦੇਖੀ ਹੈ ਹੈ ਤੈਨੂੰ ਨਹੀਂ ਲੱਗਦਾ ਤੂੰ ਢੋਲ ਦੇ ਹਿਸਾਬ ਨਾਲ ਹੀ ਸਾਰੀ ਜ਼ਿੰਦਗੀ ਕੱਢ ਦਿੱਤੀ ਉਹ ਵਿਆਹ ਤੋਂ ਬਾਅਦ ਤੈਨੂੰ ਆਪ ਪਤਾ ਕਿੰਨਾ ਸਹਿਣਾ ਪੈਂਦਾ ਸਹਿ ਲੂੰਗੀ ਮੈਂ ਪੱਕੀ ਗੱਲ ਪੱਕੀ ਚੱਲ ਫਿਰ ਹੋ ਜਾ ਤਗੜੀ ਤੂੰ ਸੋਚ ਮੈਂ ਸਵੇਰੇ ਹੀ ਵਿਆਹ ਲਿਆ ਤਗੜੇ ਹੋ ਜਾਓ ਦੋਨੇ ਜਾਣੇ ਹੁਣ You such a loving girl. I love it. I love it. ਪੁੱਤਵੇ ਅੱਜ ਨਾ ਡਾਕਟਰ ਕੋਲ ਬਾਹ ਦਿਖਾਉਣ ਜਾਣਾ ਨਾ ਨਾ ਮਾਤਾ ਇਹ ਕਹਿੰਦੀ ਮੈਨੂੰ ਪਾਰਲਰ ਲੈ ਕੇ ਜਾ ਮੈਂ ਹੱਡੀਆਂ ਕਚਾਉਣੀਆਂ ਇਹ ਤਾਂ ਰੁੱਸ ਜੂ ਹੈ ਉਹ ਝਾਕਦੀ ਕੀ ਹੈ ਨੋ ਹੈ ਤੇਰੀ ਕਾਇਲੀ ਕਾਇਲੀ ਕੁੜੀ ਮੱਥਾ ਤਾਂ ਟੇਕਦੇ ਮਾਤਾ ਨੂੰ ਹੈ ਕੀ ਇਹ ਨਹੀਂ ਟੇਕਦੀ ਥੋੜ੍ਹੀ ਜਿਹੀ ਐਡਵਾਂਸ ਹੈ ਕਹਿੰਦੀ ਮਾਂ ਹੋ ਗਈ ਤੇਰੀ ਮੈਂ ਬੁੜੀ ਤੋਂ ਧਾਰਾਂ ਲੈਣੀਆਂ ਮੈਂ ਨਹੀਂ ਟੇਕਦੀ ਚੱਲ ਚੰਗਾ ਸੀ ਫਿਲਮ ਵੀ ਦੇਖ ਕੇ ਆਉਣੀ ਆ ਬਾਅਦ 'ਚ ਲੇਟ ਹੋ ਜਾਣਾ ਓਕੇ ਬਾਏ ਆਈ ਲਵ ਇਟ ਮੇਰਾ ਪੁੱਤ ਰੋਟੀਆਂ ਲਾ ਦੇ ਤੇਰਾ ਪਿਓ ਕਹਿੰਦਾ ਅੱਜ ਤੇਰੀ ਵਾਰੀ ਆ ਨਾ ਨਾ ਇਸ ਤਾਂ ਸਿਨਮੇ ਗਏ ਸੀ ਤੂੰ ਖਾਏ ਆ ਪੀਜ਼ਾ ਦੋਨੋਂ ਜਾਣੇ ਹੈ ਕਾਇਲੀ ਕਹਿੰਦੀ ਜਿਹਨੂੰ ਲੋੜ ਆਪੇ ਪਕਾਵੇ ਵਾਲੀ ਫਨੀ ਆ ਓਕੇ ਗੁੱਡ ਨਾਈਟ ਆਈ ਲਵ ਇਟ ਵੇ ਚੜਤੇ ਵੇ ਬੂਆ ਖੋਲ ਕੀ ਆ ਓ ਤੇਰਾ ਪਿਓ ਕਹਿੰਦਾ ਇੱਕ ਦਿਨ ਤੇ ਤੂੰ ਲਾ ਦੇ ਰੋਟੀਆਂ ਬੇਬੇ ਕਹਿੰਦੀ ਸੰਗ ਨਹੀਂ ਆਉਂਦੀ ਬੁੜੀ ਨੂੰ ਜਵਾਨ ਨੂੰ ਪੌਦਾ ਦਰਵਾਜ਼ਾ ਪੈਟਦੀ ਨੂੰ ਨਿਊਲੀ ਮੈਰਿਡ ਕਪਲ ਆ ਅਸੀਂ 100 ਗੱਲਾਂ ਹੁੰਦੀਆਂ ਸਾਡੀਆਂ ਕੀ ਕਹਿੰਦੀ ਆ ਬੇਬੇ ਕਾਇਲੀ ਕਹਿੰਦੀ ਤੂੰ ਸਾਡੇ ਸਵੀਟ ਮੂਮੈਂਟਸ ਦੇ ਵਿੱਚ ਜਾਣ ਕੇ ਜ਼ਹਿਰ ਘੋਲ ਰਹੀ ਹੈ ਆਪ ਹੁਣ ਤੱਕ ਬੁੜੇ ਦੇ ਮੂੰਹ 'ਚ ਬੁਰਕੀਆਂ ਪਾਉਣੀ ਹੈ ਇਹ ਹੈਲੋ ਕਾਇਲੀ ਬੁੜਾ ਨਹੀਂ ਕਹਿਣਾ ਮੇਰੇ ਫਾਦਰ ਸਾਹਿਬ ਨੇ ਸਾਹਿਬ ਕਹਿ ਕੇ ਬੁਲਾਉਣਾ ਕਹਿੰਦੀ ਸਾਹਿਬ ਹੋਊਗਾ ਤੇਰਾ ਮੈਂ ਬੁੜੇ ਤੋਂ ਸੇਵੀਆਂ ਵਟਾਉਣੀਆਂ ਓਕੇ ਡੋਨਟ ਡਿਸਟਰਬ ਅਸ ਓਕੇ ਬਾਏ ਟਾਟਾ ਗੋਡੇ ਗੋਡੇ ਚਾ ਮੁੰਡੇ ਦੀ ਦਾਦੀ ਨੂੰ ਗੋਡੇ ਗੋਡੇ ਚਾ ਮੁੰਡੇ ਦੀ ਦਾਦੀ ਨੂੰ ਮਾਤਾ ਪੋਤਾ ਹੋਇਆ ਤੇਰੇ ਵਧਾਈਆਂ ਮੇਰਾ ਸ਼ੇਰ ਬੱਗਾ ਕਾਇਲੀ ਕਹਿੰਦੀ ਬੁੜੀ ਨੂੰ ਬਹੁਤ ਅੱਗ ਲੱਗੀ ਸੀ ਪੋਤੇ ਦੀ ਹੁਣ ਸ਼ੇਰ ਬੱਗਾ ਵੀ ਦਾਦੀ ਨੂੰ ਸਾਂਭੇ ਅਹੇ ਕੀ ਕਰਦਾ ਤੇਰੇ ਵਾਂਗੂ ਹਟ ਜਾ ਆ ਲੈ ਪਰੇ ਕਰਨ ਉਧਰ ਰੱਖ ਨਾ ਨਾ ਮਾਤਾ ਉਹ ਨਿਆਣਾ ਆ ਗਿਰ ਜੂਗਾ ਦੇ ਦਾਦੀ ਨੂੰ ਪਿਆਰ ਅਹੇ ਮੇਰੇ ਸਾਰੇ ਲੀੜੇ ਪਿਓਤੇ ਨਾ ਕਰ ਮਾਤਾ ਕਾਇਲੀ ਕਹਿੰਦੀ ਬੁੜੀ ਦੇ ਕਾਂਟੇ ਮੈਨੂੰ ਦਵਾ ਮਾਤਾ ਕਾਇਲੀ ਕਹਿੰਦੀ ਬੁੜੀ ਨੂੰ ਅੱਡ ਕਰ ਜਾਂ ਤਾਂ ਤੇਰੀ ਮਾਂ ਰਹੂ ਤੇ ਜਾਂ ਮੈਂ ਰਹੂ ਮਾਤਾ ਸ਼ੇਰ ਬੱਗਾ ਕਹਿੰਦਾ ਵੀਰ ਚਾਹੀਦਾ ਬਣਾ ਦਿਆਂ ਜੋੜੀ ਮਾਤਾ ਕਾਇਲੀ ਕਹਿੰਦੀ ਬੁੜਾ ਬੁੜੀ ਤੇ ਦਾਜ ਦਾ ਪਰਚਾ ਦੇਣਾ ਕਹਿੰਦੀ ਮੈਂ ਪੁੜੇ ਕਟਾਉਣੇ ਲੈ ਦੱਸ ਮਾਤਾ ਕਾਇਲੀ ਕਹਿੰਦੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਓਲੇ ਮਾਤਾ ਆ ਕਾਇਲੀ ਕਹਿੰਦੀ ਇੰਨਾ ਤਾਂ ਕੋਈ ਨਵਾਂ ਵਿਆਹ ਜੋੜਾ ਲੱਛਣ ਨਹੀਂ ਕਰਦਾ ਜਿੰਨੀ ਬੁੜਾ ਬੁੜੀ ਨੇ ਹੱਥ ਚੱਕੀ ਆ ਦੇਖ ਲਾ ਮਾਤਾ ਆ ਹਾਲ ਹੋਣਾ ਹੀ ਜਿੱਦਾਂ ਸਾਹਿਬ ਨੇ ਮਾਂ ਤੋਂ ਪੁੱਤ ਦੂਰ ਕਰਤਾ ਇਵੇਂ ਹੀ ਹੋਣੇ ਪੁੱਤ ਤੋਂ ਮਾਂ ਦੂਰ ਕਰੂ ਸੋਚ ਲਾ ਇੱਕ ਵਾਰ ਓਹੋ ਆ ਮੇਰਾ ਸ਼ੇਰ ਬੱਗਾ ਥੱਲੇ ਕਿਹਨੇ ਰੱਖਤਾ ਇਹਨੂੰ ਤਾਂ ਗੋਦੀ ਚੱਕ ਵਧਾਈਆਂ ਮਾਤਾ ਤੂੰ ਵੀ ਜਪਾਨੀ ਹੋ ਗਈ ਗੁੱਡੋ ਤੂੰ ਇਸ ਕਪੂਤ ਦੀਆਂ ਗੱਲਾਂ ਜਾ ਗਈ ਠੀਕ ਕਹਿੰਦਾ ਜਵਾਕ ਮੈਂ ਤਾਂ ਕਦੇ ਨਾ ਵਿਆਹਾਂ ਮੇਰਾ ਪੁੱਤ ਮੈਂ ਤਾਂ ਕਦੇ ਨਾ ਵਿਆਹਾਂ ਜਵਾਕ ਤੇ ਮੈਂ ਗੋਲਾ ਲੱਗਿਆ ਹੋਇਆ ਤੜਕੇ ਲਾਉਣ ਨੂੰ ਖਾਓ ਢਾਬੇ ਤੋਂ ਫਿਰ ਮੈਨੂੰ ਕੀ ਲੈ ਇਹ ਕਾਇਲੀ ਤੋਂ ਘੱਟ ਹੈ ਆਪਦੀ ਜੁੜੀ ਨੀ ਲੂੰਬੜ ਜਿਹਾ ਨੇ ਮੇਰੀ ਵੀ ਖੋਲੀ ਆ ਕਰਮਾਤੀ
ना ही फोन दा फिकर सानू ना ही नेट पैक दा आज सजरे फुला दे वांगू फिरे जट टैग दा ना ही फोन दा फिकर सानू ना ही नेट पैक दा सजरे फुला दे वांगू फिरे जट टैग दा पहला सूरज चिड़ा के पिछो उठदा ना हत्था च गुलाब फड़े ने ओ लेखा विच लिखी आजादी जट दे जी नजारे बड़े ने ओ लेखा विच लिखी आजादी जट दे जी नजारे बड़े ने ओ बाबे वालों सारिया ते फुल कृपा हो जिन्ने वीर छड़े ने ओ लेखा विच लिखी आजादी जट दे जी नजारे बड़े ने ओ जिन्ने वीर छड़े ने ओ जिन्ने वीर छड़े ने ਸਾਥੋਂ ਤਾਰਿਆਂ ਨਾ ਪੈਂਦੀਆਂ ਨੀ ਆੜੀਆਂ ਜੱਟ ਮਾਰਦੇ ਬਨੇਰੇ ਬੈਠੇ ਤਾੜੀਆਂ ਬਾਲਾ ਉਤਰੇ ਵੀ ਬੀਬਾ ਕਦੇ ਡੀਪ ਨੀ ਸਾਡੀ ਪਿੰਡ ਦੇ ਵਿਚਾਲੇ ਚੱਲੇ ਸੀਪ ਨੀ ਉਹ ਸਾਰਾ ਐਲਤੀ ਤੋਂ ਐਲਤੀ ਡਿਪਾਰਟਮੈਂਟ ਜਿੰਨੇ ਮੇਰੇ ਨਾਲ ਪੜੇ ਨੇ ਓ ਲੱਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ ਓ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ ਓ ਬਾਬੇ ਵੱਲੋਂ ਸਾਰਿਆਂ ਤੇ ਫੁੱਲ ਕਿਰਪਾ ਓ ਜਿੰਨੇ ਵੀਰ ਛੜੇ ਨੇ ਓ ਲੱਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ ਓ ਜਿੰਨੇ ਵੀਰ ਛੜੇ ਨੇ ਓ ਮੈਂ ਕਿਹਾ ਵੀਰ ਛੜੇ ਨੇ ਕਦੇ ਆਪਾਂ ਨਹੀਂ ਉਹ ਕੀਤੀ ਘੜੀ ਠੀਕ ਜੀ ਸਾਨੂੰ ਕਿਹੜਾ ਚੂੜੇ ਵਾਲੀ ਡੀਕ ਦੀ ਉਹ ਮੱਠੀ ਆਗੀ ਉੱਤੇ ਫੁਲਕਾ ਫਰਾਈ ਦਾ ਵੀਰੇ ਟੌਰ ਨਾਲ ਰਾੜ ਰਾੜ ਖਾਈ ਦਾ ਪਾ ਕੇ ਕੁੜਤਾ ਪਜਾਮਾ ਰੈਡੀ ਹੋ ਜੀਏ ਤੇ ਪੱਗਾਂ ਉੱਤੇ ਪੈਨ ਮੜੇ ਨੇ ਓ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ ਓ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ ਓ ਬਾਬੇ ਵੱਲੋਂ ਸਾਰਿਆਂ ਤੇ ਫੁੱਲ ਕਿਰਪਾ ਹੋ ਜਿੰਨੇ ਵੀਰ ਛੜੇ ਨੇ ਓ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ ਓ ਜਿੰਨੇ ਵੀਰ ਛੜੇ ਨੇ ਓ ਜਿੰਨੇ ਵੀਰ ਛੜੇ ਨੇ ਮੈਂ ਕਿਹਾ ਵੀਰੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ ਹੋਰ ਬਾਈ ਕੀ ਹਾਲ ਆ ਕਿਵੇਂ ਆ ਤੈਨੂੰ ਕੰਮ ਕੁੰਮ ਦਵਾ ਦੀਏ ਕੋਈ ਸ਼ੂਟ ਦਾ ਕਾਹਦਾ ਉਹ ਯਾਰ ਵਿਆਹ ਜਿਹਾ ਆਪਣਾ ਆਪਾਂ ਸ਼ੂਟ ਕਰਾਉਣਾ ਤੇਰੇ ਤੋਂ ਤੇਰਾ ਵਿਆਹ ਹੈ ਹੋਰ ਪੱਕੀ ਗੱਲ ਪੱਕੀ ਗੱਲ ਕੀ ਬਾਤ ਹੈ ਪ੍ਰਧਾਨ ਮੁਬਾਰਕਾਂ ਖਰਚਾ ਕਿੱਦਾਂ ਕਰਨਾ ਉਹ ਖਰਚੇ ਦੀ ਕੋਈ ਚਿੰਤਾ ਨਹੀਂ ਕੰਮ ਵਧੀਆ ਆਉਣਾ ਚਾਹੀਦਾ ਬਸ ਲੈ ਬਸ ਠੀਕ ਹੈ ਫਿਰ ਏ ਵਨ ਕੰਮ ਹੈ ਜਿਹੜਾ ਤੈਨੂੰ ਪਸੰਦ ਹੈ ਉਹੀ ਕਰ ਦਿਆਂਗੇ ਅੱਛਾ ਆ ਇੱਕ ਹੋਰ ਹੈ ਪਰ ਇਹ ਥੋੜਾ ਜਿਹਾ ਮਹਿੰਗਾ ਸਪੈਸ਼ਲ ਹੈ ਇਹ ਕੀਤੇ ਨਹੀਂ ਹਾਲ ਤੱਕ ਕਿਸੇ ਦਾ ਇੱਦਾਂ ਦਾ ਆ ਬਣੀ ਨਾ ਗੱਲ ਫਿਰ ਆਹੀ ਕਰਾਂਗੇ ਆਪਾਂ ਫਿਰ ਮੈਂ ਵੀ ਤਾਂ ਵਿਲੱਖਣੀ ਹੈ ਮੇਰੀਆਂ ਅੱਖਾਂ 'ਚ ਦੇਖ ਫਿਰ ਹੈ ਨਾ ਟਾਈਗਰ ਵਰਗੀਆਂ ਡਰ ਲੱਗਦਾ ਬਾਈ ਕੁੜੀ ਵਾਲੇ ਪਾਸੇ ਵੀ ਤੁਸੀਂ ਜਾਣਾ ਮੈਂ ਕਿਹਾ ਤੂੰ ਫਿਕਰ ਹੀ ਨਾ ਕਰ ਬਸ ਪੇਮੈਂਟ ਦੀ ਪੇਮੈਂਟ ਦੀ ਕੋਈ ਚਿੰਤਾ ਨਹੀਂ ਯਾਰ ਫਿਕਰ ਨਾ ਕਰ ਬਸ ਠੀਕ ਭਰਾ ਯਾਰ ਤੂੰ ਆਪਣਾ ਤੈਨੂੰ ਪੈਸੇ ਠੀਕ ਠਾਕ ਹੀ ਦੇਵਾਂਗੇ ਹੈ ਭਰਾ ਤੂੰ ਥੋੜੀ ਯਾਰ ਪੈਸੇ ਕਮਾਏਗਾ ਹੁਣ ਤੂੰ ਲੈ ਦੱਸ ਸਾਰੀ ਉਮਰ ਵਰਤਣਾ ਆਪਾਂ ਹੈ ਹੈਲੋ ਟੁੱਟ ਜੂ ਬਾਈ ਸੁਣਨ ਤਾਂ ਇੰਨੇ ਪੈਸੇ ਮੰਗਦੀ ਹੈ ਯਾਰ ਉਹ ਮੈਨੂੰ ਜਾਣਦੀ ਨੀ ਯਾਰ ਉਹ ਮੋਹਾਲੀ ਰਹਿੰਦੀ ਹੈ ਮੈਂ ਵੀ 3B ਟੂਰਿਆ 2 ਮਹੀਨੇ ਯਾਰ ਹੋਏ ਤਾਂ ਇੱਕੋ ਪਿੰਡ ਮੋਹਾਲੀ ਦੇ ਨਾ ਇੱਕੋ ਪਿੰਡ ਦੇ ਭੈਣ ਭਰਾ ਹੋਏ ਹੁਣ ਭਰਾ ਤੋਂ ਪੈਸੇ ਕਮਾਊਗੀ ਹਾਂ ਕਹਿ ਯਾਰ ਰੱਖੜੀ ਦੇ 20-30 ਵੱਧ ਦੇ ਦਾਂਗੇ ਗੈਟ ਟੂਗੈਦਰ ਹੋ ਗਿਆ
ओ हेलो अब किवें आ बिना साइकिल वाली मच्छी की हाल है मथा टेक दे बुजुर्गो ओ सच तू मैनू उदू बाद कोई ब्याह ही नहीं दवाया है चल कोई नहीं वैसे मैं कला ही 22 23 ब्याह भड़का देना महीने दे ओ मैं इत्थे आया सी ओ दो चार रस्मां दी फोटो जी खिचनिया सी ओ नाल तैनू पता फिर एल्बम वधिया बन जांदी आ तू सुना इस ब्याह च गला पवा रही है कि फंदे ते तुरी फिरदी है याद ही ओ ब्याह वाली कुड़ी नहीं लभ रही तेरा ब्याह आ है ओ तू पागल हो गई है सौ खा मैनू इन्ना सोहना ज्ञान दे के आप इस चक्कर च फसन लगी हां ओ तैनू किने पैरा तो करता हेलो बेटा हेलो हेलो तुसी क्लिक करोगे हां मैं करूंगा जी ओके की है गुड गुड वधिया जिया करना है हां जी हां जी एक्चुअली टोकरा पर पर के करन दी लोड़ नहीं है पिंडा वाले वांगू आई डोंट लाइक दैट बेटा एकदम सर करो कुछ ओ माय प्रीशियस डायमंड लुकिंग सो स्वीट तुसी पम्मी आंटी नु मिले मम्मी ओ बेटा ओ कदो दे तुहानू लब रहे ने चलो आओ आओ मैं मिलावा आओ कम 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 यारो ब्याह कर उस्ताद आ छलियां ते नींबू नु चोड़ी फिरदे आ बड़े स्टैंडर्ड वाले जी पोटैटो वेजेस आलू ओ इन्हां नु ता गवर्नमेंट नहीं पुछदी कुक्कड़ काकड़ है नहीं जी मैडम साडे होले दिल दे ने जीव हत्या दे बिल्कुल खिलाफ ने दारू किथे लगी गेट ते लगी है आ जा चलो जी स्माइल परा हो ना मुक्का मारदा है ना लत मारदा है रब जदों भी मारदा बंदे दी भाई मत मारदा ते आप जी दी मत बज गई है ना हुण मछली नूं साइकिल चलाउणा आ गया है मैं कल्ली हां सो मम्मी पापा करके व्याह नहीं करा रही सी पर हुण उन्होंने कर जवाई लभ लिया मम्मी पापा तो बदके की हुंदा है ना हां बल्ले नहीं तेरे मम्मी पापा दे मैं तेरे पिछे अपना साहब तड़के लाउण ला लिया ना थार दी टेस्ट ड्राइव लैके कोई घड़ोका खरीदा देखा है बंदा है ओह तू मुंडा देखा भी है कहे जे ना मुंह ना मत्था ओदा ओह हो रही है चमचड़क जी हो शक्ल ही नहीं सब कुछ हुंदी एटलीस्ट तेरे वर्गा पापी नहीं जो गल गल ते वाइफ नु कुट्टन नु तैयार है ओए पाप थोड़े दा पुन्न है पिंडा च ससा मसा ही 10 दिन पेके घल दियां अखे आ जाती है तेरे बिना शट डाउन कित्ते जरदा है ते जिन्हां दे घर वाले सर्विस करदे आ ना ओ मौज नाल रुस के बैठे रहनियां 2-2 महीने पेके ते होया ना फायदे वाला सौदा फिर 4-5 दिन पंचायत चलनी हुंदी है ओ मनोरंजन अड्ड चलदा ओ पिंडा वालां दी किस्मत च कित्थे आ शिमले तेरा कुछ नहीं हो सकता ते मैं करौणा भी नहीं ते तू भी टल जा मेरी लाइफ अब मैं जो मर्जी करा तेनू की नहीं यार मेरा नहीं मन मान रहा बस क्यों हेलो सर सर मैं फ्रेंड है जी उदा मैं थानू दसदा मेरे बारे जी हाँ जी मैं तेनू दसदा मैं कौन हाँ हाँ जी सर SP मोहाली काबल सिंह जी सर ते मामा मैं वंजली दा हाँ जी सर मसा कुड़ी मन्नी है व्याह ली हाँ जी, जी। ਤੁਸੀਂ ਐਵੇਂ ਆਪਣੀ ਕਾਉਂਸਲਿੰਗ ਨਾ ਕਰੋ ਹਾਂ ਠੀਕ ਹੈ ਜੀ ਆਪਣਾ ਕੰਮ ਕਰੋ ਨਾਈਸਲੀ ਹਾਂ ਠੀਕ ਹੈ ਜੀ ਉਹ ਯਾਰ ਉਸਤਾਦ ਕੁੱਟਣਗੇ ਇਹਨਾਂ ਦੇ ਤੋੜੇ ਹੋਏ ਤਾਂ ਐਕਸਰੇ ਚ ਵੀ ਨਹੀਂ ਆਉਂਦੇ ਖੇਡੂ ਚਲੇ ਮੇਰੀ ਟੀਮ ਚ ਕਿਆ ਬਾਤ ਕੈਸੀ ਫੋਟੋ ਆਈ ਹੈ ਕਿਆ ਬਾਤ ਆਈ ਹੈ ਉਹ ਮੁੰਡਾ ਕਹਿ ਰਿਹਾ ਸੀ ਬਾਈ ਤੂੰ ਘਰ ਜਵਾਈ ਬਣ ਰਿਹਾ ਮੇਰੇ ਗੱਲ ਨਹੀਂ ਪੱਲੇ ਪਈ ਫਿਰ ਟੋਲੀ ਵਾਲੀ ਕਾਰ ਚ ਬਹਿ ਕੇ ਵੀ ਤੂੰ ਜਾਏਗਾ ਆਹ ਗੱਲ ਤਾਂ ਯਾਰ ਮੈਂ ਕਦੇ ਸੋਚੀ ਨੀ ਮਤਲਬ ਜਦੋਂ ਡੋਲੀ ਵਾਲੀ ਕਾਰ ਤੁਰੀ
ਮੈਨੂੰ ਵੀ ਵੈਣ ਪਾਉਣੇ ਪੈਣਗੇ। ਫਿਰ ਇਹੀ ਕੁਛ ਲੱਗਦਾ ਬਾਬਲ ਵਿਦਾ ਕਰੇਂ ਦੇ ਆਵੇ ਮੈਨੂੰ ਰੱਖ ਲੈ ਇੱਕ ਦਿਨ ਹੋ ਓ ਮੇਰਿਆ ਬਾਬਲਾ ਓ ਮੇਰਿਆ ਬਾਬਲਾ 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 ਆਹ ਗੱਲ ਗਲਤ ਆ ਯਾਰ ਤੂੰ ਹੁਣ ਮੈਨੂੰ ਵਿਦਾ ਕਰੇਂਗਾ ਹੈਂ ਬਾਬਲ ਮੇਰਾ ਟਰੈਕਟਰ ਤੇਰੇ ਘਰ ਰਹਿ ਗਿਆ ਓ ਬਾਬਲ ਚੁੱਪ ਕਰ ਉਹ ਕਾਹਨੂੰ ਰੋਈ ਜਾਂਦਾ ਜ਼ਮੀਨ ਝੋਟੇ ਦੇ ਸਿਰ ਵਰਗੀ ਹੈ 38 ਕਿੱਲੇ ਤੇ ਕੋਠੀ ਦੇਖੀ ਉਹਨਾਂ ਦੀ ਉਹ ਮੌਜ ਕਰਾਂਗੇ ਉਹ ਇੰਨਾ ਡੇਂਗਾ ਤਾਂ ਸਾਡੀਆਂ 5 ਪੀੜੀਆਂ ਨੇ ਨਹੀਂ ਇਕੱਠਾ ਕਰਨਾ ਨਾਲੇ ਹੋਰ 2-4 ਸਾਲਾਂ ਨੂੰ ਉਹ ਮਰਮਰਾ ਜਾਣਗੇ ਨਹੀਂ ਤੇ ਇੱਥੇ ਚੱਕ ਲਿਆਵਾਂਗੇ ਉਹ ਵਿਆਹ ਤੋਂ ਬਾਅਦ ਤਾਂ ਨਹੀਂ ਨਾ ਮੁਕਰਨ ਲੱਗੇ ਚੱਲ ਚੱਕੋ ਯਾਰ ਤੁਸੀਂ ਜਿਹੜੀ ਗੱਲ ਗਲਤ ਆ ਉਹ ਗਲਤ ਆ ਨਾ ਯਾਰ ਤੂੰ ਦੱਸ ਬਾਈ ਦੇਖ ਬਾਈ ਹੈ ਤਾਂ ਤੇਰੀ ਮਰਜ਼ੀ ਪਰ ਲਾਲਚ ਆਪਣੀ ਜਗ੍ਹਾ ਸੈਲਫ ਰਿਸਪੈਕਟ ਆਪਣੀ ਜਗ੍ਹਾ ਹੁਣ ਤੂੰ ਮਰਦ ਬੰਦਾ ਹੈ ਹੁਣ ਸਾਰੀ ਉਮਰ ਤੀਵੀਂ ਦੇ ਥੱਲੇ ਲੱਗਿਆ ਚੰਗਾ ਲੱਗੇਗਾ ਸਹੀ ਗੱਲ ਹੈ ਯਾਰ ਜਮਾਂ ਸਮਝ ਚ ਪੈ ਗਈ ਤੇਰੀ ਗੱਲ ਹਾਂ ਤੂੰ ਮੱਚਦਾ ਮੇਰੇ ਤੋਂ ਤੂੰ ਨੀ ਚਾਹੁੰਦਾ ਮੇਰਾ ਵਿਆਹ ਹੋ ਜੇ ਨਾ ਮੈਂ ਤੇਰੀ ਕੋਈ ਗੱਲ ਨੀ ਸੁਣਨੀ ਤੂੰ 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 ਬਸ ਫੋਟੋਆਂ ਖਿੱਚ ਬਸ ਯਾਰ ਮੈਂ ਨੀ ਤੇਰੀ ਕੋਈ ਗੱਲ ਸੁਣਨੀ ਮੇਰੀ ਮਸ਼ੂਕ ਡੋਲੀ 'ਚ ਬਹਿ ਕੇ ਗਈ ਸੀ ਨਾ ਹਾਂ ਉਹ ਕੀ ਸਮਝਦੀ ਹੈ ਉਹਦੇ ਬਿਨਾਂ ਕੋਈ ਹੋਰ ਡੋਲੀ 'ਚ ਨਹੀਂ ਬੈਠ ਸਕਦਾ ਜੱਟ ਬੈਠ ਕੇ ਜਾਊਗਾ ਡੋਲੀ 'ਚ ਟਿੱਟ ਫੋਰ ਟੈਟ ਬਾਬਲਾ ਬਣਾ ਪੈ ਕੇ ਯਾਰ ਜਲੰਧਰ ਤੈਨੂੰ ਯਾਦ ਆ ਆਪਾਂ ਨਿੱਕੇ ਹੁੰਦੇ ਵੇਰ ਤੋੜਨ ਜਾਇਆ ਕਰਦੇ ਸੀ ਹਾਂ ਉਸਤਾਦ ਅਸੀਂ ਜਾਂਦੇ ਹੀ ਕੱਚੇ ਪੱਕੇ ਜੇ ਚੁੱਕ ਕੇ ਨਾ ਜੇਬਾਂ ਭਰ ਲੈਂਦੇ ਹੁੰਦੇ ਸੀ ਤੇ ਤੂੰ ਇਕੱਲੇ ਹੀ ਲੱਗਿਆ ਰਹਿੰਦਾ ਸੀ ਟੀਸੀ ਵਾਲੇ ਵੇਰ ਨੂੰ ਡਲੇ ਮਾਰਨ ਕਈ ਵਾਰ ਟੁੱਟਦਾ ਵੀ ਨਹੀਂ ਸੀ ਹੁੰਦਾ ਤੇ ਤੂੰ ਖਾਲੀ ਨਹੀਂ ਨਹੀਂ ਅੱਜ ਤਾਂ ਟੁੱਟ ਗਿਆ ਸੀ ਯਾਰ ਟੀਸੀ ਵਾਲਾ ਵੇਰ ਅੱਛਾ ਉਹ ਸਾਲਾ ਭੱਜ ਕੇ ਗਲੇ ਜੇ ਜਵਾਕ ਨੇ ਚੱਕ ਕੇ ਜੇਬ 'ਚ ਪਾ ਲਿਆ ਛੱਡ ਉਸਤਾਦ ਤੂੰ ਕੀ ਲੈਣਾ ਤੂੰ ਕਿਹੜਾ ਵਿਆਹ ਕਰਾਉਣਾ ਮੇਰਾ ਮਤਲਬ ਤੂੰ ਤੇ ਵਿਆਹ ਕਰਾਉਣਾ ਹੀ ਨਹੀਂ ਕਿਤੇ ਕੋਈ ਦਿਲ ਚੋਂ ਮੁਹੱਬਤ ਦੀ ਆਵਾਜ਼ ਤਾਂ ਨਹੀਂ ਆਉਂਦੀ ਨਹੀਂ ਨਹੀਂ ਆਵਾਜ਼ ਵੀ ਤਾਂ ਨਹੀਂ ਕੋਈ ਆਉਂਦੀ ਪੱਕਾ ਨਹੀਂ ਨਹੀਂ ਹਾਂ ਤੂੰ ਚੈੱਕ ਕਰ ਲੈ ਤੈਨੂੰ ਆਉਂਦੀ ਨਹੀਂ ਉਸਤਾਦ ਜਮਾਂ ਓਕੇ ਰਿਪੋਰਟ ਹੈ ਸੁਣ ਤਾਂ ਨਹੀਂ ਰਹੀ ਤੈਨੂੰ ਮੈਨੂੰ ਤਾਂ ਨਹੀਂ ਸੁਣ ਨਹੀਂ ਮੈਨੂੰ ਵੀ ਸੁਣ ਰਹੀ ਮੈਂ ਵੀ ਠੀਕ ਹਾਂ ਕਿੱਚ ਫਿਰ ਜੇ ਨਹੀਂ ਢੁੰਡਦੀ ਆ ਪਾ ਪਾ ਦਵਾਈ ਪਾ ਤੂੰ ਚੱਕ ਆਪਾਂ ਤਾਂ ਫੋਟੋਆਂ ਵੇਚਦੇ ਸੀ ਚੜ੍ਹਦਾ ਸਾਹਿਬ ਅੱਜ ਫੀਲਿੰਗਾਂ ਵੀ ਵੇਚਦੀਆਂ ਜਲੰਧਰ ਸਾਹਮਣੇ ਨਾ ਸਹੀ ਹੁਣ ਤਾਂ ਮੰਨ ਲਾ ਪੀੜ ਤਾਂ ਹੁੰਦੀ ਆ ਨਾ ਜਨਾਬ ਮੱਥਾ ਟੇਕਦੇ ਆ ਬਜ਼ੁਰਗੋ ਪੀ ਗੱਲ ਕੀ ਆਇਆ ਆ ਯਾਰ ਰੋਟੀ ਦੇ ਦੇ ਹੋਰ ਨਾ ਤੈਨੂੰ ਇਸ ਵੇਲੇ ਮਾਲ ਪੂੜੇ ਪਕਾ ਦਿਆਂ ਉਹ ਮੈਂ ਕਿਤੇ ਰੋਜ਼ ਦਾਰੂ ਪੀਨਾ ਨਾ ਰੋਜ਼ ਪੀ ਲਿਆ ਕਰ ਆਹੀ ਤਾਂ ਕਸਰ ਰਹਿੰਦੀ ਆ ਤੇ ਜਲੰਧਰ ਜੀ ਨੂੰ ਦਿਓ ਮੈਂ ਤੈਨੂੰ ਸੜੀ ਕਿਸੇ ਦਿਨ ਜਿਹੜਾ ਉਸਤਾਦ ਉਸਤਾਦ ਕਰਕੇ ਪਾ ਲੈਂਦਾ ਤੈਨੂੰ ਨਾ ਮੇਰੀ ਗੱਲ ਸੁਣ ਉਸਤਾਦ ਨੂੰ ਤੂੰ ਬੜੇ ਜੀਵ ਤੇ ਸੱਪ ਲੜਾਉਂਦਾ ਰਿਹਾ ਹੈ ਨਾ ਠੇਕੇ ਤੇ ਬਾਲੀ ਚੜ੍ਹ ਦਿਆ ਤੈਨੂੰ ਬੰਦਾ ਘਰੇ ਆ ਕੇ ਪੀ ਮਰ ਲੇ ਕਿਸੇ ਹੋਰ ਦਾ ਵੀ ਚਿੱਤ ਕਰਦਾ ਹੁੰਦਾ ਉਹ ਮੈਂ ਤਾਂ ਭੁੱਲ ਗਿਆ ਹੁਣ ਲਿਆ ਵਾ ਜੀ ਕਰਦਾ ਨਾ ਛੜਿਆ ਕਿ ਸ਼ਾਂਤ ਜੀ ਜ਼ਿੰਦਗੀ 'ਚ ਕੁਰਬਲ ਕੁਰਬਲ ਹੋਵੇ ਕਿਸੇ ਨਾ ਕਿਸੇ ਬਹਾਨੇ ਵੰਝਲੀ ਤੇਰੀ ਰੋਜ਼ ਬਦਰੀ ਬਣਾਵੇ
और प्यार साला छिकू हुंदा यार। सच्चे प्यार दी यही निशानी हुंदी आ बई, बंदे दा अपने आप बदरी बनन जी करदा। रोब तां पहले ही बहुत सी, तेरे नाल होर हो गया, बन गी तू काइट है मेरी। उस्ताद तू किसे प्यो तो ना कुड़ी दा हाथ नहीं मंगना, किसे बांदर तो अमरूद खोना। छड़े बंदे दा प्यार घट ते मजबूरी वध दिसदी है, इनू तां तेरी कोई परवाह नहीं। तेरे चाहे अलगोजे वजन चाहे चिमटे, छड उस्ताद निकली लाटरी दियां टिकटां नहीं खरीदी दियां। ਇਹ ਤਨੀ ਹੁਣ ਦਿਲ ਚੋਂ ਨਿਕਲਦੀ। ਇਹਨੂੰ ਹੀ ਪੈਰਾਂ ਤੋਂ ਕੱਢਦੇ ਆ। ਹੈਲੋ, ਨਹੀਂ ਨਹੀਂ ਮੈਂ ਵਿਆਹ ਨਹੀਂ ਕਰਨਾ ਮਾਤਾ। ਹੈਂ, ਹਾਂ ਤੇ ਬੋਲੀ ਜਾਣ ਪਿੰਡ ਵਾਲੇ। ਉਹ ਮੈਂ ਐਸ਼ ਕਰਨੀ ਹੈ। ਉਹ ਸ਼ੇਰ ਗੁਲਾਮੀ ਥੋੜੋ ਕਰਦੇ ਹੁੰਦੇ ਆ ਮਾਤਾ, ਗੁਲਾਮੀ ਕਰਦੇ ਹੁੰਦੇ ਆ ਕੁੱਤੇ ਬਿੱਲੇ। ਹਾਂ ਨਹੀਂ ਨਹੀਂ ਸਾਰੀ ਉਮਰ ਹੁਣ ਮੈਂ ਘਰ ਵਾਲੀ ਦੇ ਥੱਲੇ ਲੱਗ ਕੇ ਥੋੜੋ ਰਹਿਣਾ। ਅਖੇ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਬਈ ਕਿਉਂ ਨਹੀਂ ਕਰਨਾ? ਹੈਂ, 35 ਕਿੱਲੇ ਸੜਕ ਤੇ ਜ਼ਮੀਨ ਆਉਂਦੀ ਹੈ, ਆ ਤੇ ਵਿਆਹੀ ਜਾਵੇ। ਆ ਤੇ ਕੱਲੀ ਕੱਲੀ ਕੁੜੀ ਹੋਊਗੀ ਆਪਣੇ ਘਰੇ? ਹਾਂ, ਬੁਰਕੀ ਦੇਖ ਕੇ ਚੂਹਾ ਕੜਿੱਕੀ ਚ ਫਸਦਾ ਹੈ, ਸ਼ੇਰ ਨੀ। ਗੱਲ ਤਾਂ ਤੇਰੀ ਆਪਣੇ ਵਾਤਾਵਰਨ ਵਾਂਗ ਬਿਲਕੁਲ ਸਾਫ਼ ਹੈ, ਪਰ ਮੈਂ ਤਾਂ ਪਰਾਲੀ ਨੂੰ ਅੱਗ ਲਾ ਬੈਠਾ ਨਾ। ਮੈਂ ਹਿਸਾਬ ਲਾਇਆ, ਬੰਦਾ ਤੂੰ ਬਹੁਤ ਸਮਝਦਾਰ ਆ। ਲੈ ਮੈਂ ਘੱਟਾ ਸਮਝਦਾਰ? ਉਹ ਮੈਂ ਤਾਂ ਬੇਵਕੂਫੀ ਬਹੁਤ ਸੀ, ਅਕਲ ਮੈਨੂੰ ਦਿੱਤੀ ਆ ਤੇਰੀ ਹੋਣ ਵਾਲੀ ਘਰ ਵਾਲੀ ਨੇ। ਉਹ ਅਸੀਂ ਐਕਸਪੈਰੀਮੈਂਟ ਕਰਕੇ ਦੇਖਿਆ, ਇਕੱਠੇ ਹੀ ਅਸੀਂ ਰਹਿੰਦੇ ਰਹੇ ਆ, ਹੋਰ ਘਰ ਵਾਲਾ ਘਰ ਵਾਲੀ ਬਣ ਕੇ। ਉਹ ਨਤੀਜਾ ਇਹ ਨਿਕਲਿਆ ਕਿ ਵਿਆਹ ਚ ਕੱਖ ਨੀ ਰੱਖਿਆ। ਇਹ ਪਤਾ ਨੀ ਕਿਵੇਂ ਪੁੱਠੇ ਪੈਰੀ ਹੋ ਗਈ। ਇਕੱਠੇ ਰਹੇ ਮਤਲਬ ਸਮਝ ਨਾ ਹੁਣ, ਮਤਲਬ ਇਕੱਠੇ ਰਹੇ ਆ, ਇਕੱਠੇ ਖਾਧਾ ਪੀਤਾ, ਇਹਦੇ ਬਾਥਰੂਮ ਚ ਮੈਂ ਨਹਾਈ ਜਾਂਦਾ ਸੀ। ਲੈ ਸਾਡਾ ਤੌਲੀਆ ਵੀ ਇੱਕੋ ਹੀ ਸੀ, ਇਹਦੇ ਮੈਂ ਸੈਂਟ ਲਾਉਣੇ, ਇੱਕ ਦੂਜੇ ਦੇ ਸਿਰ ਚ ਸਰੋਂ ਦੇ ਤੇਲ ਝੱਸੀ ਜਾਣੇ। ਮਤਲਬ ਨਵੇਂ ਵਿਆਹ ਜੋੜੇ ਵਾਲੇ ਸਾਰੇ ਲੱਛਣ ਕਰ ਚੁੱਕੇ ਆ ਅਸੀਂ, ਬਹੁਤ ਫਨ ਕੀਤਾ। ਪਰ ਫਨ ਚੋਂ ਨਤੀਜਾ ਇਹ ਨਿਕਲਿਆ ਕਿ ਫਨ ਠੀਕ ਹੈ, ਫਨ ਇਜ਼ ਨਾਟ ਬੈਡ, ਪਰ ਵਿਆਹ ਨਹੀਂ। ਦੇਖ ਬਈ, ਮੈਂ ਆ ਮਾਡਰਨ ਮੁੰਡਾ, ਖੁੱਲੇ ਵਿਚਾਰਾਂ ਵਾਲਾ। ਫਿਰ ਕੀ ਹੋਇਆ, ਤੁਸੀਂ ਇਕੱਠੇ ਰਹੇ ਹੋ? ਕੋਈ ਗੱਲ ਨੀ, ਹਰ ਬੰਦੇ ਦਾ ਕੋਈ ਭੂਤਕਾਲ ਹੁੰਦਾ ਹੈ। ਮੈਂ ਤੇਰੀ ਕੋਈ ਗੱਲ ਨੀ ਸੁਣੀ ਬਸ। ਹਾਂ ਠੀਕ, ਤੂੰ ਓਪਨ ਮਾਈਂਡਡ ਬੰਦਾ ਹੈ। ਹਾਂ ਠੀਕ ਹੈ ਫਿਰ, ਠੀਕ ਹੈ, ਠੀਕ ਹੈ, ਠੀਕ। ਬਹੁਤ ਪਹੁੰਚੀ ਹੋਈ ਚੀਜ਼ ਹੈ ਉਸਤਾਦ, ਐਵੇਂ ਨੀ ਮੈਂ ਉਸਤਾਦ ਜੀ ਕਹਿੰਦਾ, ਹੋਰ ਜੀਵ ਤੇ ਸੱਪ ਨਹੀਂ ਲੜਾਉਂਦਾ ਰਿਹਾ। ਇੰਨਾ ਵੀ ਓਪਨ ਮਾਈਂਡਡ ਨਾ ਹੋ ਜੀ, ਕਿਤੇ ਵਿਆਹ ਤੋਂ ਬਾਅਦ ਭਰਜਾਈ ਰੋਜ਼ ਹੀ ਫੋਟੋਆਂ ਖਿਚਾਉਣ ਤੁਰੀ ਰਹੇ। ਉਹਦੀ ਸੁਣਨੀ ਬਾਪੂ ਪਰੇ ਹੋ ਜਾ, ਬਾਬਲਾ ਮੈਨੂੰ ਉੱਥੇ ਨਾ ਤੋਰੋਏ। ਓਏ ਅੰਮੀ, ਮੇਰੀ ਗੱਲ ਕਿਉਂ ਨੀ ਸੁਣਦੀ ਤੂੰ? ਮੇਰਾ ਦੁੱਖੜਾ ਕਿਉਂ ਨੀ ਵੰਡਾਉਂਦੀ? ਉਹ ਜੰਮ ਦੇ ਗੱਲ ਚ ਗੂਠਾ ਕਿਉਂ ਨੀ ਦੇਤਾ? ਓਏ ਉਹ ਚੋਲਾ ਕਿੱਥੇ? ਉਹ ਚੋਲਿਆ ਰੱਖ ਸਾਲਿਆ ਬੋਤਲ ਥੱਲੇ ਰੱਖ। ਸਾਰੀਆਂ ਬੂੰਦੀ ਬਦਾਨਾ ਜਾ ਖਿਲਾਰ ਦੂ ਮੈਂ। ਬੰਦ ਕਰੋ, ਨੀ ਬੁੜੀਓ ਕਿੱਦਾਂ? ਤੁਹਾਡੇ ਪਿਓ ਦਾ ਵਿਆਹ ਹੈ,
ਪਾਉਣਾ ਤੁਹਾਨੂੰ ਮਲਵਈ ਕਿੱਤਾ ਮੈਂ ਨੀ ਪਾਉਣੇ ਆ ਤਾਂ ਮੈਨ ਪਾਓ ਹਾਏ 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 ਐ ਕਰੋ ਨਹੀਂ ਕਰਨਾ ਤੇ ਟਰੋ ਜਾ ਫਿਰ ਪਾਜੇ ਤੋ ਨਹੀਂ ਮਾਰ ਕੇ ਫੈਰ ਸਗੀ ਪਾਜਾ ਡਾ ਨੂੰ ਪਾਜਾ ਤੋ ਚਲੋ ਪਾਜੇ ਸਾਰੇ ਕੋਈ ਵਿਆਹ ਨਹੀਂ ਇੱਥੇ ਕੀ ਕਿਹਾ ਟ੍ਰਾਇਲ ਕੀਤਾ ਸੀ ਤੇਰੇ ਤੇ ਜ਼ਿਆਦਾ ਜਵਾਨੀ ਆਈ ਆ ਅਸੀਂ ਵੀ ਜਵਾਨ ਹੋਏ ਸੀ ਅਸੀਂ ਤਾਂ ਜ਼ਿੰਦਗੀ 'ਚ ਕੋਈ ਟ੍ਰਾਇਲ ਨਹੀਂ ਕੀਤੇ ਤੈਨੂੰ ਸਾਡੇ ਲਾਡ ਪਿਆਰ ਨੇ ਇੰਨਾ ਵਿਗਾੜਤਾ ਮਾੜਾ ਮੋਟਾ ਸਾਡੀ ਇੱਜ਼ਤ ਦਾ ਤਾਂ ਖਿਆਲ ਕਰ ਲੈਂਦੀ ਉਸਤਾਦ ਜਿੰਨੇ ਦੇ ਤੁਹਾਡੇ ਘਰ 'ਚ ਸਾਰੇ ਭਾਂਡੇ ਆ ਨਾ ਉਨੇ ਦਾ ਇਹਨਾਂ ਦਾ ਇੱਕ ਗਲਾਸ ਹੈ ਤੈਨੂੰ ਕਿਵੇਂ ਦੇ ਦੇਣਗੇ ਇਹ ਕੁੜੀ ਸਰ ਮੈਨੂੰ ਪਤਾ ਹੀ ਨਹੀਂ ਸੀ ਜੀ ਮੈਂ ਤਾਂ ਸਵੈ ਕੇ ਗੱਲ ਕਰ ਬੈਠਾ ਜੀ ਬੜੀ ਨੌਨਸੈਂਸ ਗੱਲ ਹੈ ਤੈਨੂੰ ਤਾਂ ਗੱਲ ਕਰਨ ਦੇ ਵੇ ਦਾ ਵੀ ਨਹੀਂ ਪਤਾ ਦਿਸ ਇਜ਼ ਟੂ ਮੱਚ ਯੂ ਮਸਟ ਫਾਈਲ ਏ ਕੇਸ ਇਹਨੂੰ ਵੀ ਅੰਦਰ ਕਰੋ ਤੇ ਨਾਲੇ ਫਿਰ ਮੁੰਡੇ ਵਾਲਿਆਂ ਤੇ ਵੀ ਕੇਸ ਕਰੋ ਜਿੰਨਾ ਮੇਰਾ ਅੱਜ ਤਾਈਂ ਖਰਚਾ ਹੋਇਆ ਨਾ ਮੈਨੂੰ ਉਹਦੇ ਸਾਰੇ ਦੀ ਡਬਲ ਰਿਟਰਨ ਚਾਹੀਦੀ ਹੈ ਆਲੂ ਛੱਲੀਆਂ ਤੇ ਤਾਂ ਕਾਹਦਾ ਖਰਚਾ ਆਇਆ ਹੁਣ ਪਰ ਇਹ ਤਾਂ ਬਹੁਤ ਨੈਰੋ ਮਾਈਂਡਡ ਸੋਚ ਹੋਈ ਨਾ ਆਂਟੀ ਜੀ ਅਸੀਂ ਇਕੱਠੇ ਰਹਿ ਗਏ ਤਾਂ ਫਿਰ ਕੀ ਗੱਲ ਹੋ ਗਈ ਹਾਏ ਮੈਂ ਮਰ ਜਾਂ ਔਰ ਤੁਸੀਂ ਜਿੱਥੇ ਵੀ ਵਿਆਹ ਦੀ ਗੱਲ ਤੋਰਨੀ ਹੈ ਨਾ ਉਹਨਾਂ ਨੇ ਆਹੀ ਗੱਲ ਚੱਕਣੀ ਹੈ ਇਹਨੂੰ ਹੁਣ ਕਿਸੇ ਨੇ ਨਹੀਂ ਹੱਥ ਪਾਉਣਾ ਆਂਟੀ ਜੀ ਪਰ ਇਹਦਾ ਮਤਲਬ ਇਹ ਥੋੜ੍ਹਾ ਨਾ ਵੀ ਹੁਣ ਤੁਸੀਂ ਮੇਰੇ ਨਾਲ ਵਿਆਹ ਕਰ ਦਿਓਗੇ ਮੈਂ ਤਾਂ ਗਰੀਬ ਆਰਟਿਸਟ ਬੰਦਾ ਜੀ ਨਹੀਂ ਨਹੀਂ ਐਸੀ ਗੱਲ ਨਹੀਂ ਹੈ ਆਰਟਿਸਟ ਬੰਦੇ ਰਾਤੋਂ ਰਾਤ ਹਿੱਟ ਵੀ ਹੋ ਜਾਂਦੇ ਆ ਪਰ ਫਿਲਹਾਲ ਤੁਹਾਡਾ ਮੇਰਾ ਤਾਂ ਕੋਈ ਮੈਚ ਨਾ ਹੋਇਆ ਐਬਸੋਲੂਟਲੀ ਕਰੈਕਟ ਜੀ ਸਰ ਦੇਖੋ ਬੇਟਾ ਕੇਸ ਤਾਂ ਕਿਸੇ ਮਸਲੇ ਦਾ ਹੱਲ ਨਾ ਹੋਇਆ ਮੈਨੂੰ ਤਾਂ ਇਹ ਮੁੰਡਾ ਠੀਕ ਲੱਗਦਾ ਹੈ ਹਾਂਜੀ ਸਰਦਾਰ ਹੈ ਹਾਂਜੀ ਆਰਟਿਸਟ ਬੰਦਾ ਹੈ ਹਾਂਜੀ ਹਾਂਜੀ ਸਰ ਹੈ ਅੱਜ ਆਪਣੇ ਲੈਵਲ ਦਾ ਨਹੀਂ ਬਟ ਇਹ ਰਾਈਜ਼ ਕਰ ਸਕਦਾ ਹੈ ਥੈਂਕ ਯੂ ਸਰ ਨਾਲੇ ਦੋਨੋਂ ਇੱਕ ਦੂਜੇ ਨੂੰ ਜਾਣਦੇ ਨੇ ਹਾਂਜੀ ਹੀ ਇਜ਼ ਅ ਗੁੱਡ ਆਪਸ਼ਨ ਡੈਡ ਯੂ ਆਰ ਵੈਰੀ ਮੱਚ ਰਾਈਟ ਲੈ ਕਾਹਦਾ ਰਾਈਟ ਜੀ ਉਹ ਮੈਂ ਕਾਹਦਾ ਆਰਟਿਸਟ ਹਾਂ ਅੱਧੀਆਂ ਫੋਟੋਆਂ ਮੈਂ ਧੁੰਦਲੀਆਂ ਖਿੱਚਦਾ ਆਂਟੀ ਜੀ ਹਰ ਦੂਜੇ ਵਿਆਹ ਤੁਸੀਂ ਕੁੱਟ ਖਾ ਕੇ ਨਿਕਲਦੇ ਆ ਜਲੰਧਰ ਨੂੰ ਪੁੱਛ ਲਓ ਬਾਈ ਜੇ ਤੁਹਾਡਾ ਫਿਕਸ ਹੋ ਗਿਆ ਮੈਂ ਜਾਵਾਂ ਫਿਰ ਵਧੀਆ ਜੀ ਮੁੰਡਾ ਬਹੁਤ ਵਧੀਆ ਬਿਲਕੁਲ ਸਹੀ ਚੁਆਇਸ ਆ ਨਹੀਂ ਨਹੀਂ ਵੈਸੇ ਮੇਲਾ ਸਿੰਘ ਠੀਕ ਕਹਿੰਦਾ ਜੀ ਤੁਹਾਡੇ ਕੋਲ ਹੋਰ ਕੋਈ ਰਾਹ ਨਹੀਂ ਹੈ ਪਰ ਆਹ ਕਿਹੜੀ ਚੁਆਇਸ ਹੋਈ ਜੀ ਉਹ ਮੈਂ ਭੁੱਖਾ ਮਰਦਾ ਜੀ ਮੇਰੇ ਘਰੇ ਚੱਲ ਕੇ ਤਾਂ ਦੇਖੋ ਉਹ ਸਾਡੇ ਘਰੇ ਪ੍ਰਿੰਟਾਂ ਨਹੀਂ ਖੱਖਰ ਲਾਉਣੀਆਂ ਆਂਟੀ ਜੀ ਉਹ ਕਹਿੰਦੀਆਂ ਹੋਰ ਘਰ ਲੱਭਦੇ ਆ ਇਹ ਥੋੜਾ ਜੀ ਪ੍ਰੀਸ਼ੀਅਸ ਡਾਇਮੰਡ ਆ ਹੁਣ ਇਹਨੂੰ ਫਿਰ ਤੁਸੀਂ ਹੁਣ ਘਰੇ ਹੀ ਸਾਂਭ ਕੇ ਰੱਖੋ ਆਂਟੀ ਜੀ ਇਹਨੂੰ ਨਹੀਂ ਲੈਣਾ ਕਿਸੇ ਨੇ ਮਮਾ ਜੇ ਇਹਦੇ ਦਿਲ 'ਚ ਕੁਛ ਨਹੀਂ ਤਾਂ ਕਿਉਂ ਫੋਰਸ ਕਰ ਰਹੇ ਹੋ ਇੱਕ ਮਿੰਟ ਬੇਟਾ ਉਹ ਤੂੰ ਟਾਈਟ ਸਲੈਬ ਜ਼ਰੂਰੀ ਖਾਣੀ ਆ ਹੁਣ ਉਹ ਮੈਨੂੰ ਫੋਰਸ ਨਾ ਕਰਨ ਆਪਣੀ ਇੱਜ਼ਤ ਲੀਰੋ ਲੀਰ ਕਰਾ ਲੈਣ ਅਗਲੇ ਉਹ ਇਹਨਾਂ ਕੋਲ ਹੁਣ ਇੱਕੋ ਹੀ ਵਿਕਲਪ ਬਚਿਆ ਜਾਂ ਤਾਂ ਮੇਰੀਆਂ ਗੱਲਾਂ 'ਚ ਆ ਜਾਣ ਤੇ ਜਾਂ ਫਿਰ ਆਪਣੀ ਇੱਜ਼ਤ ਬਚਾ ਲੈਣ ਸ਼ਟ ਅਪ ਮੇਰੇ ਡੈਡ ਕਦੇ ਗਲਤ ਨਹੀਂ ਕਹਿੰਦੇ ਨਹੀਂ ਨਹੀਂ ਉਹ ਠੀਕ ਨੇ ਪਰ ਮੈਂ ਆਪਣੀ ਆਜ਼ਾਦੀ ਨਹੀਂ ਨਾ ਖੋ ਸਕਦਾ ਜੀ ਤੇਰਾ ਤਾਂ ਪਿਓ ਵੀ ਮੰਨੂਗਾ ਹਾਂ ਉਹਨਾਂ ਨਾਲ ਆਪਾਂ ਗੱਲ ਕਰ ਸਕਦੇ ਹਾਂ ਯੂ ਨੌਨਸੈਂਸ ਯੂ ਵਾਂਟ ਅਸ ਲੈਫਟ ਕਾਕੂ ਆ ਥਾਣੇਦਾਰ ਨੂੰ ਕਹਿ ਕੇ ਜਿਪਸੀ ਤਾਂ ਇੱਕ ਮੰਗਾਓ ਦੀਪੇ ਜੇ ਪਿੰਡ ਦਾ ਰਾਹ ਦੱਸਦਾ ਤਾਂ ਠੀਕ ਹੈ ਨਹੀਂ ਥਾਣੇ ਦਾ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਤੂੰ ਇਹਨਾਂ ਨੂੰ ਆਪਣੀ ਚਾਲ ਦੱਸਣੀ ਹੈ ਨਾ ਉਸਤਾਦ ਇਨਕੇ ਪਾਉਂ ਤਲੇ ਸੇ ਜ਼ਮੀਨ ਖਿਸਕ ਜਾਏਗੀ ਮਾੜੀ ਕਿਸਮਤ ਨੂੰ ਮੇਰੇ ਕੁੱਤੀ 'ਚ ਪਏ ਬਾਂਟੇ ਬਾਹਰ ਨਿਕਲ ਆਉਂਦੇ ਆ ਇਹਨਾਂ ਨੂੰ ਦੱਸਾਂਗੇ ਹੁਣ ਆਪਾਂ ਤਿੰਨ ਚਾਰ ਜਵਾਕਾਂ ਬਾਅਦ ਇਹਨਾਂ ਨੂੰ ਸਮਝ ਲੈਣ ਦੇ ਇਹਨਾਂ ਨੇ ਮੱਛੀ ਫਸਾਈ ਹੈ ਇਹਨਾਂ ਨੂੰ ਕੀ ਪਤਾ ਇਹਨਾਂ ਦੀ ਕੁੰਡੀ ਮਗਰ ਮੱਛ ਨੂੰ ਪੈ ਗਈ ਮਗਰ ਮੱਛ ਕਿਆ ਸੀ ਮੈਂ ਵਿਆਹ ਨਹੀਂ ਕਰਾਉਣਾ ਜਲੰਧਰ ਅੰਕਲ ਜੀ ਮੈਨੂੰ ਜਲਦੀ ਲੈ ਚਲੋ ਮੈਂ ਵਿਆਹ ਨਹੀਂ ਕਰਾਉਣਾ ਏ ਦਿਸ ਇਜ਼ ਰੋਂਗ ਜਦੋਂ ਨੇ ਕਰਾਉਣਾ ਨਹੀਂ ਤਾਂ ਦਾ ਸੋਚੋ ਸਮਾਜ ਸੇਵਾ ਜ਼ਰੂਰੀ ਕਰਨੀ ਹੈ ਤੁਸੀਂ ਤਾਂ ਨਾਲੇ ਡੁੱਲ ਗਏ ਸੀ ਨਾ ਉਹਦੇ ਤੇ ਰਾਜਸਥਾਨ ਵਾਲੇ ਵਿਆਹ 'ਚ ਨਹੀਂ ਤਾਂ ਝੂਠ ਨਾ ਬੋਲੋ ਕੱਲ ਤੱਕ ਮੂੰਹ ਹੀ ਲਟਕਿਆ ਸੀ ਅੱਜ ਸਮਾਈਲ ਵੀ ਲਗਾਉਣੀ ਪੈ ਰਹੀ ਹੈ ਦੋ ਚਾਰ ਨਿਆਣੇ ਬਾਅਦ ਨਾ ਉਹਨੂੰ ਆਪ ਹੀ ਹੋਜੂ ਤੁਹਾਡੇ ਨਾਲ ਪਿਆਰ ਚੁੱਪ ਕਰਕੇ ਜੋ ਹੁੰਦਾ ਹੋਣ ਦੋ ਤੁਹਾਡੀ ਲਵ ਮੈਰਿਜ ਹੈ ਉਹਦੀ ਅਰੇਂਜ ਮੈਰਿਜ ਸਹੀ ਛੱਗਾ ਅੱਜ ਫਿਰ ਪਿਉਂ ਲਿਆ ਤੂੰ ਸਾਰਾ ਅੱਗੋ ਚੜ੍ਹਤਾ ਪੁਲਿਸ ਚੀਫ 'ਚ ਕਿਵੇਂ ਆ ਕੋਈ ਕਾਰਾ ਹੀ ਕੀਤਾ ਹੋਊ ਹੋਰ ਕਿਤੇ ਡੀਸੀ ਤਾਂ ਨਹੀਂ ਲੱਗ ਗਿਆ ਇਹ ਐਸਪੀ ਸਾਹਿਬ ਦੀ ਭਾਣਜੀ ਤੇ ਤੁਹਾਡਾ ਸਪੁੱਤਰ ਇਕੱਠੇ ਘੁੰਮਦੇ ਰਹੇ ਰਾਜਸਥਾਨ ਤੇ ਹੁਣ ਇਹ ਵਿਆਹ ਤੋਂ ਹੀ ਮੁੱਕਰ ਰਿਹਾ ਘਰ ਵਿੱਚ ਇੱਕ ਨਿੱਕਾ ਜਿਹਾ ਫੰਕਸ਼ਨ ਹੈ ਰਿੰਗ ਸੈਰਮਨੀ ਦਾ ਉਡੀਕਦੇ ਆ ਮੇਰਾ ਪੁੱਤ ਕੋਈ ਵਿਆਹ ਵੀ ਨਹੀਂ ਕਰਾਉਂਦਾ ਦੱਸਤਾ ਤੁਹਾਨੂੰ ਮੈਂ ਐਸਪੀ ਸਾਹਿਬ ਨੇ ਕਿਹਾ ਸੀ ਪਿਆਰ ਨਾਲ ਤਿੰਨ ਵਾਰੀ ਕਹਿਣਾ ਤੇ ਆ ਬੇਨਤੀ ਹੈ ਮੈਂ ਦੋ ਵਾਰੀ ਕਹਿਤਾ ਉਹ ਗਿੱਟੇ ਛੰਗਣਗੇ ਹੁਣ ਤਾਂ ਮਿੰਤਾ ਕਰਦੇ ਆ ਆਪਾਂ ਤਿਆਰ ਆ ਜੀ ਜੱਟੀ ਤੇ ਨਹੀਂ ਵਿਆਹੁੰਦੀ ਆਪਣਾ ਪੁੱਤ ਆ ਤਿੰਨ ਹੋ ਗਏ ਹੁਣ ਤਾਂ ਬਸ ਬੇਨਤੀ ਹੋ ਆ ਹਾਂ
मैं नहीं करवाना पिया, मैं नहीं पानी मुंदी, मेरा हाथ फड़ के धक्के ना पौनी पा दियो, मैं चला के मारनी है। You want slap? मैं नहीं। Sit quietly. नहीं नहीं मेरे वाल की देख रहे हैं, नॉनसेंस, उधर वे कैमरे वाल, स्माइल, चीज, मेरी सुन ला गल, मैं मुंदी मंदी जी पवा लिया पर मैं ब्याह ना करावा अज ना करावा कल, ये ना कि हुण प्री वेडिंग शूट भी करवाना पड़ा मैनू, होर भी नाले कुछ। लिसन, काकू ने ना तेनू हुणे ठाणे पहुंचा देना, आई एम टेलिंग यू, की आइडिया है, ओए, शो मी दैट प्री वेडिंग बुक। जलंधर दसी ना मोटरसाइकिल दे झोले च पई है जा, मैं नहीं करवाना जी ब्याह। आई से कीप क्वाइट, अदरवाइज आई विल गिव यू टाइट स्लैप, स्माइल। जा ले हुण टाइट स्लैप पाएगा। ओ जट्टी दियां अखां च गुलाब नचदा जिवें परदेसी दे पंजाब नचदा, ओ जट्टी दियां अखां च गुलाब नचदा जिवें परदेसी दे पंजाब नचदा, उन्हें तो सुपने दे विच आण के मेरे पिंड वाला राह पुछदी, मेरे पिंड वाला राह पुछदी, ओ उहनूं जट ना प्यार हो गया कुड़ी मेहंदियां दे पा पुछदी, ओए उहनूं जट ना प्यार हो गया कुड़ी मेहंदियां दे पा पुछदी, ओए उहनूं जट ना प्यार हो गया कुड़ी मेहंदियां दे पा पुछदी। ओ चुन्नियां दे रंग गूढ़े हो लाली दा वदा हो गया, कच्ची नींद उठदी है अख दसदी सुपने च जापदा व्याह हो गया, मैं दसो लहंगा पावा केड़े रंग दा, दसो लहंगा पावा केड़े रंग दा, सहेली तो सलाह पुछदी, ओए उहनूं जट ना प्यार हो गया कुड़ी मेहंदियां दे पा पुछदी, ओए उहनूं जट ना प्यार हो गया कुड़ी मेहंदियां दे पा पुछदी। ओ किसे शीशियां दा वैल लुटे है, ओ किसे शीशियां दा वैल लुटे है, बदामी रंगी पग वाले आ, बदामी रंगी पग वाले आ, दिल जड़ तो ही पट छुटे है हाणियां, दिल जड़ तो ही पट छुटे है, जदों तकिया तकनी दे नाल कुड़ी ठग हो गई, वैसे तां कुआरियां ने सब हनना ओनू इंज लगदा अलग हो गई, क्यों बेचैनी ना समा लंघदा, बेचैनी ना समा लंघदा, गल बेवजह पुछदी, ओए उहनूं जट ना प्यार हो गया कुड़ी मेहंदियां दे पा पुछदी, ओए उहनूं जट ना प्यार हो गया कुड़ी मेहंदियां दे पा पुछदी। देखिया उस्ताद तेरे नाल भी सोहणियां फोटोआं खिच्चियां मैं। कट्ठा सारियां फोटोआं दा फोकस आउट है, हुण खाई टाइट स्लैब नॉनसेंस मम्मी तो। आजो 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 पुत वे लुटे गए हुण की बनू अपना, ए निज देता तेनू धक्के नाल व्याहणगे। ओ कोई नहीं, मुसीबत बंदियां ते आउंदियां हुंदियां, नाले योदे हार थोड़ो मानदे हुंदे आ, हल लभदे हुंदे आ। वैसे भी तेरे पुत दा जपानी दिमाग है, खट जा। ओ चल इधरो कड ओए बेबिया, काली कहंदी मैं पार्लर जाना। जाना ते पार्लर, आ जुत्ती है मेरे पैर च, बेबे ना दवाई लैन जाना मैं। साला फिर गुड्डियां पटोले कड के बह गया, हुण पता नहीं की सप कड्डूगा। ओए रब्बा ओ छड़ा दे पिछा, ओ चमके चुल्हे तो किथे पेश पाए ना बुरियां बलावां दे। ओ चल तू इधर हाथ पो हद नाल। की क्यों अड्डियां घरे नहीं कूज हुंदियां, तेतो बड्डी माधरी दहशत बणी हुआ, कसम तेरे दा व्याह है, चलो जागो दी तैयारी करो, निकलो
ਆ ਲੈ ਆ ਸ਼ੇਰ ਬਗੇ ਦਾ ਵੀ ਕਰਤਾ ਹੀ ਹੱਲ ਹੁਣ ਮਾਰ ਕੇ ਦਿਖਾਵੇ ਹਾਂ ਤਾਰਾ ਆ ਵੇ ਕਿਹੜਾ ਖੁਸ਼ ਹੈ ਚਲੋ ਖੇਡੋ ਬਸ ਸੈਡ ਕਿਉਂ ਤੁਹਾਡੇ ਲਈ ਤਾਂ ਠੀਕ ਹੀ ਹੈ ਤੁਹਾਨੂੰ ਤਾਂ ਪਸੰਦ ਹੈ ਉਹ ਗਗਨ ਆਈ ਪਰ ਉਹਨੂੰ ਤਾਂ ਪਸੰਦ ਨਹੀਂ ਮੈਂ ਖਾਨਦਾਨ ਦੇ ਖਾਨਦਾਨ ਵਾਰੇ ਉਹਨਾਂ ਨੇ ਮੇਰੇ ਤੋਂ ਥੱਲੇ ਲਾ ਜਿੰਦਰ ਨੂੰ ਭਾਨ ਭੂਨ ਚੁਗੂਗਾ ਬਣਨਾ ਸਰਵਾਲਾ ਆਏ ਨੇ ਤਾਈ ਤੂੰ ਮੇਰੀ ਬੁਗੜੀ ਜੀ ਕਿਵੇਂ ਉਦਾਸ ਤੁਰੀ ਫਿਰਦੀ ਤੂੰ ਫਿਕਰ ਨਾ ਕਰ ਆਪਾਂ ਵਿਆਹ ਤੋਂ ਬਾਅਦ ਐਕਸਟਰਾ ਮੈਰਿਟਲ ਅਫੇਅਰ ਚਲਾ ਲੈਣਾ ਵਿਆਹ ਕੀ ਹੁੰਦਾ ਆ ਜਿਹੜੀ ਵਿਆਹ ਤੋਂ ਬਾਅਦ ਖੇ ਨਹੀਂ ਖਾਂਦੇ ਅਬੇ ਤੇਰਾ ਬੇੜਾ ਵੇ ਜੇ ਇਹ ਜਿਹੜਾ ਹੈ ਤੈਨੂੰ ਪਰੋਸ਼ਰ ਨਹੀਂ ਆ ਜਲੰਧਰ ਓਏ ਲਾਈਆਂ ਉਸਤਾਦ ਬਾੜਾ ਚਾ ਮੈਨੂੰ ਆ ਤੈਨੂੰ ਦੇਖ ਕੇ ਗੱਲ ਯਾਦ ਆ ਗਈ ਚਲ ਆ ਬਹੁਤ ਜ਼ਰੂਰੀ ਕੰਮ ਹੈ ਚਲ ਪੜਦਾ ਕਿਵੇਂ ਆ ਸੁੱਤਾ ਪਿਆ ਇਧਰ ਦੇਖ ਕਿਸਮਤ ਜਾਗ ਕੇ ਜੜਦੀ ਨਾ ਦੇ ਕਿਵੇਂ ਮਟੇਰਾਂ ਨੂੰ ਝਾਕਦਾ ਗੱਲਾਂ ਮਾਰਦਾ ਸੀ ਜਨਾਨੀ ਨਹੀਂ ਜੜਦੀ ਕੱਲ ਨੂੰ ਵਿਆਹ ਆ ਜੜਦਾ ਵੱਡਾ ਭਵਿੱਖਵਾਦੀ ਆ ਦੇਖ ਇਧਰ ਪੁਲਿਸ ਕਿਵੇਂ ਅੱਗੇ ਪਿੱਛੇ ਫਿਰ ਰਹੀ ਆ ਐਸ ਪੀ ਨੇ ਭਾਣ ਜੀ ਦਿੱਤੀ ਆ ਕੋਈ ਮਾੜੀ ਮੋਟੀ ਗੱਲ ਨੀ ਮਾੜਾ ਜਿਹਾ ਇਸ਼ਾਰਾ ਕਰਨ ਹੁਣੇ ਲੰਬੇ ਪਾ ਲੈਣ ਅਗਲੇ ਨੇ ਇੱਥੇ ਜੈ ਪੰਡਿਤ ਜੀ ਬਿੱਟੇ ਮੂੰਹ ਤੇਰੇ ਸ਼ਰਿਆ ਮੋ ਝੂਠਾ ਪਿਆ ਬੰਦਾ ਤੂੰ ਫਿਰ ਪੈਰੀ ਹੱਥ ਲਾਈ ਚੱਲੋ ਦੇ ਉਸਤਾਦ ਗੱਲ ਸੁਣ ਉਹ ਗੱਲ ਦਿਆ ਲੱਗਦੇ ਆ ਤੁਹਾਡੇ ਵਰਗਿਆਂ ਕਰਕੇ ਨਾ ਇਹਨਾਂ ਦਾ ਠੱਗੀ ਠੋਰੀ ਦਾ ਬਿਜ਼ਨਸ ਚੱਲਦਾ ਇੱਕ ਵਾਰੀ ਗੱਲ ਤਾਂ ਸੁਣ ਤੂੰ ਆਪਣੇ 10 ਰੁਪਏ ਚੱਕ ਇੱਥੋਂ ਪੜਤਾ ਚੱਲ ਉੱਠ ਅੱਜ ਤੂੰ ਜਲੰਧਰ ਦਾ ਪੈਰੀ ਹੱਥ ਲਾ ਨਾ ਕਰ ਉਸਤਾਦ ਯਾਰ ਆ ਸਰਕਾਰ ਜੀ ਡੰਡਾ ਫੜਾਓ ਮੜ ਜਾ ਖੜ ਜਾ ਉਸਤਾਦ ਪਹਿਲਾਂ ਗੱਲ ਸੁਣ ਉਹ ਇੰਸਪੈਕਟਰ ਕਹਿੰਦਾ ਢਿੱਡਲੀਆ ਜਾਂ ਐਸਪੀ ਦੀ ਭਾਣ ਜੀ ਭੱਜ ਗਈ ਕਿਸੇ ਨਾਲ ਵਿਆਹ ਵੀ ਨਹੀਂ ਹੋਣਾ ਤੇਰਾ ਕੋਈ ਸੱਚ ਕਹਿੰਦਾ ਸੀ ਪੰਡਤ ਭੱਜ ਗਈ ਮਤਲਬ ਉਹ ਮਤਲਬ ਆ ਵੀ ਤੈਨੂੰ ਕਿਹਾ ਸੀ ਨਾ ਤੇਰਾ ਨਹੀਂ ਹੋ ਸਕਦਾ ਉਹ ਨਹੀਂ ਹੈਗਾ ਤੇਰੇ ਕਰਮਾਂ 'ਚ ਕਿਉਂ ਆਪਣੇ ਲੇਖਾਂ ਨਾਲ ਟੱਕਰਾਂ ਮਾਰਦਾ ਮੇਰੀ ਵੀ ਨੀਂਦ ਖਰਾਬ ਕੀਤੀ ਹੈ ਆ ਜਾਂਦਾ ਜਾਂਦਾ ਕੁੰਡਾ ਦਾ ਜੀ ਐਵੇਂ ਕੁੱਤੇ ਬਿੱਲੇ ਅੰਦਰ ਆਈ ਜਾਂਦੇ ਆ ਜਲੰਧਰ ਆ ਦੇਖ ਸਟੈਂਡਰਡ ਮੇਰੇ ਸਹੁਰਿਆਂ ਦਾ ਕੁੜੀ ਇਹਨਾਂ ਦੀ ਰਫੂ ਚੱਕਰ ਹੋ ਗਈ ਇਹ ਬੈਠੇ ਕੌਫੀਆਂ ਪੀ ਰਹੇ ਆ ਨਾ ਤੁਸੀਂ ਸੀ ਸੀ ਡੀ ਬੈਠਿਆ ਹੋਏ ਹਾਂ ਨੀ ਨੌਨਸੈਂਸ ਮੰਮੀ ਮੇਰੇ ਘਰ ਤਾਂ ਪੁਲਿਸ ਆਇਆ ਭਾਈ ਵੀ ਮੁੰਡਾ ਕਿਤੇ ਰਫੂ ਚੱਕਰ ਨਾ ਹੋ ਜਾਵੇ ਭੋਰਾ ਨੇਗਾ ਆਪਦੀ ਕੁੜੀ ਤੇ ਨਹੀਂ ਸੀ ਰੱਖ ਹੁੰਦੀ ਹੈ ਕਮਲੇ ਤੋਂ ਕਮਲੇ ਪਰਿਵਾਰ ਨੂੰ ਪਤਾ ਹੁੰਦਾ ਵੀ ਜਿਹਨਾਂ ਦਾ ਚੱਕਰ ਹੁੰਦਾ ਉਹ ਦੋ ਤਿੰਨ ਦਿਨ ਪਹਿਲਾਂ ਹੀ ਨਿਕਲਦੀਆਂ ਹੁੰਦੀਆਂ ਐਬਸੋਲੂਟਲੀ ਰਾਈਟ ਗੁੱਡ ਆਬਜ਼ਰਵੇਸ਼ਨ ਇਹ ਧੀ ਦੇਣੀ ਦੇ ਤਾਂ ਮੂਰਖ ਹੈ I am with you, young man. ਹਾਂ ਯੰਗ ਮੈਨ ਹੁਣ ਓਲਡ ਮੈਨ ਨਾ ਫੇਰੇ ਲੈ ਲਵੇ ਮੈਂ ਕਿਆ ਕਰਾਂ ਤੁਹਾਡੇ ਆਈ ਐਮ ਵਿਦ ਯੂ ਦਾ ਲੈ ਇੱਧਰ ਅਣਖ ਜਾਗ ਰਹੀ ਹੈ ਮਹਾਰਾਜ ਉਹ ਭਾਣ ਜੀ ਸੁੱਕਣੀਆਂ ਪਾ ਗਈ ਇਹ ਹੁਣ ਥੁੱਕ ਲਾਇਆ ਵੀ ਖੜੀਆਂ ਨਹੀਂ ਹੋਣੀਆਂ ਕਿਸੇ ਨੂੰ ਫੋਨ ਫਾਨ ਕੀਤਾ ਕਿ ਨਹੀਂ ਬੇਟਾ ਜੀ ਐਕਚੁਅਲੀ ਬੇਟਾ ਜੀ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਫੈਮਿਲੀ ਮੈਟਰ ਪੁਲਿਸ 'ਚ ਜਾਵੇ ਆਫਟਰ ਆਲ ਸਾਡੀ ਡਿਗਨਿਟੀ ਦਾ ਸਵਾਲ ਹੈ ਕੁੜੀ ਇਹਨਾਂ ਦੀ ਭੱਜ ਗਈ ਡਿਗਨਿਟੀ ਹੁਣ ਛਿੱਕੂ ਦੀ ਰਹਿ ਗਈ ਤੁਹਾਡੀ ਐਕਸਕਿਊਜ਼ ਮੀ ਉਹ ਲਿਖ ਕੇ ਗਈ ਹੈ ਕਿ ਜਦੋਂ ਤੁਸੀਂ ਵਿਆਹ ਨਹੀਂ ਕਰਾਉਣਾ ਚਾਹੁੰਦੇ ਤਾਂ ਅਸੀਂ ਵੀ ਤੁਹਾਨੂੰ ਫੋਰਸ ਨਾ ਕਰੀਏ ਉਹ ਜੇ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦਾ ਹੁੰਦਾ ਤਾਂ ਮੈਂ ਪੁਰਾਣਾ ਵਿਆਹ ਜ਼ਰੂਰ ਤੜਾਉਣਾ ਸੀ ਵਾਟ ਆਰ ਯੂ ਸੇਇੰਗ ਰਿਸ਼ਤਾ ਤੂੰ ਤੜਵਾਇਆ ਚਲੋ ਓ ਮਾਈ ਗੋਡ ਆਈ ਕਾਂਟ ਬਲੀਵ ਮੈਨੂੰ ਉਹਨਾਂ ਨਾਲ ਗੱਲ ਕਰਨੀ ਪਏਗੀ ਆਈ ਵਿਲ ਟਾਕ ਟੂ ਦੈਮ ਹਾਂ ਜਵਾਈ ਤੂੰ ਦੋ ਇਕੱਠੇ ਕਰ ਲਾ ਕੁੜੀ ਤੇਰੇ ਕੋਲ ਇੱਕ ਵੀ ਹੈ ਨਹੀਂਗੀ ਅੱਛਾ ਮੈਨੂੰ ਲੱਗਾ ਕਿਸੇ ਨੇ ਕੱਢੀ ਆ ਉਹ ਤਾਂ ਆਪ ਨਿਕਲੀ ਯੂ ਉਹ ਕਿੱਥੇ ਉਹਦੇ ਨਾਲ ਦੀ ਚਤਰੋ ਜੀ ਇਹ ਇੱਧਰ ਆ ਨੀ ਆ ਫੋਨ ਕਰ ਉਹਨੂੰ ਚੱਲ ਕਿਆ ਕੋਈ ਰੋਇਲ ਵੈਡਿੰਗ ਆਈ ਆ ਜ਼ਰੂਰੀ ਮੀਟਿੰਗ ਕਰਨੀ ਆ ਮੈਂ ਸ਼ਿਮਲੇ ਚੱਲੀ ਆ ਮੇਰਾ ਨੰਬਰ ਦੇ ਦੇ ਐਸ ਐਚ ਓ ਸਾਹਿਬ ਚਲੋ ਸ਼ਿਮਲੇ ਨੂੰ ਕਰੋ ਗੱਡੀ ਸਿੱਧੀ
ਮੈਂ ਦਿਖਾਉਣਾ ਮਾਰ ਰੋੜ ਜਲੰਧਰ ਘਰੇ ਨਾ ਪਤਾ ਲੱਗਣ ਦੀ ਚਲੋ ਯਾਰ ਸਾਹਿਬ ਦੀ ਇੱਜ਼ਤ ਕਰਦੇ ਹਾਂ ਅਸੀਂ ਉਹ ਸਾਹਿਬ ਦੀ ਇੱਜ਼ਤ ਹੀ ਲੈਣ ਚੱਲੇ ਆ ਭਰਾਵਾ ਬੈਠੋ ਚਾਚਾ ਮੇਰਾ ਵੀਰ ਛੇਤੀ ਕਰ ਜਲੰਧਰ ਚੜ੍ਹਦਾ ਕਿੱਥੇ ਆ ਆਉਂਦਾ ਮਾੜਾ ਜਿਹਾ ਨਾਈ ਕੋਲ ਬੈਠਾ ਤਾਂ ਗੱਲ ਯਾਰ ਇਸ ਵੇਲੇ ਦੱਸ ਨਾਈ ਕੋਲ ਕੀ ਕਰਦਾ ਤੂੰ ਗੱਲਾਂ ਨਾ ਬਣਾ ਬੋਲੀ ਚੱਕ ਵਾਰੀ ਵਾਰ ਸੀ ਖੱਟਣ ਗਿਆ ਸੀ ਖੱਟ ਲੈ ਆਂਦੇ ਮੇਰੇ ਜੱਟੀ ਹਾਂ ਨਹੀਂ ਚਤਰੋ ਵੰਜਲੀ ਮਦਰ ਦਿਸ ਸਾਈਡ ਹਾਂ ਜੀ ਹਾਂ ਜੀ ਨੌਨਸੈਂਸ ਮੰਮੀ ਵੰਜਲੀ ਲੈ ਕੇ ਸਿੱਧਾ ਘਰ ਆ ਜਾ ਇਹ ਮੈਂ ਡਿਸਾਈਡ ਕਰਾਂਗੀ ਕਿ ਵੰਜਲੀ ਦਾ ਵਿਆਹ ਕਿਹਦੇ ਨਾਲ ਕਰਨਾ ਤੇ ਕਿਹਦੇ ਨਾਲ ਨਹੀਂ ਬਟ ਟਾਈਟਸ ਲੈ ਮੰਮੀ ਦਿਸ ਇਸ ਦਾ ਗਲਤ ਨਾ ਉਹ ਤਾਂ ਆਰਾਮ ਨਾਲ ਸੁੱਤਾ ਪਿਆ ਸੜਕਾਂ ਤੇ ਮੈਂ ਭੌਂਕਦਾ ਫਿਰਦਾ ਸ਼ਟ ਯੂਰ ਮਾਊਥ ਜਿੰਨਾ ਕਿਹਾ ਜਾਂਦਾ ਓਨਾ ਕਰ ਨਹੀਂ ਯਾਰ ਨਹੀਂ ਭਲਾਈ ਦਾ ਤਾਂ ਕੋਈ ਜਮਾਨਾ ਹੀ ਹੈ ਨੀਗਾ ਨਾ ਆ ਠੀਕ ਆ ਫਿਰ ਹੁਣ ਵੰਜਲੀ ਦੇ ਨਾਲ ਨਾਲ ਰਾਹ ਚ ਮੈਂ ਗੁਰੂ ਘਰ ਵੀ ਲੱਭ ਲੈਣਾ ਲਾਵਾਂ ਫੇਰੇ ਲੈ ਕੇ ਸਵੇਰ ਨੂੰ ਫੇਰੀ ਪਾਉਣੀ ਲੈ ਕੇ ਆਉਂ ਹੋਲੀ ਸ਼ਿਟ ਮੈਂ ਕਾਕੂ ਨੂੰ ਕਹਿੰਦੀ ਹਾਂ ਕਿ ਥਾਣੇਦਾਰ ਨੂੰ ਫੋਨ ਮਿਲਾ ਕੇ ਕਹੇ ਕਿ ਜਿਪਸੀ ਲੈ ਕੇ ਸਿੱਧਾ ਥਾਣੇ ਚ ਪਹੁੰਚੇ ਹੈ ਥਾਣੇਦਾਰ ਸਾਹਿਬ ਦਾ ਫੋਨ ਫੜਾ ਹਾਂ ਫੜ ਲੈਣਾ ਹਾਂਜੀ ਫੜ ਲਿਆ ਬਾਹਰ ਛੱਡ ਦਵਾਂ ਹਾਂ ਬਾਹਰ ਛੱਡ ਦੇਣਾ ਕੋਈ ਐਸੀ ਗੱਲ ਨਹੀਂ ਹੈ ਆ ਛੱਡ ਦਿੱਤਾ ਹਾਂਜੀ ਹਾਂਜੀ ਓਕੇ ਕਾਕੂ ਉਹ ਵੱਡੇ ਸਾਹਿਬ ਦਾ ਆਰਡਰ ਸੀ ਸਾਹਿਬ ਦੀ ਇੱਜ਼ਤ ਕਰੋ ਖਿੱਚੋ 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 ਗੱਡੀ ਖਿੱਚੋ 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 ਹਾਂ ਜਲੰਧਰ ਹਾਂ ਉਸਤਾਦ ਬਣਿਆ ਕੁਛ ਉਹ ਬਣ ਨੂੰ ਹੁਣ ਮੈਂ ਤਾਜ ਮਹਿਲ ਬਣਾ ਦਵਾਂ ਮੈਂ ਇੱਥੇ ਸੜਕਾਂ ਤੇ ਭੌਂਕਦਾ ਫਿਰਦਾ ਤੋਂ ਨੱਚ ਵੀ ਨਹੀਂ ਹੋ ਰਿਹਾ ਯਾਰ ਨੱਚ ਨੱਚ ਕੇ ਤੇਰੇ ਬੇਬੇ ਬਾਪੂ ਦੇ ਗੋਡਿਆਂ ਦਾ ਗਰੀਸ ਮੁੱਕ ਜਾਣਾ ਛੇਤੀ ਲੱਭ ਲੈ ਉਹ ਤੂੰ ਉਹ ਗਾਣਾ ਲਵਾ ਉਹ ਬੋਲਟ ਦਾ ਰੱਖਿਆ ਪਟਾਕੇ ਪਾਉਣ ਨੂੰ ਉਹ ਸਾਹਿਬ ਨੂੰ ਪਸੰਦ ਆ ਹਾਂ ਹਾਂ ਲਵਾਓ ਲਵਾਓ ਮੇਰਾ ਵੀਰ ਹਾਂ ਹਾਂ ਚੱਲ ਖਿੱਚ 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 ਜਿਹੜੀ ਗਿੱਧਾ ਨਾ ਪਾਵੇ ਰੰਨ ਬਾਵੇ ਜਿਹੜੀ ਗਿੱਧਾ ਨਾ ਪਾਵੇ ਰੰਨ ਬਾਵੇ ਜਿਹੜੀ ਗਿੱਧਾ ਨਾ ਪਾਵੇ ਰੰਨ ਬਾਵੇ ਜਨਾਬ ਹੈ ਆ ਸਾਹਿਬ ਨਾਲ ਗੱਲ ਕਰਾਇਓ ਹਾਂ ਹੈਲੋ ਦਿਸ ਇਜ਼ ਟੂ ਮੱਚ ਇਹ ਵੀ ਫੋਨ ਛੱਡ ਦਵਾਂ ਹਾਂ ਠੀਕ ਹੈ ਹਾਂ ਕੋਈ ਗੱਲ ਨਹੀਂ ਛੱਡ ਦੇਣਾ ਜੀ ਆ ਲੋ ਉਹ ਕਹਿੰਦੇ ਛੱਡ ਦਿਓ ਜੀ ਹਾਂਜੀ ਚਲੋ ਚਲੋ ਖਿੱਚੋ ਖਿੱਚੋ ਥਾਣੇਦਾਰ ਨੇ ਕੀ ਚੱਕਣਾ ਜੀ ਉਹ ਤਾਂ ਹੁਣ ਕੋਈ ਕਿਸਮਤ ਵਾਲਾ ਹੀ ਚੱਕੂ ਹਾਂਜੀ ਹਾਂਜੀ ਓਕੇ ਬਾਏ ਹੈਲੋ ਫੇਰ ਕੱਟਦਾ ਇਹਨੂੰ ਮੈਂ ਮਾਰ ਦੇਣਾ ਟੱਚ ਸਲੈਪ ਮਾਰ ਮਾਰ ਕੇ ਖਿੱਚੋ 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 ਹੈਲੋ ਹੈਲੋ ਕਿੱਥੇ ਆ ਤੂੰ ਸੜਕ ਤੇ ਛੇਤੀ ਦੇ ਕੇ ਥਾਣੇ ਪਹੁੰਚ ਹੈ ਉਹ ਕਮਲੀਏ ਬੁਲਾਉਣਾ ਹੈ ਚੱਜ ਦੀ ਜਗ੍ਹਾ ਬਲਾ ਦਿਸ ਇਜ਼ ਟੂ ਮੱਚ ਲਵ ਯੂ ਮੱਚ ਰੱਬ ਨੇ ਦਿੱਤੀਆਂ ਗਾਜਰਾਂ ਰੰਬਾ ਵੀ ਵਿੱਚ ਰੱਖ ਕੇ ਵਾਹ ਵੇ ਰੰਬਾ ਹੈ ਰੋਕ ਪਿੱਛੇ ਕਰ ਗੱਡੀ ਰੋਕ
हेलो उस्ताद, 4 बज गए, नहाई धोई की तैयारी शुरू कर ली। मैं पिंड वाले नचा नचा दंदला पैन वाले करे पे है, कुटना बहुत है उस्ताद इन्होंने मैं। लभ गई तू, टेंशन फ्री हो जा हूँ बस। वो तू बराब तो रही इधरों, और नहाई धोई मैं इतने ढाबे से कर लेनी है। ओ एक मिनट एक मिनट एक मिनट, जरूरी सूचना, एक मिनट ताया बधाइया, थोड़ी नूह लभ गई, रात भज गई थी। ओ शुक्र है मालक का, ओ हरे हरे काय ते सब कुछ मालक दा। ये मूड मेरे साले दा पोता केवे दा। मत्था टेक दिया बुजुर्गो। तू इत्थे किवें? मैं इत्थे किवें? हाँ ये भी गल ठीक है। ओ इन्हां दा पनीर तो प्याजा बहुत वधिया, मैं रोटी खाना आया सी। देख मैं पोचा नहीं, जो कदी इस खुंजे सुटता ते कदी उस खुंजे च, जे डड्डू नूं नहीं रजाई दी लोड़ ता ना सही, जा मौज कर। तैनू किने कहा डड्डू नूं रजाई दी नहीं लोड़? ओ सियाला दा मौसम आया, डड्डू तां मारा ठुर ठुर करन डिया इत्थे। अच्छा पर मैं क्यों खावां ते तू 5 दिनां च 25 वार कुट, की लोड़ा ले? ओ मैथों तां चूरी नहीं कुटी जांदी, ओ मैनू बेबे कुट के दिंदी आ। ओ गल्लां ही बड़ियां, मैं तैनू कित्थों कुट लैणा, इन्ने जोगा हुंदा तां तू आ भज के खाण डई आ भटूरे, हुण नू मैं तेरा भटूरा ना बणाया हुंदा। तू जान के तड़वाया ना मेरा व्याह। क्यों? ओ सड़ा नैरो माइंडेड जिहा बंदा सी। वाह ते तू आप, तू नहीं नैरो माइंडेड। ले मैं जमे नहीं नैरो माइंडेड, मैं तो बहुत ओपन माइंडेड हां। मेरे पादी पशक तू इन जफी पाला, मैं कुछ नहीं कहना। देख ला मैं सच्ची पा लैणी। मैं कहना मिंट मार। हां नहीं ठीक है, पालो जी पालो, कोई गल नहीं, कढ़ लो शक। ओ तू निकल मामा, कढ़ा तेरा शक मैं। ओ बंदा ही ठीक नहीं सी लग रहा मैनू। सही सही दस, क्यों तड़वाया? मेरा जी करता कना अपना एक ही तौलिया होवे, एक ही अपना ब्रश होवे, कुछ भी वंडिया ना होवे, जो मेरा है वो तेरा, जो तेरा है वो मेरा। हर रोज किसी ना किसी गलते तू मेरी बदरी बनावे। तेरे पीछे तो मैं नॉनसेंस मम्मी नू भी लवजू कर लू। चल ले ही आ पनीर दो प्याजा। भाई हेलो कितों आ गया या ब्रो, व्हाट अ कोइंसिडेंस। हाँ जी ब्रो, की हाल है? ए मैं ठीक हूँ। मैं तेरा देन नहीं दे सकता यार। है? हाँ ये तो फन कर दी फिर दिया ढाबे ते, इनू पूरा फिक्र नहीं ब्याह टुटे दी। हाँ किड्डी फनी कुड़ी है यार। हाँ हाँ मैं तो तेरे पहले दसे और ले नाले, तू मेरे पैसे मोड़। पैसे कहाँ दे? फोटो शूट तो होया ही नहीं। हाँ ओहो मैं भी पर्स नहीं लेके आया, कल ले ली। चल फिर आ ही दे दे। है? आहा ता मेरा कल। हाँ चलो ठीक है, हुण भरा नालों हार थोड़ो प्यारा ठीक लग रहा। थैंक यू। आ तू निकल। हाँ लिया आलू वाले परौंठे लिया भाई। ओ Yes! Yes!
ਕਿੱਥੇ ਆ ਸੂਟਾਂ ਦਾ ਗੱਡਾ? ਪਾਰਲਰ ਕਿੱਥੇ ਆ? ਤੇਰੀਓ ਕੰਮ ਵਾਲੀਆਂ ਕਿੱਥੇ ਆ? ਇਹੋ ਜਿਹੇ ਝੂਠੇ ਬੰਦੇ ਨਾਲ ਮੈਂ ਇੱਕ ਦਿਨ ਵੀ ਨਹੀਂ ਕੱਢ ਸਕਦੀ। ਮੈਂ ਚੱਲੀ ਪੇਕੇ। ਤੂੰ ਪੇਕੇ ਆਂਡੇ ਲੈਣ ਜਾਣੇ ਆ? ਆ ਨੌਨਸੈਂਸ ਮੰਮੀ ਹੁਣੀ ਤਾਂ ਆਪਣੇ ਨਾਲ ਰਹਿੰਦੇ ਆ। ਬੇਟਾ ਇਹ ਤਾਂ ਸਟਾਰਟ ਤੋਂ ਹੀ ਬਹੁਤ ਸਟਬਨ ਹੈ। ਮੈਂ ਤੁਹਾਡਾ ਦੁੱਖ ਸਮਝਦੀ ਆ ਵੰਜਲੀ, ਸਟਾਪ ਇਟ, ਅਦਰਵਾਈਜ਼ ਆਈ ਵਿਲ ਗਿਵ ਯੂ ਅ ਟਾਈਟ ਸਲੈਪ। ਯੂ ਆਰ ਸੋ ਸਵੀਟ ਨੌਨਸੈਂਸ ਮੰਮੀ। ਉਹ ਪੁੱਤ ਇਹ ਚਪੇੜਾਂ ਦਾ ਯਾਰ ਹੈ, ਭੌਂਕਦਾ ਫਿਰਦਾ ਸੀ ਥਾਂ ਥਾਂ ਤੇ, ਜੇ ਜੁੜ ਗਈ ਆ ਤੇ ਪੂਰਾ ਕਦਰ ਨਹੀਂ ਇਹਨੂੰ ਕਬੂਤਰ ਜੇ ਨੂੰ। ਆ ਜੁੱਤੀ ਆ ਮੇਰੇ ਪੈਰਾਂ 'ਚ, ਕੁੜੀ ਨੂੰ ਕੁਝ ਕਿਹਾ ਤਾਂ। ਡੈਡੀ ਜੀ ਕਿਉਂ ਇਹਦੇ ਮੂੰਹ ਲੱਗਦੇ ਹੋ? ਜੇ ਚਿੱਕੜ 'ਚ ਡੱਲੇ ਪਾਵਾਂਗੇ ਤਾਂ ਛਿੱਟੇ ਆਪਦੇ ਮੂੰਹ ਤੇ ਹੀ ਪੈਣੇ ਆ ਨਾ। ਉਹ ਤੂੰ ਟਕੀ ਰਹਿ ਵੱਡੀ ਸਚਿਆਰੀ, ਆਪਣੇ ਸੱਸ ਸਹੁਰਾ ਖਵਾ ਖਵਾ ਘਿਓ ਕਿਵੇਂ ਗੁਲਗਲੇ ਵਰਗੇ ਕੀਤੇ ਆ, ਤੇ ਮੇਰੇ ਸੱਸ ਸਹੁਰਾ ਭੁੱਖੇ ਮਾਰਤੇ ਤਾਂ ਢਹਿ ਜਾਣੀਏ। ਤੂੰ ਮੇਰੇ ਨਾਲ ਵਿਆਹ ਕਰਾ ਕੇ ਖੁਸ਼ ਹੈ? ਬਹੁਤ। ਤੂੰ? ਬਹੁਤ ਜ਼ਿਆਦਾ। ਦੇਖਿਆ ਅਸੀਂ ਦੋਨੋਂ ਵਿਆਹ ਕਰਾ ਕੇ ਬਹੁਤ ਖੁਸ਼ ਹਾਂ, ਪਰ ਅਰੇਂਜ ਲਵ ਭੱਜ ਕੇ ਰੁਸ ਕੇ ਆ ਮਨਾ ਕੇ, ਅਸੀਂ ਕਿਸੇ ਵੀ ਤਰ੍ਹਾਂ ਦੇ ਵਿਆਹ ਨੂੰ ਸਪੋਰਟ ਨਹੀਂ ਕਰਦੇ। ਸੋ ਪਲੀਜ਼ ਡੂ ਇਟ ਐਟ ਯੋਰ ਓਨ ਰਿਸਕ। ਵੀਰੇ ਇਸ ਜਨਮ 'ਚ ਤਾਂ ਗਲਤੀ ਹੋ ਗਈ, ਅਗਲੇ ਜਨਮ 'ਚ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ। ਇਹ ਆਇਆ ਜੀ। ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬਹਿ ਸੱਜਣਾ, ਓ ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬਹਿ ਸੱਜਣਾ। ਕਿਵੇਂ ਮਿੱਠੇ ਬਣ ਕੇ ਠੱਗਦੇ ਨੇ, ਕੋਲੋਂ ਪਾਸਾ ਵੱਟ ਕੇ ਲੰਘਦੇ ਨੇ, ਆ ਸਾਥੋਂ ਤਜਰਬੇ ਲੈ ਸੱਜਣਾ। ਓ ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬਹਿ ਸੱਜਣਾ, ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬਹਿ ਸੱਜਣਾ। ਮਹਿਫਿਲ ਵਿੱਚ ਆ ਕੇ ਕਦੇ ਤੂੰ, ਓ ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬਹਿ ਸੱਜਣਾ, ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬਹਿ ਸੱਜਣਾ। ਪਾਵੇ 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 ਨੀ ਬਾਰਬੀਕਿਊ ਰੱਖਿਆ ਹੈ, ਖੇਡ ਕੇ ਸਹਿ ਸੱਜਣਾ। ਓ ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ, ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬਹਿ ਸੱਜਣਾ, ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬਹਿ ਸੱਜਣਾ, ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬਹਿ ਸੱਜਣਾ, ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬਹਿ ਸੱਜਣਾ, ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ